ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕੁਮ ਮੈਂ ਹਾਂ ਕੁਲਦੀਪ ਗਿੱਲ ਅਤੇ ਤੁਸੀਂ ਦੇਖ ਰਹੇ ਹੋ ਮਾਈ ਟੀ ਵੀ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਸੋ ਅੱਜ ਮਿਸਟਰ ਗਿੱਲ ਨੂੰ ਡਿਊਟੀ ਦਿੱਤੀ ਗਈ ਹੈ ਕੈਮਰਾਮੈਨ ਵੀ ਇਹੀ ਨੇ ਔਰ ਸਿੱਖ ਰਹੇ ਹਾਂ ਜੀ ਸਿੱਖ ਰਹੇ ਹਾਂ ਲਰਨਿੰਗ ਸੋ ਬਹੁਤ ਹੀ ਦੇਰ ਨਾਲ ਆਈਏ ਅੱਜ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਗੈਸਟ ਹੈਗੇ ਨੇ ਦਿਲਜਾਨ ਦਿਲਜਾਨ ਬਹੁਤ ਬਹੁਤ ਸਵਾਗਤ ਹੈ ਮਾਈ ਟੀ ਵੀ 'ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਟੀ ਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਸੀਂ ਪਿੰਡ ਦੀ ਹਵਾ ਖਾ ਰਹੇ ਹੋ ਤਾਜ਼ੀ ਤਾਜ਼ੀ ਕਿਹੜੀ ਜਗ੍ਹਾ ਤੋਂ ਪੰਜਾਬ ਤੋਂ ਸਾਡੇ ਨਾਲ ਜੁਆਇਨ ਹੋ ਬਿਲਕੁਲ ਜੀ ਮੈਂ ਇਸ ਟਾਈਮ ਆਪਣੇ ਘਰ ਬੈਠਾ ਔਰ ਕਰਤਾਰਪੁਰ ਵਾਓ ਜੀ ਯਾ ਗਰਮੀਆਂ ਬਹੁਤ ਸ਼ੁਰੂ ਹੋ ਗਈਆਂ ਬੜੇ ਬੜੀ ਇਸ ਵਾਰੀ ਅਜੀਬ ਜੀ ਗੱਲ ਹੋਈ ਹੈ ਕਿ ਇਹਨਾਂ ਦਿਨਾਂ ਤੋਂ ਪਹਿਲਾਂ ਹੀ ਮੇਰੇ ਖਿਆਲ ਨਾਲ ਕਿ ਇੱਕ ਮਹੀਨਾ ਪਹਿਲਾਂ ਹੀ ਏਸੀ ਵਗੈਰਾ ਸ਼ੁਰੂ ਹੋ ਜਾਂਦੇ ਸੀਗੇ ਪਰ ਹਾਲੇ ਤੱਕ ਸਾਨੂੰ ਨੌਬਤ ਨਹੀਂ ਆਈ ਕਿ ਅਸੀਂ ਏਸੀ ਚਲਾਈਏ ਸੋ ਮੌਸਮ ਹਾਲੇ ਠੀਕ ਹੈ ਵਿੱਚੇ ਗਰਮੀ ਹੋ ਜਾਂਦੀ ਹੈ ਵਿੱਚੇ ਸਰਦੀ ਹੋ ਜਾਂਦੀ ਹੈ ਹਾਲੇ ਡਾਵਾਂਡੋਲ ਜਿਹਾ ਚੱਲ ਰਿਹਾ ਸਾਡੇ ਇੱਥੇ ਵੀ ਮਈ ਆ ਗਿਆ ਲੇਕਿਨ ਕਹਿ ਰਹੇ ਨੇ ਕਿ ਸੈਟਰਡੇ ਇੰਨੀ ਕੁ ਠੰਡ ਹੋ ਜਾਣੀ ਕਿ ਪਾਣੀ ਫਿਰ ਆਈ ਮੀਨ ਸਨੋ ਤਾਂ ਨਹੀਂ ਪੈਣੀ ਲੇਕਿਨ ਫ੍ਰੀਜ਼ ਹੋ ਜਾਣਾ ਸੋ ਵੀ ਆਰ ਸਰਪ੍ਰਾਈਜ਼ ਕਿ ਮਈ ਦੇ ਮਹੀਨੇ 'ਚ ਵੀ ਇਹ ਹੋ ਰਿਹਾ ਇੱਥੇ ਬਹੁਤ ਕਾਫੀ ਠੰਡ ਹੈ ਇੱਥੇ ਵੀ ਮਈ ਦੇ ਮੇਲੇ 'ਚ ਸਾਡੇ ਇੱਥੇ ਯੂ ਐਸ ਏ ਦੇ ਵਿੱਚ ਪੰਜਾਬੀ ਮੇਲੇ ਐਕਚੁਲੀ ਵਿਸਾਖੀ 'ਤੇ ਸ਼ੁਰੂ ਹੋ ਜਾਂਦੇ ਨੇ ਅਪ੍ਰੈਲ 'ਚ ਹੀ ਗਰਮੀਆਂ ਸ਼ੁਰੂ ਹੋ ਜਾਂਦੀਆਂ ਹਨ ਲੇਕਿਨ ਇਸ ਕਰੋਨਾ ਦੀ ਵਜ੍ਹਾ ਨਾਲ ਬੜੇ ਸਾਰੇ ਲੋਕਾਂ ਨੂੰ ਕਰਵਾਇਆ ਨਾ ਕਰਵਾਇਆ ਨੇ ਪਰ ਦਿਲਜਾਨ ਆਪਾਂ ਵਾਪਸ ਮੁੱਦੇ 'ਤੇ ਆਉਂਦੇ ਹਾਂ ਦਿਲਜਾਨ ਬਾਏ ਦੇ ਵੇ ਜਿਹੜੇ ਜਿਹੜੇ ਸਾਡੇ ਨਹੀਂ ਜਾਣਦੇ ਬਹੁਤ ਹੀ ਅੱਛੇ ਸਿੰਗਰ ਨੇ ਮੇਰੇ ਵਨ ਆਫ ਦੀ ਪਰਸਨਲ ਫੇਵਰੇਟ ਨੇ ਕਿਉਂਕਿ ਇਹਨਾਂ ਦੇ ਵਿੱਚ ਸਾਡੀ ਮਿੱਟੀ ਦੀ ਖੁਸ਼ਬੂ ਆਉਂਦੀ ਹੈ ਇਹਨਾਂ ਦੇ ਵਿੱਚ ਸਾਡੀ ਗਾਇਕੀ ਦੀ ਖੁਸ਼ਬੂ ਆਉਂਦੀ ਹੈ ਇਹਨਾਂ ਦੇ ਵਿੱਚ ਰੂਹਦਾਰੀ ਦੀ ਖੁਸ਼ਬੂ ਆਉਂਦੀ ਹੈ ਇਸ ਕਰਕੇ ਦਿਲਜਾਨ ਸਾਡੇ ਦਿਲ ਦੇ ਬਹੁਤ ਕਰੀਬ ਨੇ ਐਵੇਂ ਨਹੀਂ ਕਿਹਾ ਗਿਆ ਕਿ ਦਿਲਾਂ ਦੀ ਜਾਨ ਦਿਲਜਾਨ ਪੰਜਾਬ ਦੀ ਸ਼ਾਨ ਦਿਲਜਾਨ ਥੈਂਕ ਯੂ ਦਿਲਜਾਨ ਹੁਣ ਜਿਹੜੀ ਸਾਡੀ ਆਡੀਅੰਸ ਹੈ ਮੈਂ ਤਾਂ ਬਹੁਤ ਕੁਝ ਜਾਣਦੀ ਹਾਂ ਤੁਹਾਡੇ ਬਾਰੇ ਕਿਉਂਕਿ ਤੁਸੀਂ ਭਾਵਾਂ ਨਹੀਂ ਵੀ ਜਾਣਦੇ ਸੀ ਸਾਨੂੰ ਪਰ ਮੈਂ ਤੁਹਾਨੂੰ ਸ਼ੁਰੂ ਤੋਂ ਫੋਲੋ ਕਰਦੀ ਹਾਂ ਜਦੋਂ ਤੁਹਾਡੇ ਪ੍ਰੋਗਰਾਮ ਟੀ ਵੀ ਸ਼ੋਅਜ਼ ਦੇ ਵਿੱਚ ਆਉਂਦੇ ਸੀਗੇ ਉਦੋਂ ਤੋਂ ਹੀ ਕਿਉਂਕਿ ਇਹ ਜਿਹੜੀ ਆਵਾਜ਼ ਹੈ ਇਹ ਜਿਹੜੇ ਸੁਰ ਨੇ ਨਾ ਉਹ ਤੁਹਾਨੂੰ ਆਪਣੇ ਆਪ ਜੋੜ ਲੈਂਦੇ ਨੇ ਪਹਿਲਾਂ ਤਾਂ ਮੈਨੂੰ ਦੱਸੋ ਮੇਰੀ ਆਵਾਜ਼ ਪਰਫੈਕਟਲੀ ਆ ਰਹੀ ਹੈ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਮੈਂ ਤੁਹਾਡੀ ਆਵਾਜ਼ ਸੁਣ ਪਾ ਰਿਹਾ ਜੀ ਬਿਲਕੁਲ ਪ੍ਰੋਪਰ ਅੱਛਾ ਮਿਸਟਰ ਗਿੱਲ ਦੀ ਆਵੇ ਨਾ ਆਵੇ ਮੈਨੂੰ ਨਹੀਂ ਪਰਵਾਹ ਮੇਰੀ ਆਣੀ ਚਾਹੀਦੀ ਹੈ ਇੱਕ ਇੱਕ ਤੁਹਾਡੀ ਆਣੀ ਚਾਹੀਦੀ ਔਰ ਇੱਕ ਇਹਦੀ ਆਣੀ ਚਾਹੀਦੀ ਆਪਣੀ ਆਵੇ ਨਾ ਆਵੇ ਕੋਈ ਗੱਲ ਨਹੀਂ ਯਾ ਨਹੀਂ 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 ਗਿੱਲ ਸਾਹਿਬ ਤੁਸੀਂ ਸਾਡੇ ਲਈ ਬੜੇ ਇੰਪੋਰਟੈਂਟ ਹੋ ਸੋ ਤੁਹਾਡੀ ਆਵਾਜ਼ ਜ਼ਰੂਰ ਆਉਣੀ ਚਾਹੀਦੀ ਨਹੀਂ ਅਸਲ 'ਚ ਇਹਨੇ ਜਦੋਂ ਕਿਹਾ ਨਾ ਕਿ ਮੈਂ ਬਹੁਤ ਘੱਟ ਸ਼ੋਅਜ਼ ਦੇਖਣਾ ਲੇਕਿਨ ਜਦੋਂ ਤੁਸੀਂ ਸੁਰ ਸ਼ੇਤਰ 'ਚ ਆਏ ਸੀ ਕਰੇਕਟ ਦੁਬਈ ਦਾ ਸ਼ੋਅ ਸੀਗਾ ਸੋ ਇਹਨੇ ਕਹਿੰਦੀ ਇਹ ਆਪਣਾ ਮੁੰਡਾ ਹੈ ਆਪਣਾ ਪੰਜਾਬੀ ਮੁੰਡਾ ਇਹਨੂੰ ਸੁਣੋ ਸੁਣੋ ਸੋ ਮੈਂ ਜਦੋਂ ਤੁਹਾਨੂੰ ਸੁਣਨ ਲੱਗ ਪਿਆ ਤਾਂ ਮਤਲਬ ਰੂਹਦਾਰੀ ਤਾਂ ਸੀਗੀ ਤੁਹਾਡੇ 'ਚ ਯੂਨੋ ਅਤੇ ਸੁਣਨਾ ਸਾਨੂੰ ਆਉਂਦਾ ਅੱਜ ਚੰਗੀ ਤਰ੍ਹਾਂ ਸੋ ਤਦੋਂ ਹੀ ਤੁਸੀਂ ਸਾਡੇ ਫੇਵਰੇਟ ਹੋ ਗਏ ਸੀਗੇ ਥੈਂਕ ਯੂ ਸਰ ਥੈਂਕ ਯੂ ਬਹੁਤ ਮਿਹਰਬਾਨੀ ਔਰ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਅੱਜ ਮੈਂ ਬੜਾ ਐਕਸਾਈਟਡ ਵੀ ਹਾਂ ਕਿਉਂਕਿ ਤੁਸੀਂ ਲੋਕ ਜਿਹੜੇ ਹੋ ਉਹ ਅਸਲੀ ਗਾਣੇ ਨੂੰ ਪਿਆਰ ਕਰਨ ਵਾਲੇ ਹੋ ਔਰ ਅਸਲੀ ਜਿਹੜੀ ਮੌਸੀਕੀ ਹੈ ਉਹ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਜਿਹੜੇ ਅਸਲੀ ਮੌਸੀਕੀ ਨੂੰ ਪਿਆਰ ਕਰਦੇ ਨੇ ਔਰ ਉਸਨੂੰ ਸਲਾਉਂਦੇ ਨੇ ਅੱਜ ਦੇ ਰੌਲੇ ਰੱਪੇ ਵਾਲੀ ਜ਼ਿੰਦਗੀ ਤੋਂ ਅਲੱਗ ਹਟ ਕੇ ਤੁਸੀਂ ਲੋਕ ਕੰਮ ਕਰ ਰਹੇ ਹੋ ਔਰ ਮੈਂ ਤੁਹਾਡਾ ਦੋਨਾਂ ਦਾ ਬੜਾ ਸ਼ੁਕਰ ਗੁਜ਼ਾਰ ਹਾਂ ਤੁਸੀਂ ਚੰਗੇ ਮਿਊਜ਼ਿਕ ਨੂੰ ਸਾਂਭ ਕੇ ਰੱਖਿਆ ਹੋਇਆ ਸਪੋਰਟ ਕਰ ਰਹੇ ਹੋ ਦਿਲਜਾਨ ਜੀ ਹਰ ਐਪੀਸੋਡ 'ਚ ਅਸੀਂ ਇਹੀ ਕਹਿੰਦੇ ਹਾਂ ਤੁਸੀਂ ਪਿਛਲੇ ਸਾਡੇ ਐਪੀਸੋਡ ਦੇਖ ਲਓ ਸਾਡਾ ਗੋਲ ਹੈ ਕਿ ਜਿਹੜੀ ਅਸਲੀ ਗਾਇਕੀ ਹੈ ਜਿਹੜੇ ਕਿ ਖਾਨਦਾਨ ਗਾਉਂਦੇ ਆ ਰਹੇ ਨੇ ਔਰ ਸਿੱਖਦੇ ਆ ਰਹੇ ਨੇ ਔਰ ਸਿੱਖ ਕੇ ਜਿਹੜੇ ਗਾ ਰਹੇ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਸਾਡਾ ਗੋਲ ਹੈਗਾ ਥੈਂਕ ਯੂ ਕੁਲਦੀਪ ਜੀ ਬਹੁਤ ਮਿਹਰਬਾਨੀ ਥੈਂਕ ਯੂ ਦੇਖੋ ਜੀ ਗੀਤਕਾਰ ਅੱਜ ਕੱਲ੍ਹ ਤਾਂ ਸਪੈਸ਼ਲੀ ਕਰੋਨਾ ਨੇ ਤਾਂ ਇੰਨੇ ਕੁ ਗੀਤਕਾਰ ਬਣਾ ਦਿੱਤੇ ਨੇ ਕਿ ਪੁੱਛੋ ਨਾ ਪਿੱਛੇ ਜੇ ਅਸੀਂ ਆਪਣਾ ਪਰਵੇਜ਼ ਮਹਿੰਦੀ ਦੇ ਬ੍ਰਦਰ ਨਾਲ ਅਸੀਂ ਲਾਈਵ ਸੀਗੇ ਤਾਂ ਉਹਨਾਂ ਨੇ ਦੱਸਿਆ ਕਿ ਕਿਹਾ ਉਹਨਾਂ ਨੇ ਦੱਸਿਆ ਵੀ ਨਹੀਂ ਕਿ ਜਿਹਦੇ ਕੋਲ ਲੈਪਟੋਪ ਹੈ ਅੱਜ ਕੱਲ੍ਹ ਉਹ ਸਿੰਗਰ ਹੈ ਕਿਉਂਕਿ ਲੈਪਟੋਪ 'ਚ ਉਹਨਾਂ ਨੇ ਸਿੱਖ ਸਿੱਖ ਕੇ ਆਪਣੇ ਆਪ ਹੀ ਉਹ ਟਟੋਰੀਅਲ ਕਰ ਕਰਕੇ ਸਿੰਗਰ ਬਣ ਗਏ ਨੇ ਹੋਮ ਮੇਡ ਸਿੰਗਰ ਸੋ ਅੱਜ ਕੱਲ੍ਹ ਹੋਮ ਮੇਡ ਸਿੰਗਰ ਹੋਮ ਮੇਡ ਬੜਾ ਕੁਛ ਸੁਣਿਆ ਸੀ ਲੇਕਿਨ ਹੋਮ ਮੇਡ ਸਿੰਗਰਸ ਵੀ ਆ ਗਏ ਨੇ ਅਤੇ ਉਹਨਾਂ ਤੋਂ ਥੋੜ੍ਹਾ ਜਿਹਾ ਅਸੀਂ ਸੋਚਦੇ ਹਾਂ ਕਿ ਬਚ ਕੇ ਰਹੀਏ ਔਰ ਜਿਹੜੇ ਸਾਡੀ ਅਸਲੀ ਧਰੋਹਰ ਹੈ ਉਹਨੂੰ ਸੰਭਾਲ ਕੇ ਰੱਖੀਏ ਦਿਲਜਾਨ ਜੀ ਮੈਨੂੰ ਇਹ ਦੱਸੋ ਕਿ ਪਿੰਡ 'ਚ ਤੁਸੀਂ ਰਹਿ ਰਹੇ ਹੋ ਕਰਤਾਰਪੁਰ ਅਤੇ ਘਰ 'ਚ ਕੌਣ ਕੌਣ ਹੈਗਾ ਇਸ ਵਕਤ ਇਸ ਵੇਲੇ ਮੇਰੇ ਕੋਲ ਮੰਮ ਔਰ ਡੈਡ ਨੇ ਅੱਛਾ ਬਾਕੀ ਐਕਚੁਅਲੀ ਮੇਰੇ ਬ੍ਰਦਰਸ ਜਿਹੜੇ ਨੇ ਉਹ ਟੋਰਾਂਟੋ ਰਹਿੰਦੇ ਨੇ ਓਕੇ ਬ੍ਰਦਰ ਦਾ ਨਾਮ ਵੀ ਦੱਸੋ
ਬਿਲਕੁਲ ਬ੍ਰਦਰ ਨਵਰਾਜ ਔਰ ਮਿਕਸ਼ਾ ਮਡਾਰ ਔਰ ਪ੍ਰਦੀਪ ਸੋ ਅੱਜ ਦੀ ਮੈਂ ਜਿਹੜੀ ਅੱਜ ਦੀ ਸਾਡੀ ਮੁਲਾਕਾਤ ਹੋ ਰਹੀ ਹੈ ਮੋਨਾ ਜੀ ਮਿਕ ਦੇ ਜ਼ਰੀਏ ਹੋ ਰਹੀ ਹੈ ਸੋ ਉਹਨੂੰ ਵੀ ਮੈਂ ਥੈਂਕਸ ਕਰਦਾ ਕਿ ਆਪਾਂ ਆਪਣਾ ਜਿਹੜਾ ਰਾਬਤਾ ਕਰਾਇਆ ਉਹ ਮਿਕ ਦੇ ਜ਼ਰੀਏ ਹੋਇਆ ਯਾ ਐਗਜੈਕਟਲੀ ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਉਹ ਤੁਹਾਡਾ ਬ੍ਰਦਰ ਹੈ ਲੇਕਿਨ ਤੁਹਾਡੇ ਜਦੋਂ ਉਹ ਸ਼ੋਅ ਸ਼ੇਅਰ ਕਰਦਾ ਹੁੰਦਾ ਸੀ ਲੌਂਗ ਟਾਈਮ ਅਗੋ ਆਮ ਟਾਕਿੰਗ ਅਬਾਊਟ ਕਪਲ ਈਅਰਸ ਅਤੇ ਕਿਉਂਕਿ ਆਪਾਂ ਪਹਿਲਾਂ ਵੀ ਦਿਲਜਾਨ ਆਪਾਂ ਇੱਕ ਵਾਰੀ ਇੰਟਰਵਿਊ ਕਰ ਚੁੱਕੇ ਹਾਂ ਉਦੋਂ ਮੈਂ ਰੇਡੀਓ ਕਰਦੀ ਹੁੰਦੀ ਸੀ ਕਿਸੇ ਹੋਰ ਦਾ ਰੇਡੀਓ ਲੇਕਿਨ ਪਤਾ ਨਹੀਂ ਸੀ ਕਿ ਕਦੀ ਮੈਂ ਆਪ ਹੀ ਆਪਣਾ ਟੀਵੀ ਔਰ ਆਪਣਾ ਰੇਡੀਓ ਚੈਨਲ ਖੁਦ ਹੀ ਖੋਲ੍ਹ ਲਵਾਂਗੀ ਸੋ ਇਹ ਸਾਰਾ ਕ੍ਰੈਡਿਟ ਤੁਹਾਡੇ ਵਰਗੇ ਅੱਛੇ ਆਰਟਿਸਟਾਂ ਲਈ ਜਾਂਦਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਰੂਬਰੂ ਨੀ ਹੁੰਦੇ ਬਾਏ ਫੇਸਬੁੱਕ ਕਹਿ ਲੋ ਜਾਂ ਬਾਏ ਫੇਸ ਟੂ ਫੇਸ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਹਾਂ ਕੈਮਰੇ ਦੇ ਥਰੂ ਉਦੋਂ ਤੱਕ ਚਿਹਰੇ ਯਾਦ ਨੀ ਰਹਿੰਦੇ ਨਾਮ ਭੁੱਲ ਜਾਂਦੇ ਨੇ ਇਨਸਾਨ ਪਰ ਚਿਹਰੇ ਯਾਦ ਰਹਿ ਜਾਂਦੇ ਸੋ ਦਿਲਜਾਨ ਜੀ ਆਪਾਂ ਹੁਣ ਬਾਕੀ ਜਿਵੇਂ ਆਡੀਅੰਸ ਸਾਡੇ ਨਾਲ ਜੁੜ ਗਈ ਹੈ ਤੁਹਾਡੇ ਫੈਨ ਔਰ ਤੁਹਾਡੇ ਸੁਣਨ ਵਾਲੇ ਅਤੇ ਕਿਉਂ ਨਾ ਆਪਾਂ ਸੁਰਾਂ ਦੀ ਸ਼ਾਮ ਜਿਹੜੀ ਤੁਹਾਡੇ ਉੱਥੇ ਹੈ ਇਹਨੂੰ ਕਈ ਮਿੱਠੇ ਮਿੱਠੇ ਸੁਰਾਂ ਨਾਲ ਸ਼ੁਰੂ ਕੀਤਾ ਜਾਵੇ ਕੀ ਸ਼ੁਰੂਆਤ ਕਿਹੜੇ ਸੁਰ ਦੇ ਨਾਲ ਕਰੋਗੇ ਤੁਹਾਡੇ 'ਤੇ ਬਿਲਕੁਲ ਜੀ ਸਭ ਤੋਂ ਪਹਿਲਾਂ ਆਪਾਂ ਕਿਉਂਕਿ ਉਹ ਟਾਈਮ ਵੀ ਥੋੜ੍ਹਾ ਉਸ ਤਰ੍ਹਾਂ ਦਾ ਚੱਲ ਰਿਹਾ ਸਾਰੀ ਦੁਨੀਆ ਹੀ ਰੁਕੀ ਹੋਈ ਹੈ ਰਾਈਟ ਸਭ ਤੋਂ ਪਹਿਲਾਂ ਸੂਫੀ ਕਲਾਮ ਨਾਲ ਸੁਲਤਾਨ ਬਾਹੂ ਸਾਹਿਬ ਦਾ ਮੈਂ ਕਲਾਮ ਇਰਸ਼ਾਦ ਥੈਂਕ ਯੂ ਤਨ ਮੇਰਾ ਜੇ ਚਸ਼ਮਾ ਤਾਂ ਮੈਂ ਮੁਰਸ਼ਦ ਵੇਖਣਾ ਰਜਾਂ ਅੱਲਾਹੂ ਕਿਆ ਬਾਤ ਹੈ ਇਤਨਾ ਡਿੱਠਿਆ ਮੈਨੂੰ ਸਬਰ ਨਾ ਆਵੇ ਕਿਆ ਬਾਤ ਹੈ ਤੇ ਮੈਂ ਹੋਰ ਕਿਤੇ ਬਲ ਮਾ ਅੱਲਾਹ ਵਾਹ ਵਾਹ ਬਹੁਤ ਅੱਛਾ ਹਾਂ ਮੁਰਸ਼ਦ ਦਾ ਦੀਦਾਰ ਹੈ ਬਾਹੂ ਤੇ ਮੈਨੂੰ ਲੱਖ ਕਰੋੜਾਂ ਹਜ਼ਾਰ ਅੱਲਾਹੂ ਮੌਲਾ ਕਿਆ ਬਾਤ ਹੈ ਵਾਕਈ ਦਿਲਜਾਨ ਅਗਰ ਤੁਸੀਂ ਆਸ਼ਾ ਭੋਸਲੇ ਦੇ ਅੱਖਾਂ 'ਚ ਆਸੂ ਕਢਾ ਸਕਦੇ ਹੋ ਤਾਂ ਉਹਦਾ ਰੀਜ਼ਨ ਹੈ ਮੈਂ ਜਿਹੜੀ ਸਾਡੀ ਆਡੀਅੰਸ ਹੈ ਉਹਨਾਂ ਨੂੰ ਥੋੜ੍ਹਾ ਜਿਹਾ ਦੱਸਣਾ ਚਾਹਵਾਂ ਕਿ ਇਹ ਜਦੋਂ ਜਾਂਦਾ ਜਾਂਦਾ ਵੀ ਸੁਰ ਜਦ ਛੱਡਦਾ ਹੈ ਨਾ ਉਹਦੇ 'ਚ ਵੀ ਮੁਰਕੀ ਮਾਰਦਾ ਜਿੱਥੇ ਸਾਹ ਲੈਣ ਦੀ ਵੀ ਜਗ੍ਹਾ ਨਹੀਂ ਹੁੰਦੀ
ਇਹ ਸਪੈਸ਼ਲ ਇਸ ਕਰਕੇ ਇਹ ਮੁੰਡਾ ਇਸ ਕਰਕੇ ਗਾਉਂਗੇ, ਇਜ਼ ਵੈਰੀ ਯੰਗ ਬੋਏ ਔਰ ਬੜਾ ਪ੍ਰਾਊਡ ਫੀਲ ਹੁੰਦਾ ਜਿਹੜੇ ਯੰਗ ਬੱਚੇ ਇੰਨੀ ਅੱਛਾ ਸੁਰੀਲਾ ਗਾਉਂਦੇ ਨੇ, ਬੜੀ ਰੂਹਦਾਰੀ ਨਾਲ ਗਾਉਂਦੇ ਨੇ। ਮੈਨੂੰ ਕਦੀ ਕਦੀ ਇਹਨਾਂ 'ਚ ਸਰਦੂਲ ਸਿਕੰਦਰ ਦੀ ਝਲਕ ਆਉਂਦੀ ਹੈ, ਜਦੋਂ ਸਰਦੂਲ ਸਿਕੰਦਰ ਜੀ ਬੜੇ ਯੰਗ ਸੀਗੇ ਛੋਟੇ, ਤੁਹਾਨੂੰ ਯਾਦ ਹੋਏਗਾ। ਅਤੇ ਕਿਉਂਕਿ ਕੁਲਦੀਪ ਸਾਡੇ ਘਰਾਂਦੇ ਤੋਂ ਬੜੇ ਪੁਰਾਣੇ, ਅਸੀਂ ਇੱਕੋ ਸ਼ਾਦੀਆਂ 'ਚ ਇਕੱਠੇ ਜਾਇਆ ਕਰਦੇ ਸੀ, ਫੈਮਲੀ ਪਿਛੋਕੜ ਜਾਂਦੀ ਹੈ ਸਾਡੀ। ਅਤੇ ਸਰਦੂਲ ਜੀ ਨੇ, ਅਸੀਂ ਜਦੋਂ ਨਿੱਕੇ ਨਿੱਕੇ ਬੱਚੇ ਸੀਗੇ, ਮੇ ਬੀ 8 or 10 ਪ੍ਰੋਬਲੀ ਯੂਰ 10 ਔਰ ਆਮ ਵੈਰੀ ਯੰਗ, ਮੈਂ 10 ਸੀਗਾ, ਆਈ ਥਿੰਕ ਯੂ ਵਰ 6, ਏਜ ਨਹੀਂ ਦੱਸਣੀ ਮੈਂ ਆਪਣੀ। ਅਤੇ ਉਦੋਂ ਦੀ ਉਹਨਾਂ ਦੀ ਜਿਹੜੀ ਰੂਹ ਦੀ ਖੁਸ਼ਬੂ ਹੈ ਨਾ, ਉਹਨਾਂ ਦੇ ਸੁਰ ਨੇ ਜਿਹੜੇ ਉਹ ਮੇਰੇ ਦਿਮਾਗ 'ਚ ਹਲੇ ਤੱਕ ਨੇ, ਔਰ ਮੈਂ ਸੋਚਦੀ ਸੀ ਕਿ ਇਸ ਤਰ੍ਹਾਂ ਦਾ ਕੋਈ ਹੋਰ ਆਵਾਜ਼ ਆਏਗੀ ਜਿਹੜੀ ਕਿ ਉਸ ਆਵਾਜ਼ ਨੂੰ, ਖੈਰ ਇਨਸਾਨ ਦੀ ਆਪਣੀ ਆਪਣੀ ਆਵਾਜ਼ ਦੀ ਆਪਣੀ ਆਪਣੀ ਪਹਿਚਾਣ ਹੁੰਦੀ ਹੈ, ਉਹਨਾਂ ਦੀ ਪਹਿਚਾਣ ਤਾਂ ਕੋਈ ਲੈ ਨਹੀਂ ਸਕਦਾ, ਲੇਕਿਨ ਉਹਨਾਂ ਦੀ ਖੁਸ਼ਬੂ ਤੁਹਾਡੇ 'ਚੋਂ ਆਉਂਦੀ ਹੈ, ਕਿਉਂਕਿ ਜਿਹੜੀ ਰੂਹਦਾਰੀ ਹੈ ਨਾ ਉਹ ਤੁਹਾਡੇ 'ਚ ਹੈ ਉਹ। ਥੈਂਕ ਯੂ ਜੀ, ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ, ਮੇਰੇ ਲਈ ਇੱਕ ਤੋਹਫ਼ਾ ਹੈ, ਇੱਕ ਗਿਫਟ ਹੈ ਬਹੁਤ ਵੱਡਾ, ਕਿਉਂਕਿ ਮੈਂ ਉਹਨਾਂ ਲੋਕਾਂ ਨੂੰ ਸੁਣ ਸੁਣ ਕੇ ਵੱਡਾ ਹੋਇਆ, ਕਿਉਂਕਿ ਮੈਂ ਆਲਸੋ ਜਿਹੜਾ ਮੈਂ ਬਿਲੋਂਗ ਕਰਦਾ ਉਹ ਪਟਿਆਲਾ ਘਰਾਣਾ ਤੋਂ ਬਿਲੋਂਗ ਕਰਦਾ। ਸੋ ਔਰ ਸਾਡੇ ਮੇਰੇ ਦਾਦਾ ਗੁਰੂ ਜੀ ਉਸਤਾਦ ਜਨਾਬ ਪੂਰਨ ਸ਼ਾਹ ਕੁੱਟੀ ਸਾਹਿਬ, ਉਹਨਾਂ ਦੀ ਮੇਰੇ 'ਤੇ ਬਹੁਤ ਰਹਿਮਤ ਹੈ, ਮੇਰੇ ਫਾਦਰ ਸਾਹਿਬ ਉਹਨਾਂ ਦੇ ਸ਼ਾਗਿਰਦ ਨੇ ਬਕਾਇਦਾ, ਔਰ ਫਾਦਰ ਸਾਹਿਬ ਤੋਂ ਵੀ ਸਿੱਖਿਆ ਔਰ ਦਾਦਾ ਗੁਰੂ ਜੀ ਤੋਂ ਵੀ ਸਿੱਖਿਆ। ਸੋ ਇਹ ਲੋਕ ਮੇਰੇ, ਮੈਂ ਹਮੇਸ਼ਾ ਇਹਨਾਂ ਲੋਕਾਂ ਦਾ ਮੁਰੀਦ ਰਿਹਾ ਔਰ ਹੁਣ ਤੱਕ ਮੈਂ ਇਹਨਾਂ ਲੋਕਾਂ ਦਾ ਗਾਣਾ ਸੁਣਦਾ। ਬਸ ਮੁਰੀਦ ਰਹੋਗੇ ਤਾਂ ਸਾਰੀ ਜ਼ਿੰਦਗੀ ਕੁਛ ਨਾ ਕੁਛ ਪਾ ਲੋਗੇ ਜੇ ਮੁਰੀਦ ਰਹੇ। ਬਿਲਕੁਲ ਜੀ, ਇਹ ਤਾਂ ਸਾਡੀਆਂ ਜਿਵੇਂ ਕਹਿੰਦੇ ਨੇ ਨਾ, ਇਹ ਮੇਰੀਆਂ ਜਾਨਾਂ ਨੇ, ਇਹ ਜਿਹੜੇ ਇਹ ਲੋਕ ਨੇ ਮੇਰੀਆਂ ਜਾਨਾਂ ਨੇ, ਔਰ ਇਹਨਾਂ ਤੋਂ ਬਿਨਾਂ ਤਾਂ ਮੈਨੂੰ ਨੀਂਦ ਹੀ ਨਹੀਂ ਆਉਂਦੀ, ਮੈਂ ਨਾ ਇਹਨਾਂ ਲੋਕਾਂ ਨੂੰ ਸੁਣ ਕੇ ਮੈਂ ਸੌਂਦਾ। ਅੱਛਾ, ਇਹ ਗੱਲ ਹੈ, ਆਪਾਂ ਆਪਾਂ ਭੈਣ ਭਰਾ ਹੀ ਲੱਗਦੇ ਹਾਂ ਇਸ ਮਾਮਲੇ 'ਚ, ਕਿਉਂਕਿ ਇਹ ਮੇਰੇ ਘਰੇ ਵੀ ਹਾਲ ਹੈ, ਇਹ ਜਦ ਤੱਕ ਸੁਣਦੀ ਨਹੀਂ ਮਿਊਜ਼ਿਕ ਸੁਣਦੀ ਨਹੀਂ ਹੈਗੀ। ਕਈ ਵਾਰ ਤਾਂ ਮੈਨੂੰ ਕਹਿਣਗੇ ਕਿ ਇਹਨੂੰ ਬੰਦ ਕਰ ਦੇ ਮਿਊਜ਼ਿਕ ਨੂੰ, ਤੂੰ ਮੈਨੂੰ ਨੀਂਦ ਆਉਣ ਲੱਗ ਪਈ। ਮੈਨੂੰ ਕੁਲਦੀਪ ਕਈ ਵਾਰ ਕਹਿੰਦਾ ਤਾਂ ਮੈਂ ਕੋਈ ਜ਼ਿਆਦਾ ਕਲਾਸੀਕਲ ਚੀਜ਼ ਲਾ ਲਵਾਂ ਨਾ, ਕੋਈ ਖਾਨ ਸਾਹਿਬ ਲਾ ਲਵਾਂ, ਵੱਡੇ ਗੁਲਾਮ ਲਈ ਲਾ ਲਵਾਂ, ਸਲਾਮਤ ਅਲੀ ਲਾ ਲਵਾਂ, ਫਿਰ ਥੋੜ੍ਹੀ ਦੇਰ ਬਾਅਦ ਇੱਕ ਦੋ ਸੁਣੇਗਾ, ਉਸ ਤੋਂ ਬਾਅਦ ਕਹੇਗਾ ਯਾਰ ਮੈਨੂੰ ਨੀਂਦ ਆ ਰਹੀ ਹੈ, ਚੇਂਜ ਕਰ ਦੇ। ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗਾ, ਮੇਰੇ ਫਾਦਰ ਇਨ ਲਾ ਸਾਹਿਬ ਭਾਈ ਭੁਪਿੰਦਰ ਸਿੰਘ ਪਾਰਸ ਗੁਲਾਮ ਅਲੀ ਜੀ ਦੇ ਸ਼ਾਗਿਰਦ ਨੇ, ਅਤੇ ਹੂਸਟਨ ਸੇਵਾ ਕਰਦੇ ਨੇ ਕੀਰਤਨ ਦੀ, ਅਤੇ ਉਹ ਸਾਡੇ ਕੋਲ ਆਏ ਸੀ, ਅਤੇ ਕਹਿੰਦੇ ਉਹਨਾਂ ਦੀ ਇਹਨਾਂ ਦੀ ਵੱਡੀ ਸਿਸਟਰ ਪਿੰਕੀ ਜਿਹੜੀ ਕਨੈਟੀਕਟ ਰਹਿੰਦੀ ਹੈ, ਕਹਿੰਦੇ ਚਲੋ ਆਪਾਂ ਉੱਥੇ ਚੱਲੀਏ, ਮੈਂ ਕਿਹਾ ਚਲੋ ਮੈਂ ਲੈ ਜਾਂਦਾ, 7-8 ਘੰਟੇ ਦੀ ਡਰਾਈਵ ਹੈ। ਅਤੇ ਰਸਤੇ 'ਚ ਜਾਂਦੇ ਜਾਂਦੇ ਉਹਨਾਂ ਨੇ ਕੋਈ ਪੁਰਾਣੇ ਕਲਾਸੀਕਲ ਜਿਹੇ ਲਾ ਲਏ, ਅਤੇ ਮੇਰੀ ਮਦਰ ਇਨ ਲਾਅ ਵੀ ਨਾਲ ਸੀ, ਅਤੇ ਥੋੜ੍ਹੀ ਦੇਰ ਬਾਅਦ ਮੈਂ ਰੁਕਿਆ, ਮੈਂ ਕਿਹਾ ਮੈਂ ਕੌਫੀ ਲੈ ਆਵਾਂ, ਕਹਿੰਦੇ ਕਿਉਂ, ਮੈਂ ਕਿਹਾ ਮੈਨੂੰ ਨਾ ਨੀਂਦਰ ਆ ਗਈ। ਮੇਰੇ ਪਾਪਾ ਨੂੰ ਕਹਿ ਤਾਂ ਸਕਿਆ ਨਹੀਂ ਕਿ ਮੈਂ ਇਸ ਤੋਂ ਜ਼ਿਆਦਾ ਕਲਾਸੀਕਲ ਨਹੀਂ ਬਰਦਾਸ਼ਤ ਕਰ ਸਕਦਾ, ਹਾਲਾਂਕਿ ਕੁਲਦੀਪ ਬਹੁਤ ਅੱਛਾ ਤਬਲਾ ਵਜਾਉਂਦੇ ਆ, ਹੁਣ ਕਾਫੀ ਸਾਲਾਂ ਤੋਂ ਨਹੀਂ ਵਜਾਇਆ। ਅਤੇ ਬਸ ਮੇਰੀ ਮਦਰ ਇਨ ਲਾਅ ਕਹਿੰਦੀ ਕਿ ਬੰਦ ਕਰ ਦਿਓ, ਪਤਾ ਚੱਲੇ ਮੁੰਡਾ ਸੌ ਗਿਆ ਅਤੇ ਅਸੀਂ ਉੱਤੇ ਨਿਕਲ ਗਏ। ਅਤੇ ਦਿਲਜਾਨ ਜੀ, ਤੁਸੀਂ ਜਲੰਧਰ ਤੇ ਕੋਲ ਹੈ ਤੁਹਾਡਾ ਪਿੰਡ? ਹਾਂਜੀ ਬਿਲਕੁਲ, ਜਲੰਧਰ ਤੋਂ ਕੋਈ 14-15 ਕਿਲੋਮੀਟਰ ਮੇਰਾ ਸ਼ਹਿਰ ਹੈ, ਤੇ ਬੜਾ ਫੇਮਸ ਸ਼ਹਿਰ ਹੈ ਸਾਡਾ ਕਰਤਾਰਪੁਰ, ਕਿਉਂਕਿ ਇੱਥੋਂ ਫਰਨੀਚਰ ਬਣ ਕੇ ਜਾਂਦਾ ਹੈ, ਫਰਨੀਚਰ ਲਈ ਬੜਾ ਫੇਮਸ ਹੈ। ਮੈਨੂੰ ਤੇ ਮੇਰਾ ਸਿੰਗਰ ਕਰਤਾਰਪੁਰ ਰਹਿੰਦਾ, ਹੁਣ ਇਹ ਯਾਦ ਰਹਿਣਾ, ਫਰਨੀਚਰ ਨਹੀਂ ਯਾਦ ਰਹਿਣਾ, ਦਿਲਜਾਨ ਰਹਿੰਦਾ, ਬਸ ਇਹ ਯਾਦ ਰਹਿਣਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੇ ਹੋਰ ਦਿਲਜਾਨ, ਫੈਮਿਲੀ ਦੇ ਵਿੱਚ ਮੰਮੀ ਜਾਂ ਫਾਦਰ ਤੋਂ ਬਾਅਦ ਤੁਸੀਂ ਗਾਉਂਦੇ ਹੋ, ਤੇ ਹੋਰ ਕੋਈ ਮੰਮੀ, ਭੈਣ ਭਰਾ, ਹੋਰ ਕੋਈ ਸਿੰਗਰ ਹੈਗਾ? ਵੈਸੇ ਤਾਂ ਸਾਡਾ ਸਾਰਾ ਟੱਬਰ ਹੀ ਗਾਉਂਦਾ ਹੈ। ਨਹੀਂ ਉਹ ਤੇ ਹੈ, ਉਹ 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 ਲਾਜ਼ਮੀ ਹੈ। ਔਰ ਪ੍ਰੋਫੈਸ਼ਨਲੀ ਬ੍ਰਦਰ ਮਿਕ ਨੂੰ ਵੀ ਸ਼ੌਂਕ ਹੈ, ਔਰ ਸਾਡਾ ਨਵੀ ਨਵਰਾਜ ਜਿਹੜਾ ਛੋਟਾ ਹੈ ਸਾਰਿਆਂ ਤੋਂ, ਸਾਡਾ ਸਾਰਿਆਂ ਦਾ ਲਾਡਲਾ, ਉਹ ਬੜਾ ਸੁਰੀਲਾ ਫਨਕਾਰ ਹੈ, ਔਰ ਉਸਨੂੰ ਬੜਾ ਸ਼ੌਂਕ ਹੈ, ਔਰ ਉਸਨੂੰ ਅਸੀਂ ਲੋਕ ਕਰਾਂਗੇ, ਪ੍ਰੈਜੈਂਟ ਕਰਾਂਗੇ ਬਹੁਤ ਜਲਦੀ। ਚਲੋ, ਮਾਈ ਟੀਵੀ ਦਾ ਪਲੈਟਫਾਰਮ ਹਾਜ਼ਰ ਹੈ ਉਹਦੇ ਵਾਸਤੇ ਵੀ, ਮੈਂ ਆਵਾਜ਼ ਉਹਦੀ ਨਹੀਂ ਸੁਣੀ। ਦਿਲਜਾਨ ਜੀ, ਮੈਂ ਮੈਸੇਜ ਪੜ੍ਹ ਰਿਹਾ ਸੀਗਾ, ਇਰਸ਼ਾਦ ਸਾਬਰੀ ਜਿਹੜੇ ਅਜਮੇਰ ਘਰਾਨੇ ਦੇ ਸਾਬਰੀ ਬ੍ਰਦਰ ਦੇ ਕਵਾਲ ਸਿੰਗਰ ਨੇ, ਬਹੁਤ ਵੱਡਾ ਘਰਾਨਾ, 800 ਸਾਲ ਤੋਂ ਕਵਾਲੀ ਕਰਦਾ ਆ ਰਿਹਾ ਉਹਨਾਂ ਦਾ ਘਰਾਨਾ, ਤੁਹਾਨੂੰ ਵਾਵਾ ਲਿਖ ਰਹੇ ਨੇ, ਬਹੁਤ ਅੱਛੇ ਲਿਖ ਰਹੇ ਨੇ। ਸੋ ਵਾਵਾ ਇਸੇ ਦੇ ਵਾਵਾ ਦੇ ਚੱਕਰ 'ਚ ਇੱਕ ਹੋਰ ਵਾਵਾ, ਇੱਕ ਵਾਰ ਇਰਸ਼ਾਦ, ਫਿਰ ਹੋ ਜਾ ਇਰਸ਼ਾਦ, ਆਪਕੇ ਲਈ ਇਰਸ਼ਾਦ ਹੈ, ਕੁਝ ਦਿਲਜਾਨ ਕੁਝ ਹੋਰ ਸੁਣਾਓ। ਜ਼ਰੂਰ ਜੀ, ਸਭ ਤੋਂ ਪਹਿਲਾਂ ਤਾਂ ਬੜੇ ਵੱਡੇ ਲੋਕ ਨੇ ਜੀ ਇਹ ਲੋਕ, ਔਰ ਜੇ ਮੇਰੇ ਵਰਗੇ ਨਿਮਾਣੇ ਜੀ ਨੂੰ ਪਿਆਰ ਕਰਦੇ ਨੇ, ਔਰ ਇਹ ਬਹੁਤ ਵੱਡੀ ਗੱਲ ਹੈ ਮੇਰੇ ਲਈ। ਸੋ
थैंक यू सो मच, बहुत मेहरबानी। सो की सुनना चाहते हो जी, की सुनावा? ਜੋ ਤੁਹਾਡੀ ਰੂਹ ਕਰਦੀ ਹੈ, ਜੋ ਜੋ ਤੁਹਾਡਾ ਦਿਲ ਕਰਦਾ, ਜੋ ਤੁਹਾਡਾ ਬੈਸਟ ਹੈ, ਜੇ ਤੈਨੂੰ ਲੱਗਦਾ ਕਿ ਇਹ ਚੀਜ਼ ਮੇਰੀ ਬੈਸਟ ਹੈ, ਸੂਫੀ ਪਸੰਦ ਹੈ ਜਾਂ ਫੋਕ ਪਸੰਦ ਹੈ ਜਾਂ ਗਜ਼ਲਾਂ ਪਸੰਦ ਨੇ, ਐਨੀਥਿੰਗ ਦਿਲਜਾਨ, ਦੱਸ, ਦਿਲ 'ਚ ਵੜ ਜਾ। ਓਕੇ ਜੀ, ਸ਼ੋਰ, ਤੁਹਾਡੀ ਨਜ਼ਰ ਕਹਿੰਦਾ। ਜਕਪਾਲ ਆਂਟੀ ਵਾਚ ਕਰ ਰਹੇ। ਇੱਕ ਗੀਤ ਮੈਂ ਸੁਰਸ਼ੇਤਰ ਚ ਗਾਇਆ ਸੀ, ਉਸ ਗੀਤ ਨਾਲ ਇੱਕ ਯਾਦ ਮੇਰੀ ਜੁੜੀ ਹੋਈ ਹੈ ਕਿ ਉਸ ਗੀਤ ਦੇ ਜ਼ਰੀਏ ਮੈਨੂੰ, ਕਿਉਂਕਿ ਸਾਡਾ ਇਹ ਜਿਹੜਾ ਫਾਰਮੈਟ ਸੀਗਾ ਫਾਈਨਲ ਵਿੱਚ, ਜਿਹੜੇ ਉਹ ਪੰਜ ਲੋਕ ਜਾਣੇ ਸੀਗੇ, ਰਾਈਟ? ਸੋ ਪੰਜ ਲੋਕ ਫਰੋਮ ਇੰਡੀਆ ਐਂਡ ਪੰਜ ਲੋਕ ਫਰੋਮ ਪਾਕਿਸਤਾਨ, ਆਪਣੇ ਦੇਸ਼ ਨੇਬਰ। ਸੋ ਇੱਕ ਬੜੀ ਵੱਡੀ ਗੱਲ ਹੋਈ ਸੀ ਉਦੋਂ ਕਿ ਜਦੋਂ ਮੈਂ ਇਹ ਪਰਫੋਰਮੈਂਸ ਕੀਤੀ ਸੀ, ਸੋ ਜਿਹੜੇ ਸਾਡੇ ਜਿਊਰੀ ਮੈਂਬਰ ਸੀਗੇ ਉਹਨਾਂ ਚੋਂ ਆਸ਼ਾ ਭੋਸਲੇ ਜੀ, ਟੂਨਾ ਲੈਲਾ ਜੀ ਔਰ ਅਬਿਦਾ ਪ੍ਰਵੀਨ ਜੀ, ਹਾਂਜੀ, ਔਰ ਸਾਡੇ ਕੈਪਟਨ ਸੀਗੇ ਹਿਮੇਸ਼ ਰਸ਼ਮੀ ਔਰ ਪਾਕਿਸਤਾਨ ਤੋਂ ਆਤਿਫ ਅਸਲਮ ਸਾਹਿਬ। ਯੈਸ। ਸੋ ਜਿਊਰੀ ਨੇ ਕਿਹਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਹੈ ਕਿ ਦਿਲਜਾਨ ਫਾਈਨਲ 'ਚ ਨਾ ਚੱਲੇ, ਕਿਉਂਕਿ ਲਿਮਿਟਡ ਚੇਅਰ ਸੀਗੀਆਂ, ਪੰਜਵਾਂ ਕੰਟੈਸਟੈਂਟ ਆਲਰੇਡੀ ਉਹਨਾਂ ਨੇ ਚੁਣ ਲਿਆ ਸੀਗਾ, ਰਾਈਟ? ਸੋ ਮੈਂ ਰਹਿ ਗਿਆ ਸੀਗਾ, ਰਾਈਟ? ਸੋ ਉਹ ਲੋਕ, ਮੈਨੂੰ ਹੁਣ ਵੀ ਯਾਦ ਹੈ, ਬੜਾ ਮੇਰੇ ਹੁਣ ਵੀ ਰੋਂਗਟੇ ਖੜੇ ਹੋ ਜਾਂਦੇ ਜਦੋਂ ਉਹ ਚੀਜ਼ ਦੇਖ ਕੇ, ਉਹ ਲੋਕ ਚਿਹਰਾ ਤੋਂ ਉੱਠ ਗਏ ਸੀਗੇ, ਕਹਿੰਦੇ ਵੀ ਅਸੀਂ ਹੁਣ ਜਜਮੈਂਟ ਨਹੀਂ ਕਰਨੀ ਜੇ ਦਿਲਜਾਨ ਫਾਈਨਲ 'ਚ ਨਹੀਂ ਜਾਏਗਾ। ਔਰ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਉਸ ਸ਼ੋਅ ਦਾ ਫਾਰਮੈਟ ਹੀ ਚੇਂਜ ਹੋ ਗਿਆ ਸੀ, ਪੰਜ ਦੀ ਜਗ੍ਹਾ ਛੇ ਚਿਹਰਾ ਲਾਉਣੀਆਂ ਪਈਆਂ ਸੀ। I remember. ਔਰ ਮੈਂ ਫਿਨਾਲੇ ਚ ਗਿਆ ਸੀਗਾ, ਔਰ ਉਹ ਗੀਤ ਤੁਹਾਡੀ ਨਜ਼ਰ ਕਰਦਾ। ਜਗਪਾਲ ਮਾਸੀ, ਥੈਂਕ ਯੂ ਫਾਰ ਵਾਚਿੰਗ। ਉਸ ਤੋਂ ਪਹਿਲਾਂ ਇੱਕ ਸ਼ੇਰ ਤੁਹਾਡੀ ਨਜ਼ਰ, ਮੈਂ ਨਵਾਂ ਨਵਾਂ ਅੱਜ ਤੁਹਾਡੇ ਲਈ ਤਿਆਰ ਕੀਤਾ। ਮੈਂ ਤੇਰੀ ਬੇਵਫਾਈ ਦਾ ਕਦੋਂ ਯਾਰਾ ਗਿਲਾ ਕੀਤਾ, ਤੂੰ ਮੇਰੇ ਨਾਲ ਜੋ ਕੀਤਾ ਖਰਾ ਕੀਤਾ, ਖਰਾ ਕੀਤਾ। ਜ਼ਮਾਨੇ ਦੀ ਹਵਾ ਤੂੰ ਮੈਂ ਬੜਾ, ਜ਼ਮਾਨੇ ਦੀ ਹਵਾ ਤੂੰ ਮੈਂ ਬੜਾ ਅਣਜਾਣ ਸਾ ਪਹਿਲਾਂ, ਤੂੰ ਮੇਰਾ ਦਿਲ ਤੋੜ ਕੇ ਸਜਣਾ ਇਹ ਸੱਚ ਮੁੱਚ ਹੀ ਖਰਾ ਕੀਤਾ। ਨੀ ਸੋਹਣੀਏ ਜੇ ਤੇਰੇ ਨਾ ਹਾਂ ਦਗਾ ਮੈਂ ਕਮਾ, ਨੀ ਰੱਬ ਕਰੇ ਮੈਂ ਮਰ ਜਾ, ਨੀ ਅੱਲਾ ਕਰੇ ਮੈਂ ਮਰ ਜਾ, ਕਦੇ ਵੀ ਜੇ ਤੇਰੇ ਕੋਲੋਂ ਪੱਲਾ ਮੈਂ ਛੁਡਾਵਾਂ, ਨੀ ਸੱਚੀ ਮੁੱਚੀ ਮੈਂ ਮਰ ਜਾਵਾਂ, ਨੀ ਸੱਚੀ ਮੁੱਚੀ ਮੈਂ ਮਰ ਜਾਵਾਂ, ਨੀ ਅੱਲਾ ਕਰੇ ਮੈਂ ਮਰ ਜਾਵਾਂ। ਕਿਆ ਬਾਤ ਹੈ ਦਿਲਜਾਨ, ਦਿਲ ਕਰਦਾ ਵਾਕਈ ਤੇਰੀ ਆਵਾਜ਼ ਸੁਣੀ ਜਾਈਏ ਇਸ ਕਰਕੇ ਨਹੀਂ,
ਸੌਰੀ ਦੇਖ ਲੈ ਮੈਂ ਤਾਂ ਮਾਈਕ੍ਰੋਫੋਨ ਵੀ ਭੁੱਲ ਗਈ ਹਾਂ ਤੇਰੀ ਆਵਾਜ਼ 'ਚ ਇਸ ਕਰਕੇ ਨਹੀਂ ਕਿ ਯੂ ਨੋ ਤੁਸੀਂ ਸਾਹਮਣੇ ਹੋ ਲੇਕਿਨ ਤੇਰੀ ਪਿੱਠ ਬੋਲਦੀ ਆ ਆਮ ਹਿਊਜ ਹਿਊਜ ਫੈਨ ਆਫ ਯੂਰ ਵੋਇਸ ਔਰ ਸਾਡਾ ਖਾਨਦਾਨ ਜਿਹੜਾ ਸਾਰਾ ਮਿਊਜ਼ੀਕਲ ਖਾਨਦਾਨ ਹੈ ਮੇਰਾ ਕਜ਼ਨ ਹੈਗਾ ਮਨ ਬਹੁਤ ਅੱਛਾ ਗਾਉਂਦਾ ਸੋ ਉਹ ਵੀ ਤੁਹਾਨੂੰ ਦੇਖ ਰਹੇ ਨੇ ਅਤੇ ਉਹਨਾਂ ਦੀ ਫਰਮਾਇਸ਼ ਹੈ ਕੰਡੇ ਉੱਤੇ ਸੋ ਉਹ ਵੀ ਆਪਾਂ ਸੁਣਾਂਗੇ ਮਨ ਔਰ ਬੜੇ ਸਾਰੇ ਸਾਡੇ ਰਿਸ਼ਤੇਦਾਰ ਇੰਡੀਆ ਪਾਕਿਸਤਾਨ ਰਵੀਤ ਗਿੱਲ ਜੀ ਤੁਹਾਡਾ ਹੋਰੇ ਜ਼ਿਕਰ ਕਰ ਰਹੀ ਸੀ ਮੈਂ ਅੱਜ ਸਵੇਰੇ ਅਤੇ ਰਵੀਤ ਗਿੱਲ ਜੀ ਵਾਚ ਕਰ ਰਹੇ ਨੇ ਬੜੇ ਵੱਡੇ ਉਸਤਾਦ ਦੇ ਸ਼ਾਗਿਰਦ ਨੇ ਉਸਤਾਦ ਸ਼ਫਕਤ ਅਲੀ ਜੀ ਸਲਾਮਤ ਅਲੀ ਖਾਨ ਸਾਹਿਬ ਦੇ ਬੇਟੇ ਸ਼ਫਕਤ ਅਲੀ ਦੇ ਸ਼ਾਗਿਰਦ ਨੇ ਉਹ ਵੀ ਤੁਹਾਨੂੰ ਵਾਚ ਕਰ ਰਹੇ ਨੇ ਇਸ ਟਾਈਮ ਸੋ ਔਰ ਸ਼ਾਦ ਇਫਸਾਰ ਸਾਬਰੀ ਜੀ ਵਾਚ ਕਰ ਰਹੇ ਨੇ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿੱਡੇ ਸੁਰੀਲੇ ਸੁਰੀਲੇ ਲੋਕ ਸਾਡੇ ਨਾਲ ਜੁੜੇ ਨੇ ਪ੍ਰਿੰਸ ਵਡਾਲੀ ਜੀ ਜੁਆਇਨ ਕੀਤੇ ਨੇ ਪ੍ਰਿੰਸ ਜੀ ਬਹੁਤ ਬਹੁਤ ਸਵਾਗਤ ਹੈ ਔਰ ਮਿਕ ਆਪਣਾ ਮਿਕ ਵੀ ਦੇਖ ਰਹੇ ਨੇ ਮਿਕ ਥੈਂਕ ਯੂ ਸੋ ਮੱਚ ਫੋਰ ਗਿਵਿੰਗ ਮੀ ਦਿਸ ਔਸਮ ਔਸਮ ਖਜ਼ਾਨਾ ਕਿ ਜਦੋਂ ਵੀ ਤੁਸੀਂ ਕੁਛ ਸ਼ੇਅਰ ਕਰਦੇ ਹੋ ਮਿਕ ਜਦੋਂ ਵੀ ਕੁਛ ਸ਼ੇਅਰ ਕਰਦਾ ਬਹੁਤ ਸੁਰੀਲਾ ਸ਼ੇਅਰ ਕਰਦਾ ਸੋ ਥੈਂਕ ਯੂ ਸੋ ਮੱਚ ਫੋਰ ਪ੍ਰਮੋਟਿੰਗ ਗੁੱਡ ਮਿਊਜ਼ਿਕ ਔਰ ਇਸ ਤਰ੍ਹਾਂ ਹੀ ਤੁਸੀਂ ਗਾਉਂਦੇ ਰਹੋ ਵਾਹਿਗੁਰੂ ਇੱਦਾਂ ਹੀ ਬਖਸ਼ਿਸ਼ ਰੱਖੇ ਤੁਹਾਡੇ 'ਤੇ ਅਤੇ ਹੁਣ ਅਸੀਂ ਹੁਣ ਥੋੜ੍ਹਾ ਜਿਹਾ ਤੁਹਾਡੇ ਪਰਸਨਲ ਲਾਈਫ 'ਤੇ ਜਾਈਏ ਥੋੜ੍ਹਾ ਜਿਹਾ ਪਰਸਨਲ ਟੱਚ ਦਿੰਦੇ ਹਾਂ ਥੋੜ੍ਹਾ ਜਿਹਾ ਇਹ ਪਰਸਨਲ ਹਾਂਜੀ ਬਿਲਕੁਲ ਇਹ ਦਿਲ ਖੋਲ ਕੇ ਨਹੀਂ ਬੋਲਦਾ ਪਰਸਨਲ ਨਹੀਂ ਮੈਂ ਕੱਟ ਰਿਹਾ ਸੌਰੀ ਉਸ ਤੋਂ ਪਹਿਲਾਂ ਇਹ ਹੈ ਕਿ ਮੈਂ ਤੁਸੀਂ ਬਹੁਤ ਵੱਡੇ ਵੱਡੇ ਲੋਕਾਂ ਦੇ ਨਾਮ ਲੈਣੇ ਔਰ ਮੇਰਾ ਉਹਨਾਂ ਸਾਰਿਆਂ ਨੂੰ ਦਿਲੋਂ ਸਜਦਾ ਹੈ ਸਲਾਮ ਹੈ ਸਲਾਮ ਵਾਲਿਕੁਮ ਹੈ ਔਰ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਇਸ ਨਿਮਾਣੇ ਜੀ ਨੂੰ ਵੇਖ ਰਹੇ ਹੋ ਬਰਦਾਸ਼ਤ ਕਰ ਰਹੇ ਹੋ ਥੈਂਕ ਯੂ ਔਰ ਮਿਕ ਨੂੰ ਹਮੇਸ਼ਾ ਲਵ ਯੂ ਬ੍ਰੋ ਤੂੰ ਹਮੇਸ਼ਾ ਮੇਰੇ ਨਾਲ ਖੜਦਾ ਹੈ ਔਰ ਹਮੇਸ਼ਾ ਲਵ ਯੂ ਟੂ ਬ੍ਰੋ ਥੈਂਕ ਯੂ ਸੋ ਸੋ ਮੱਚ ਔਰ ਹੁਣ ਆਓ ਜੀ ਪਰਸਨਲ ਹਾਂਜੀ ਕੀ ਕਹਿ ਰਹੇ ਹੋ ਬਚਪਨ ਤੋਂ ਤੁਸੀਂ ਗਾਉਂਦੇ ਆ ਰਹੇ ਹੋ ਹਨਾ ਕਿੰਨੀ ਉਮਰ ਤੋਂ ਤੁਸੀਂ ਸ਼ੁਰੂ ਕੀਤਾ ਵੈਸੇ ਤਾਂ ਜਦੋਂ ਤੋਂ ਮੇਰੀ ਸੁਰਤ ਜਿਹੜੀ ਸੰਭਲੀ ਹੈ ਜਦੋਂ ਤੋਂ ਮੈਨੂੰ ਪਤਾ ਲੱਗਿਆ ਕਿ ਹਾਂ ਇਹ ਦੁਨੀਆਦਾਰੀ ਵੀ ਕੁਛ ਚੀਜ਼ ਹੁੰਦੀ ਹੈ ਰਾਈਟ ਸੋ ਮੇਰੇ ਖਿਆਲ ਨਾਲ 4-5 ਸਾਲ ਦਾ ਜਿਹੜਾ ਬੱਚਾ ਹੁੰਦਾ ਹੈ ਉਹ ਸਮਝਣ ਲੱਗ ਪੈਂਦਾ ਹੈ ਦੁਨੀਆ ਦਾ ਮਿਊਜ਼ਿਕ ਨੂੰ ਅੱਛੀ ਤਰ੍ਹਾਂ ਸੋ ਔਰ ਜਿਵੇਂ ਮੈਂ ਦੱਸਿਆ ਕਿ ਮਿਊਜ਼ਿਕ ਦਾ ਮਾਹੌਲ ਸਾਡੀ ਫੈਮਿਲੀ ਵਿੱਚ ਹੀ ਸੀਗਾ ਔਰ ਚੰਗੀਆਂ ਚੰਗੀਆਂ ਚੀਜ਼ਾਂ ਫਾਦਰ ਸਾਹਿਬ ਉਹਨਾਂ ਦੇ ਜ਼ਰੀਏ ਸੁਣਨ ਨੂੰ ਮਿਲਦੀਆਂ ਸੀਗੀਆਂ ਰਾਈਟ ਸੋ ਮੈਂ ਮੇਰੇ ਖਿਆਲ ਨਾਲ ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ ਉਦੋਂ ਤੋਂ ਮੈਂ ਮਿਊਜ਼ਿਕ ਦਾ ਹੋ ਗਿਆ ਔਰ ਮੈਨੂੰ ਹੁਣ ਯਾਦ ਨਹੀਂ ਹੈ ਕਦੋਂ ਤੋਂ ਮੈਂ ਜਿਹੜਾ ਮੁਰਸ਼ਦ ਹੋ ਗਿਆ ਪ੍ਰੋਫੈਸ਼ਨਲੀ ਜਿਹੜਾ ਹੈ ਉਸ ਤੋਂ ਬਿਲਕੁਲ ਪ੍ਰੋਫੈਸ਼ਨਲੀ ਜਿਹੜਾ ਉਸ ਤੋਂ ਬਾਅਦ ਮੈਂ ਇੱਕ ਸਭ ਤੋਂ ਪਹਿਲਾਂ ਕੰਪੀਟੀਸ਼ਨ ਕੀਤਾ ਸੀਗਾ ਸਾਡੇ ਜਲੰਧਰ 'ਚ ਮੇਲਾ ਗਦਰੀ ਬਾਬਿਆਂ ਦਾ ਲੱਗਦਾ ਦੇਸ਼ ਭਗਤ ਯਾਦਗਾਰ ਹੈ ਸਾਡਾ ਮੈਮੋਰੀਅਲ ਔਰ ਉਹਦੇ ਵਿੱਚ ਮੇਲਾ ਗਦਰੀ ਬਾਬਿਆਂ ਦਾ ਲੱਗਦਾ ਔਰ ਮੈਂ ਉਹਦੇ 'ਚ ਪਾਰਟਿਸਿਪੇਟ ਕੀਤਾ ਜੂਨੀਅਰ ਆਰਟਿਸਟ ਹੁੰਦੇ ਨੇ ਉਹਨਾਂ 'ਚੋਂ ਮੈਂ ਪਾਰਟਿਸਿਪੇਟ ਕੀਤਾ ਸੀਗਾ ਔਰ ਉਹ ਬੜੀ ਵੱਡੀ ਗੱਲ ਮੇਰੇ ਲਈ ਹੋ ਗਈ ਕਿ ਮੈਂ ਉਹਦੇ 'ਚ ਫਸਟ ਆ ਗਿਆ ਸੀ ਸੋ ਉਸ ਤੋਂ ਬਾਅਦ ਮੈਨੂੰ ਮੈਂ ਬੜਾ ਆਪਣੇ ਆਪ ਤੋਂ ਮੋਟੀਵੇਟ ਹੋਇਆ ਕਿ ਹਾਂ ਲਾਈਕ ਆਈ ਕੈਨ ਡੂ ਇਟ ਰਾਈਟ ਸੋ ਮੈਂ ਫਿਰ ਮਿਹਨਤ ਵੱਲ ਲੱਗ ਗਿਆ ਔਰ ਡੈਡ ਨੇ ਵੀ ਪੂਰਾ ਜ਼ੋਰ ਲਾਇਆ ਕਿ ਹਾਂ ਕਿਉਂਕਿ ਡੈਡ ਦੇ ਦੋ ਸ਼ੌਂਕ ਹੁੰਦੇ ਸੀਗੇ ਮੈਂ ਸੌਰੀ ਥੋੜੀ ਜਿਹੀ ਗੱਲ ਲੰਬੀ ਕਰ ਰਿਹਾ ਪਲੀਜ਼ ਕੋਈ ਨਹੀਂ ਤੁਹਾਡਾ ਟੀਵੀ ਹੈ ਯਾ ਦੋ ਸ਼ੌਂਕ ਸੀਗੇ ਇੱਕ ਸੀਗਾ ਮਿਊਜ਼ਿਕ ਔਰ ਇੱਕ ਸੀ ਕ੍ਰਿਕਟ ਸੋ ਮੈਂ ਕੀ ਨੂੰ ਵੇਖ ਰਿਹਾ ਉਹਨੂੰ ਵੀ ਉਹ ਪਲ ਯਾਦ ਆ ਜਾਣੇ ਸੋ ਮਿਊਜ਼ਿਕ ਜਿਹੜਾ ਸੀਗਾ ਉਹ ਮੇਰੇ ਜ਼ਰੀਏ ਪੂਰਾ ਹੁੰਦਾ ਰਿਹਾ ਔਰ ਕ੍ਰਿਕਟ ਜਿਹੜਾ ਮਿਕ ਬਹੁਤ ਵਧੀਆ ਕ੍ਰਿਕਟਰ ਹੈ ਯੂ ਨੋ ਉਹ ਬੋਲਿੰਗ ਬਹੁਤ ਜ਼ਬਰਦਸਤ ਕਰਦਾ ਸੋ ਕ੍ਰਿਕਟ ਵਾਲਾ ਜਿਹੜਾ ਸ਼ੌਂਕ ਹੈ ਉਹ ਮਿਕ ਦੇ ਜ਼ਰੀਏ ਪੂਰਾ ਹੁੰਦਾ ਰਿਹਾ ਸੋ ਡੈਡੀ ਹੁਣੀ ਆਪ ਤੇ ਚਲੋ ਕਿਉਂਕਿ ਪਰਿਵਾਰ ਦਾ ਥੋੜ੍ਹਾ ਹਾਲਾਤ ਵੀ ਇਸ ਤਰ੍ਹਾਂ ਦੇ ਸੀਗੇ ਕਿ ਬਹੁਤ ਅੱਛੇ ਹਾਲਾਤ ਨਹੀਂ ਸੀਗੇ ਸੋ ਜੋਬ ਵਗੈਰਾ 'ਚ ਬਿਜ਼ੀ ਹੋ ਗਏ ਪਰ ਉਹਨਾਂ ਨੇ ਸਾਡੇ ਵਿੱਚੋਂ ਆਪਣੇ ਆਪ ਨੂੰ ਵੇਖਿਆ ਸੋ ਸਾਡੇ ਵਿੱਚੋਂ ਉਹ ਚੀਜ਼ ਸਾਨੂੰ ਬਣਾਇਆ ਕਿ ਉਹਨਾਂ ਦੇ ਸ਼ੌਂਕ ਦੇ ਅਸੀਂ ਪੂਰੇ ਕਰ ਸਕੀਏ ਇਹ ਬੜੀ ਵੱਡੀ ਗੱਲ ਹੈ ਮਿਕ ਯੂ ਆਰ ਵੈਰੀ ਲੱਕੀ ਕਿਉਂਕਿ ਬਹੁਤ ਘੱਟ ਪੇਰੈਂਟਸ ਅੱਜ ਕੱਲ੍ਹ ਕੈਸੇ ਸਪੋਰਟ ਦੇਣ ਲੱਗ ਪਏ ਨੇ ਲੇਕਿਨ ਬੜੇ ਘੱਟ ਪੇਰੈਂਟਸ ਹੁੰਦੇ ਨੇ ਜਿਹੜੇ ਕਿ ਬੱਚਿਆਂ ਨੂੰ ਇੰਨਾ ਸਪੋਰਟ ਕਰਨ ਉਹਨਾਂ ਦੇ ਟੈਲੈਂਟ ਲਈ ਮਿਕ ਮੈਨੂੰ ਤੁਹਾਡੀ ਗੱਲ ਸੁਣ ਕੇ ਨਾ ਆਪਣਾ ਬਚਪਨ ਦੀ ਗੱਲ ਯਾਦ ਆ ਗਈ ਜਿਵੇਂ ਉਹਨੇ ਦੱਸਿਆ ਕਿ ਮੈਂ ਤਬਲਾ ਸਿੱਖਿਆ ਉਸਤਾਦ ਅਲਰਖਾ ਖਾਨ ਸਾਹਿਬ ਤੋਂ ਅੱਬਾ ਜੀ ਤੋਂ ਅਤੇ ਮੇਰਾ ਜਿਹੜਾ ਛੋਟਾ ਬ੍ਰਦਰ ਹੈ ਜਦੋਂ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਆਏ ਸੀ ਤਾਂ ਉਹਨਾਂ ਦਾ ਸ਼ਾਗਿਰਦ ਹੋਇਆ ਸੀਗਾ ਬੰਬੇ 'ਚ ਅਤੇ ਤੁਹਾਨੂੰ ਪਤਾ ਸ਼ਹਿਰੀ ਮੁੰਡੇ ਸੀਗੇ ਅਸੀਂ ਅਤੇ ਇੰਨਾ ਕੁਝ ਜ਼ਿਆਦਾ ਧਿਆਨ ਨਹੀਂ ਦਿੰਦੇ ਸੀ ਅਤੇ ਇੱਕ ਦਿਨ ਸਾਡਾ ਡੈਡ ਆ ਕੇ ਸਾਨੂੰ ਡਾਂਟਣ ਲੱਗ ਪਿਆ ਤੁਸੀਂ ਇਹ ਕਰਦੇ ਹੋ ਤੁਸੀਂ ਉਹ ਕਰਦੇ ਹੋ ਮੈਂ ਇੰਨਾ ਕੁਛ ਕਰਨਾ ਤੁਸੀਂ ਰਿਆਜ਼ ਨਹੀਂ ਕਰਦੇ ਅਤੇ ਮੇਰਾ ਭਰਾ ਗੁੱਸੇ 'ਚ ਆ ਕਹਿੰਦਾ ਕਹਿੰਦਾ ਪਾਪਾ ਜੀ ਤੁਸੀਂ ਕੀ ਚਾਹੁੰਦੇ ਹੋ ਮੈਂ ਜਦੋਂ ਪੈਦਾ ਹੋਇਆ ਬਾਹਰ ਆ ਕੇ ਕਹਿੰਦਾ ਵਾਜਾ ਕਿੱਥੇ
ਕਿ ਬਚਪਨ 'ਚੋਂ ਕਹਿੰਦੇ ਜਿੰਨਾ ਕੁ ਅਸੀਂ ਕਰ ਸਕਦੇ ਓਨਾ ਵੀ ਕਰਦੇ ਹਾਂ, ਤਾਂ ਮੈਨੂੰ ਇਹ ਗੱਲ ਤੁਸੀਂ ਕਹਿੰਦੇ ਕਿ ਬਚਪਨ ਤੋਂ, ਤਾਂ ਮੈਨੂੰ ਉਹਦੀ ਬਚਪਨ ਦੀ ਯਾਦ ਆ ਗਈ, ਕਹਿੰਦਾ ਕਿ ਬਾਹਰ ਆ ਕੇ ਅਸੀਂ ਕਹਿੰਦੇ ਡਾਕਟਰ ਸਾਹਿਬ ਵਾਜਾ ਲਿਆ ਸੀ, ਵਾਜਾ ਵਜਾੜਾ। ਸਹੀ ਗੱਲ ਹੈ। ਵੈਸੇ ਮੈਨੂੰ ਪਤਾ ਕੀ ਲੱਗਦਾ ਸੀ ਕਿ ਅੱਜ ਜਿਹੜੀਆਂ ਜ਼ਿਆਦਾ ਫਨੀ ਜਿਹੀਆਂ ਗੱਲਾਂ ਹੋਣਗੀਆਂ, ਕਿਉਂਕਿ ਮੋਨਾ ਜੀ ਤੇ ਮੈਂ ਵੀਡੀਓ ਵਗੈਰਾ ਦੇਖਦਾ ਰਹਿੰਦਾ ਨਾ, ਤਾਂ ਮੈਨੂੰ ਇਹ ਲੱਗਦਾ ਸੀ ਕਿ ਸ਼ਾਇਦ ਉਹਨਾਂ ਵੱਲੋਂ ਹੋਣਗੀਆਂ, ਪਰ ਤੁਹਾਨੂੰ ਪਤਾ ਜ਼ਿਆਦਾ ਜਿਹੜੀਆਂ ਇੰਟਰਸਟਿੰਗ ਤੇ ਫਨੀ ਗੱਲਾਂ ਉਹ ਭਾਜੀ ਤੁਹਾਡੇ ਵੱਲੋਂ ਜ਼ਿਆਦਾ ਹੋ ਰਹੀਆਂ। ਬਸ ਅਸਰ ਹੋ ਗਿਆ, ਕੀ ਕਰੀਏ। ਪਰ ਉਸ ਤੋਂ ਮੈਂ ਵੈਸੇ ਚੁੱਪਚਾਪ ਜੇ ਲੱਗਦੇ ਹੋ, ਸ਼ਾਂਤ ਜੇ ਸੁਭਾਅ ਦੇ, ਪਰ ਗੱਲ ਕੂੜੀ ਹੈ ਭਾਜੀ। ਫੋਕ ਵਜਾ ਕੇ ਸਹੀ ਕੀਤਾ। ਅਸੀਂ ਨਾ ਬੈਲੈਂਸ ਰੱਖਿਆ ਹੋਇਆ ਪਬਲਿਕਲੀ ਇਹ, ਤੇ ਵੈਸੇ ਮੈਂ ਸੋ ਬੈਲੈਂਸ ਆਊਟ ਕੀਤਾ। ਜਿਹੜੇ ਮੇਰੇ ਰਿਸ਼ਤੇਦਾਰ ਨੇ ਉਹ ਕੰਪਲੇਨ ਕਰਦੇ ਨੇ, ਤੂੰ ਮੰਗੇ, ਕਿਉਂਕਿ ਮੇਰੀ ਖੁਆਇਸ਼ਾਂ ਹਮੇਸ਼ਾ ਸਲਮਾਨ ਖਾਨ ਰਹੀਆਂ। ਬਚਪਨ ਤੋਂ ਕਹਿੰਦੇ ਸੀ ਕਿਹਦੇ ਨਾਲ ਸ਼ਾਦੀ ਕਰੇਗੀ, ਮੈਂ ਕਹਿਣਾ ਸਲਮਾਨ ਖਾਨ ਨਾਲ। ਅਤੇ ਜਦੋਂ ਮੈਂ ਲਵ ਮੈਰਿਜ ਕੀਤੀ, ਬਾਏ ਦਾ ਵੇ ਮੈਂ ਲਵ ਮੈਰਿਜ ਕੀਤੀ, ਅਤੇ ਫੈਮਲੀ ਉਦੋਂ ਨਹੀਂ ਚਾਹੁੰਦੀ ਸੀ ਕਿ ਮੈਂ ਲਵ ਮੈਰਿਜ ਕਰਾਂ, ਉਹਨਾਂ ਸੀ ਕੋਈ ਡਾਕਟਰ ਸ਼ਾਕਟਰ ਲੱਭੇ ਕੁੜੀ, ਸਾਡੀ ਕੁੜੀ ਦੇ ਨਖਰੇ ਬੜੇ ਆ, ਅਤੇ ਇਹ ਕਿੱਥੇ ਗਾਣ ਵਜਾਉਣ ਵਾਲਿਆਂ ਨਾਲ ਰਹਿ ਪਾਏਗੀ। ਅਤੇ ਮੇਰੀ ਮੰਮੀ ਉਹਨਾਂ ਨੇ ਜਦੋਂ ਇਹਦਾ ਨੇਚਰ ਦੇਖਿਆ, ਕੁਲਦੀਪ ਦਾ ਨੇਚਰ ਦੇਖਿਆ ਕਿ ਕਿਉਂਕਿ ਮੇਰੇ ਮੈਂ ਆਮ ਵੈਰੀ ਹੈਪੀ ਪਰਸਨ, ਆਮ ਵੈਰੀ ਜੋਏਫੁਲ, ਆਮ ਵੈਰੀ ਹਾਈਪਰ, ਅਤੇ ਮੈਨੂੰ ਸੰਭਾਲਣ ਵਾਸਤੇ ਮੈਨੂੰ ਇਸ ਤਰ੍ਹਾਂ ਦਾ ਕੋਈ ਪਾਰਟਨਰ ਚਾਹੀਦਾ ਸੀ ਕਿ ਜਿਹੜਾ ਮੇਰੇ ਨਖਰੇ ਸਹਿ ਸਕੇ, ਜਿਹੜਾ ਮੇਰੀ ਹਾਈਪਰਨੈਸ ਮੈਨੂੰ ਕੰਟਰੋਲ ਕਰ ਸਕੇ। ਸੋ ਹੀ ਇਜ਼ ਦਾ ਬੈਸਟ ਵਨ, ਅਤੇ ਇਸ ਕਰਕੇ ਜਿਹੜੇ ਸਾਡੀ ਫੈਮਲੀ ਸਾਰੀ ਮੋਸਟਲੀ ਵਾਚ ਕਰ ਰਹੀ ਹੈ, ਅਤੇ ਉਹ ਰੀਜ਼ਨ ਇਹੀ ਹੈ ਜੀ, ਰੂਹਦਾਰੀ। ਸੋ ਰੂਹਦਾਰੀ ਹੋਣੀ ਬਹੁਤ ਜ਼ਰੂਰੀ ਹੈ ਮੋਨੀ ਗਿੱਲ ਵਾਸਤੇ, ਆਲਵੇਜ਼ ਰੂਹਦਾਰੀ, ਭਾਵੇਂ ਮਿਊਜ਼ਿਕ ਹੋਵੇ, ਖਾਣਾ ਹੋਵੇ ਜਾਂ ਹਸਬੈਂਡ ਹੋਵੇ, ਰਾਈਟ? ਲੱਕੀ ਐਕਚੁਅਲੀ, ਯੈਸ, ਇਨ ਅ ਵੇ ਲੱਕੀ ਆ, ਕਿਉਂਕਿ ਹਸਬੈਂਡ ਵਾਈਫ ਦੀ ਜੁੜੀ। ਮੈਂ ਹੋਰ ਵੀ ਵੇਖਣਾ, ਤੁਹਾਡੀ ਵੀਡੀਓ ਦੇਖ ਰਿਹਾ ਸੀ, ਤੁਹਾਨੂੰ ਮੇਰੇ ਖਿਆਲ ਨਾਲ ਖਾਣਾ ਖੁਣਾ ਵੀ ਬਣਾ ਕੇ ਦਿੰਦੇ ਭਾਜੀ, ਹੈ ਨਾ? ਬਹੁਤ, ਮੈਂ ਬਸ ਉਹ ਕੱਪੜੇ ਧੋਂਦੇ ਦੀ ਪਾਏ ਨਹੀਂ ਮੈਂ ਹਲੇ ਤੱਕ, ਪੋਚੇ ਵੀ ਲਗਵਾ ਛੱਡੀ ਦੇ, ਵੈਕਿਊਮ ਮਾਰਿਆ ਹੋਇਆ। ਇਹ ਕੁਆਰੰਟਾਈਨ ਨੇ ਬੜਾ ਕੁਛ ਕਰਾ ਤਾ ਯਾਰ, ਵੈਕਿਊਮ ਮਰਵਾ ਤੇ। ਮੈਂ ਤੇ ਉਸ ਦਿਨ ਕੰਮ ਵਾਲੀ ਆਈ, ਮੈਂ ਤੇ ਉਹਨੂੰ ਪੈਸੇ ਐਕਸਟਰਾ ਦਿੱਤੇ, ਮੈਂ ਕਿਹਾ ਸ਼ੁਕਰ ਹੈ ਤੇਰੀ ਸ਼ਕਲ ਦੇਖੀ, ਕਹਿੰਦੀ ਕਿਉਂ, ਮੈਂ ਕਿਹਾ ਮੈਂ ਮਰ ਚੱਲਿਆ ਸੀ। ਮੈਨੂੰ ਖੁਦ ਲੱਗਣ ਲੱਗ ਪਿਆ ਇਸ ਕਰੋਨਾ ਵਾਇਰਸ ਦੇ ਚੱਕਰ 'ਚ, ਮੈਨੂੰ ਮੇਰੇ ਹਸਬੈਂਡ 'ਚ ਮੇਰੇ ਕੰਮ ਵਾਲੀ ਬਾਈ ਨਜ਼ਰ ਆਉਣ ਲੱਗ ਪਈ ਹੈ। ਘਰੋਂ ਬਾਹਰ ਨਹੀਂ ਨਿਕਲ ਸਕਦੇ, ਤੁਹਾਡੇ ਉੱਥੇ ਕੀ ਹਾਲ ਹੈ? ਹਾਲੇ ਵੀ ਬਾਹਰ ਅੰਦਰ ਰਹੋ ਕਿ ਬਾਹਰ ਕੀ ਚੱਕਰ ਹੈ? ਖੁੱਲਿਆ ਲੋਕਡਾਊਨ? ਨਹੀਂ ਭਾਜੀ, ਜਲੰਧਰ ਦੇ ਥੋੜੇ ਹਾਲਾਤ ਖਰਾਬ ਨੇ ਵੈਸੇ। ਪੁਲਿਸ ਦੇ ਡੰਡੇ ਚੱਲ ਰਹੇ ਨੇ? ਨਹੀਂ, ਉਹ ਵੈਸੇ ਗਲਤ ਗੱਲ ਨਹੀਂ ਹੈ, ਚੱਲਣੇ ਵੀ ਚਾਹੀਦੇ ਨੇ, ਕਿਉਂਕਿ ਸੁਣਦੇ ਨੇ ਕਈ ਲੋਕ। ਹਾਂ, ਇਸ ਚੀਜ਼ ਦਾ ਕਿਉਂਕਿ ਕੋਈ ਇਹਦਾ ਹੱਲ ਕੋਈ ਹੈ ਨਹੀਂ, ਨਾ ਕੋਈ ਮੈਡੀਸਨ ਹੈ, ਰਾਈਟ? ਸੋ ਇੱਕੋ ਹੀ ਚੀਜ਼ ਹੈ ਕਿ ਤੁਸੀਂ ਆਪਣੇ ਆਪ ਨੂੰ ਜਿੰਨਾ ਕੁਆਰੰਟਾਈਨ ਕਰ ਸਕਦੇ ਹੋ ਘਰ 'ਚ ਰਹੋ, ਰਾਈਟ? ਸੋ ਸਾਡੇ ਜਲੰਧਰ 'ਚ ਥੋੜਾ ਜਿਹਾ ਹਾਲਾਤ ਥੋੜੇ ਜਿਹੇ ਖਰਾਬ ਨੇ, ਸਾਡੇ ਇੱਥੇ 150-200 ਪੇਸ਼ੈਂਟ ਹੈਗਾ ਜਿਹੜਾ ਕਿ, ਇਸ ਕਰਕੇ ਇੱਥੇ ਥੋੜਾ ਜਿਹਾ ਮੇਰੇ ਖਿਆਲ ਨਾਲ ਹਾਲੇ ਰਹੇਗਾ, ਥੋੜਾ ਸਖਤੀ ਰਹੇਗੀ, ਰਹਿਣੀ ਚਾਹੀਦੀ, ਆਈ ਥਿੰਕ ਸੋ। ਸਖਤੀ ਰਹਿਣੀ ਚਾਹੀਦੀ ਯਾਰ, ਇੱਥੇ ਅਮੈਰੀਕਾ ਵਿੱਚ ਖੁੱਲੀ ਜਾਂਦੇ ਨੇ ਬੀਚਸ ਵਗੈਰਾ, ਖੋਲੀ ਜਾ ਰਹੇ ਨੇ, ਲੇਕਿਨ ਹਾਲੇ ਲੇਕਿਨ ਜਿਹੜੇ ਸਮਝਦਾਰ ਲੋਕ ਨੇ, ਸਿਆਣੇ ਲੋਕ ਨੇ, ਉਹ ਹਾਲੇ ਬਾਹਰ ਨਹੀਂ ਜਾ ਰਹੇ, ਮਾਸਕ ਪਾ ਕੇ ਜਾ ਰਹੇ ਨੇ, ਡਿਸਟੈਂਸ ਰੱਖ ਰਹੇ ਨੇ 6-6-8-8 ਫੁੱਟ ਦਾ, ਜੇ ਗੱਲ ਕਰੀਏ। ਆਈ ਥਿੰਕ ਇੰਡੀਆ 'ਚ ਵੀ ਇਹੀ ਕਰਨਾ ਪੈਣਾ, ਇਹਦਾ ਕੋਈ ਇਲਾਜ ਹੀ ਨਹੀਂ ਹੈਗਾ। ਪਤਾ ਕੀ ਹੈ, ਗੌਰਮੈਂਟ ਕੀ ਚਾਹੁੰਦੀ ਹੈ, ਜਿਹੜੇ ਜਿਹੜੇ ਗਰੀਬ ਗਰੂਬ ਨੇ ਨਾ, ਆਪਣੇ ਬਿਮਾਰੀ ਨਾਲ ਹੀ ਮਰ ਜਾਣ। ਨਹੀਂ, ਜਾਕੋ ਰੱਖੇ ਸਾਈਆਂ, ਮਾਰ ਸਕੇ ਨਾ ਕੋਈ, ਇਹ ਜਿੰਨੇ ਰੱਬ ਨੇ ਰੱਖ ਰਿਹਾ ਨਾ। ਫਿਟਸਟ ਟੂ ਸਰਵਾਈਵਲ ਦੀ ਕਹਾਵਤ ਆ ਗਈ ਹੈ ਕਿ ਜਿਹੜਾ ਆਪਣੇ ਆਪ ਨੂੰ ਸੰਭਾਲ ਗਿਆ ਉਹ ਬਚ ਜਾਏਗਾ। ਦੁਨੀਆ ਇੰਝ ਚੱਲਦੀ ਆਈ ਹੈ, ਕਿੰਨੀ ਵਾਰੀ ਤਬਾਹੀ ਆਈ ਹੈ, ਲੇਕਿਨ ਜਿਹੜਾ ਆਪਣੇ ਆਪ ਨੂੰ ਬਚਾ ਗਿਆ ਉਸ ਟਾਈਮ 'ਚ, ਉਹੀ ਸਰਵਾਈਵ ਕਰੇਗਾ। ਸੋ ਬੀ ਸਮਾਰਟ, ਬੀ ਸੇਫ ਗਾਇਸ, ਐਂਡ ਸਟੇ ਹੋਮ ਪਲੀਜ਼। ਅਸੀਂ ਦੇਖੋ ਜੀ, ਸਾਰਾ ਕੁਛ ਆਪ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਮਿਸਟੇਕਸ ਵੀ ਕਰ ਰਹੇ ਹਾਂ, ਬਟ ਦੈਟਸ ਓਕੇ, ਐਟਲੀਸਟ ਵੀ ਆਰ ਲਰਨਿੰਗ ਐਂਡ ਵੀ ਆਰ ਇੰਟਰਟੇਨਿੰਗ ਯੂ ਐਂਡ ਵੀ ਆਰ ਬ੍ਰਿੰਗਿੰਗ ਸੱਚ ਅ ਕਾਇੰਡ ਆਫ ਮਿਊਜ਼ਿਕ ਵਿੱਚ ਤੁਹਾਡੇ ਦਿਲਾਂ ਦੇ ਵਿੱਚ ਦਿਲਜਾਨ ਕਰ ਜਾਵੇ। ਅਤੇ ਇਹ ਜੀ ਦਿਲਜਾਨ ਤੁਹਾਡੇ ਵਾਸਤੇ ਹਾਜ਼ਰ ਹੈ, ਅਤੇ ਦਿਲਜਾਨ ਜੀ ਬਹੁਤ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ, ਔਰ ਮੇਰੇ ਕਜ਼ਨ ਨੇ ਲਿਖਿਆ ਕਿ ਐਕਚੁਅਲੀ ਤੁਹਾਨੂੰ ਦੁਬਈ ਤੋਂ ਵੀ ਦੇਖ ਰਹੇ ਨੇ, ਵਾਓ। ਅਤੇ ਬਹੁਤ ਬਹੁਤ ਸਵਾਗਤ ਹੈ ਜਿਹੜੇ ਜਿਹੜੇ ਸਾਨੂੰ ਦੇਖ ਰਹੇ ਨੇ, ਜ਼ਰੂਰ ਲਿਖੋ ਕਿ ਤੁਸੀਂ ਦਿਲਜਾਨ ਤੋਂ ਕੀ ਸੁਣਨਾ ਪਸੰਦ ਕਰੋਗੇ। ਵੈਸੇ ਦਿਲਜਾਨ ਤੁਸੀਂ ਕਿਹੜੀ ਕਿਹੜੀ ਚੀਜ਼ ਗਾ ਲੈਂਦੇ ਹੋ? ਗਜ਼ਲ ਗਾ ਲੈਂਦੇ ਹੋ, ਫੋਕ ਗਾ ਲੈਂਦੇ ਹੋ, ਕਵਾਲੀ ਗਾ ਲੈਂਦੇ ਹੋ, ਜਾਂ ਕੀ ਗਾ ਲੈਂਦੇ ਹੋ? ਹਾਂਜੀ ਬਿਲਕੁਲ, ਮੈਂ ਇਹ ਚੀਜ਼ਾਂ ਸਾਰੀਆਂ ਗਾ ਲੈਂਦਾ, ਬਟ ਜਿਹੜਾ ਮੇਰਾ ਪਰਸਨਲ, ਜਿਸ ਚੀਜ਼ ਨੂੰ ਮੈਂ ਸਮਝਦਾ, ਕਿਉਂਕਿ ਹਰ ਕਿਸੇ ਦੀ ਆਪਣੀ ਇੱਕ ਪਰਸਨਲ ਟੇਸਟ ਹੁੰਦੀ ਹੈ, ਟੇਸਟ ਹੁੰਦਾ ਹੈ। ਸੋ ਮੈਨੂੰ ਸੂਫੀ ਔਰ ਜਿਹੜਾ ਰੋਮਾਂਟਿਕ ਔਰ ਸੈਡ ਸੌਂਗ ਗਾਉਣੇ ਜ਼ਿਆਦਾ ਵਧੀਆ ਲੱਗਦੇ। ਚਲੋ ਕੁਝ ਰੋਮਾਂਟਿਕ ਸੁਣਾਓ। ਆਏ ਹਾਏ, ਮਿਸਟਰ ਗਿੱਲ ਰੋਮਾਂਟਿਕ ਹੋ ਰਹੇ ਨੇ। ਸਾਡੇ ਤਾਂ 12 ਵਜੇ ਨੇ, ਦੁਪਹਿਰ ਦੇ ਅੱਜ ਰੋਮਾਂਟਿਕ ਸੁਣ ਲੈਣੇ ਦੁਪਹਿਰੇ।
ਜ਼ਰੂਰ ਜੀ ਜ਼ਰੂਰ, ਤੁਹਾਨੂੰ ਇੱਕ ਰਾਹਤ ਸਾਹਿਬ ਦਾ ਗਾਣਾ ਮੈਂ ਸੁਣਾਉਣਾ। ਵਾਹ ਜੀ ਵਾਹ। ਲਵਜੋ ਭੈਣ ਜੀ, ਲਗੀ ਤੁਮਸੇ ਮਨ ਕੀ ਲਗਨ, ਲਗਨ ਤੁਮਸੇ ਮਨ ਕੀ ਲਗਨ, ਲਗਨ ਲਗੀ ਤੁਮਸੇ ਮਨ ਕੀ ਲਗਨ, ਲਗਨ ਲਗੀ ਤੁਮਸੇ ਮਨ ਕੀ ਲਗਨ। ਗਲੀ ਗਲੀ ਘੁਮੇ ਦਿਲ ਤੁਝੇ ਢੂੰਢੇ, ਗਲੀ ਗਲੀ ਘੁਮੇ ਦਿਲ ਤੁਝੇ ਢੂੰਢੇ, ਤੇਰੇ ਬਿਨ ਤਰਸੇ ਨਾ। ਲਗਨ ਲਗੀ ਤੁਮਸੇ ਮਨ ਕੀ ਲਗਨ, ਲਗਨ ਲਗੀ ਤੁਮਸੇ ਮਨ ਕੀ ਲਗਨ, ਲਗਨ ਲਗੀ ਤੁਮਸੇ ਮਨ ਕੀ ਲਗਨ। बात है, कुवैत तो भी बहुत बहुत स्वागत है मनी जी। जैसे पल में जैसे बदली पवन, क्या बात। ਸਾਰੇ ਗਾਰੇ ਰਸ ਪਦਸ ਸਾਰੇ ਗਾਰੇ ਰਸ ਕਿਆ ਬਾਤ ਹੈ। ਵਾਹ ਵੇ, ਬੰਦਾ ਬਹੁਤ ਹੀ ਰੂਹਦਾਰੀ ਵਾਲਾ। ਜਗਪਾਲ ਮਾਸੀ ਮੇਰੇ ਜਲੰਧਰ ਤੋਂ ਹੀ ਨੇ, ਔਰ ਜ਼ਰੂਰ ਮਿਲ ਕੇ ਆਉਣਾ। ਦਿਲਜਾਨ ਜਗਪਾਲ ਕੌਰ ਨਾਮ ਹੈ ਉਹਨਾਂ ਦਾ, ਬੜੀ ਮੇਰੇ ਵਰਗੀ ਮਾਸੀ ਹੈ, ਮੇਰੀ ਵਰਗੀ ਰੂਹਦਾਰੀ ਵਾਲੀ ਮਾਸੀ ਹੈ, ਔਰ ਸਰੋਤਿਆਂ ਨੂੰ ਬਹੁਤ 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 ਪਿਆਰ ਕਰਦੀ ਹੈ। ਮਾਸਟਰ ਸਲੀਮ ਜਦੋਂ ਛੋਟੇ ਜਿਹੇ ਸੀ ਉਹ ਮਾਸੀ ਦੇ ਘਰ ਆ ਕੇ ਗਾਇਆ ਕਰਦੇ ਸੀਗੇ। ਸੋ ਮਾਸੀ ਥੈਂਕ ਯੂ, ਤੁਸੀਂ ਦੇਖ ਰਹੇ ਹੋ, ਔਰ ਬੜੇ ਵੱਡੇ ਵੱਡੇ ਸਟਾਰਾਂ ਨੂੰ ਮਾਸੀ ਨੇ ਮਿਸ ਕੀਤਾ, ਪਰ ਅੱਜ ਦਿਲਜਾਨ ਦਾ ਪ੍ਰੋਗਰਾਮ ਨੂੰ ਸਪੈਸ਼ਲ ਸੁਣਨ ਲਈ ਆਈ ਹੈ। ਔਰ ਕੀ ਲਿਖਿਆ ਉਹਨਾਂ ਨੇ ਕਿ ਦਿਲਜਾਨ ਐਸਾ ਸਿੰਗਰ ਹੈ ਕਿ ਆਸ਼ਾ ਜੀ ਦੀ ਅੱਖਾਂ 'ਚੋਂ ਹੰਝੂ ਕਢਾ ਦਿੱਤੇ। ਬਿਲਕੁਲ ਸਹੀ ਕਿਹਾ ਜੀ, ਇਹ ਦਿਲ 'ਚ ਉਤਰਨ ਵਾਲੀ ਆਵਾਜ਼ ਹੈ, ਰੂਹਦਾਰੀ ਵਾਲੀ ਆਵਾਜ਼ ਹੈ। ਜਿੱਦਾਂ ਮੈਂ ਦੱਸਿਆ ਕਿ ਮੈਨੂੰ ਵਾਕਈ ਇਹਨਾਂ 'ਚੋਂ ਬੜੀ ਝਲਕ ਨਜ਼ਰ ਆਉਂਦੀ ਹੈ, ਸਾਡੇ ਜਿਵੇਂ ਪੁਰਾਣੇ ਸਾਡੇ ਬਜ਼ੁਰਗ ਅੱਛੇ ਗਾਇਕ ਸੀਗੇ, ਜਿਨ੍ਹਾਂ ਦੇ ਹੱਡਾਂ 'ਚ ਵਿੱਚ ਰਸੀ ਹੋਈ ਵੋਇਸ ਹੈ, ਉਹਦਾ ਦੀ ਗਾਇਕੀ ਹੈ ਇਹਦੀ। ਮੇ ਗੋਡ ਬਲੈਸ ਯੂ ਦਿਲਜਾਨ। ਫਿਰ ਮੈਂ ਦਿਲਜਾਨ ਸਾਹਿਬ ਇਹ ਪੁੱਛਾਂਗਾ, ਫਿਰ ਲਗਨ ਲੱਗੀ ਕਿਤੇ ਤੁਹਾਡੀ? ਹਾਂ, ਰੋਮਾਂਟਿਕ ਵਾਲੇ ਪਾਸੇ ਆਇਆ ਨਾ, ਲੱਗੀ ਦਿਲ ਸੇ ਲਗਨ। ਸੋਹਣੀ ਲਗਨ ਲੱਗੀ ਹੈ ਜੀ, ਬਸ ਇਹ ਲਗਨ ਇੱਦੀ ਲੱਗੀ ਰਹੇ। ਨਹੀਂ ਨਹੀਂ, ਸੁਰਾਂ ਤੋਂ ਇਲਾਵਾ ਕਿਤੇ ਹੋਰ ਵੀ ਲੱਗੀ ਹੈ ਲਗਨ? ਦਿਲ ਦਿਲ ਨਹੀਂ, ਹਲੇ ਬੱਚਿਆਂ 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 ਹੋਇਆ ਬੱਚਿਆਂ ਰਹੀ। ਅੱਛਾ, ਘਰ ਦੇ ਕੰਮ ਕਰਨੇ ਮੈਂ ਦੇਖੀ। ਅੱਛਾ, ਕੈਮਰਾ ਬੰਦ ਹੋ ਰਿਹਾ ਤਾਂ ਬੱਚੇ, ਸਾਨੂੰ ਇਹ ਨਹੀਂ ਪਤਾ। ਸ਼ਰਟ ਉੱਪਰ ਪਾਈ ਹੈ, ਥੱਲੇ ਮੈਂ ਕੱਛਾ ਪਾਇਆ ਹੋਇਆ, ਸਫਾਈ ਕਰ ਲਗਾ ਕੋਹਣੀ ਪੋਚੇ ਮਾਰਦੇ ਆ ਰਿਹਾ। ਅਵਤਾਰ ਬੜਿੰਗ ਸੀ ਦੇਖ ਰਹੇ ਨੇ ਮੈਰੀਲੈਂਡ ਤੋਂ, ਉਹ ਵੀ ਤੁਹਾਡੇ ਬਹੁਤ ਅੱਛੇ ਫੈਨ ਨੇ। ਅੰਮ੍ਰਿਤਸਰ ਤੋਂ ਸ਼ਿੰਪੀ ਦੇਖ ਰਹੇ ਨੇ, ਪ੍ਰੋਲ ਪ੍ਰਿਆ ਜੀ ਤੁਸੀਂ ਕਿੱਥੋਂ ਦੀ ਹੋ? ਦੁਬਈ ਤੋਂ ਕੋਈ ਦੇਖ ਰਹੇ ਨੇ, ਕਰਮੀ ਜੱਜ ਦੁਬਈ ਤੋਂ ਵੇਖ ਰਹੇ। ਕੀ ਬਾਤ, ਕੁਵੈਤ ਤੋਂ ਦੇਖ ਰਹੇ ਨੇ ਮਣੀ ਜੀ, ਔਰ ਬੜੀ ਅੱਛੀ ਗੱਲ ਹੈ। ਥੈਂਕ ਯੂ ਗਾਇਸ, ਤੁਸੀਂ ਦੇਖ ਰਹੇ ਹੋ। ਔਰ ਮੈਂ ਇਹ ਦੱਸਾਂ ਕਿ ਇਹ ਪਲੈਟਫਾਰਮ ਅਸੀਂ ਜਦੋਂ ਚੂਜ਼ ਕਰਦੇ ਹਾਂ ਸਿੰਗਰ, ਬੜੀ ਸਾਰੀ ਲਿਸਟ ਹੈ, ਬਹੁਤ ਸਾਰੇ ਲੋਕ ਆਉਂਦੇ ਆ, ਟਰੱਸਟ ਮੀ। ਔਰ ਮੇਰੀ ਲਿਸਟ ਹੈ ਨਾ, ਟਰੱਸਟ ਮੀ, ਭਰੀ ਹੋਈ ਹੈ, ਕਿਉਂਕਿ ਮੈਂ ਸ਼ੁਰੂ ਤੋਂ ਹੀ ਜਦੋਂ ਤੋਂ ਫੇਸਬੁੱਕ ਸ਼ੁਰੂ ਹੋਇਆ, ਜਾਂ ਉਸ ਤੋਂ ਮੈਂ ਤਾਂ ਉਸ ਤੋਂ ਪਹਿਲਾਂ ਦੀ ਚੀਜ਼ਾਂ ਸ਼ੇਅਰ ਕਰਦੀ ਆ ਰਹੀ ਹਾਂ, ਲੇਕਿਨ ਜਦੋਂ ਤੋਂ ਫੇਸਬੁੱਕ ਸ਼ੁਰੂ ਹੋਇਆ ਮੈਂ ਬਹੁਤ ਸੁਰੀਲੀ ਚੀਜ਼ਾਂ ਸ਼ੇਅਰ ਕੀਤੀਆਂ ਨੇ। ਔਰ ਯੰਗ ਬੱਚਿਆਂ ਦੇ ਵਿੱਚ ਮੈਂ ਦੱਸ ਦੇਵਾਂ ਕਿ
ਬਹੁਤ ਕੁਛ ਖਾਸ ਇੱਕ ਕਹਿੰਦੇ ਨਾ ਗੁਲਦਸਤਾ ਹੈ ਜਿਹੜਾ ਸਾਡੀ ਪੰਜਾਬ ਦੇ ਵਿੱਚ ਹੈ, ਉਹਦੇ ਵਿੱਚ ਦਿਲਜਾਨ ਹੈ, ਉਹਦੇ ਵਿੱਚ ਕਮਲ ਖਾਨ ਹੈ ਜਿਹਨਾਂ ਨੂੰ ਕਮਾਲ ਖਾਨ ਵੀ ਕਹਿੰਦੇ ਅਸੀਂ, ਅਤੇ ਉਹਦੇ ਵਿੱਚ ਸ਼ਹਿਨਾਜ਼ ਅਖਤਰ ਬਹੁਤ ਹੀ ਸੁਰੀਲਾ ਗਾਉਂਦੇ ਹੈ। ਸੋ ਇਹ ਕੁਛ ਐਸੇ ਨੇ ਜਿਹੜੇ ਕਿ ਕਮਾਲ 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 ਗਾ ਰਹੇ ਨੇ, ਔਰ ਬੜੀ ਪ੍ਰਾਊਡ ਦੀ ਗੱਲ ਹੈ ਕਿ ਸਾਨੂੰ ਪਤਾ ਕਿ ਇਹ ਸਾਡੀ ਧਰੋਹਰ ਹੈ ਜਿਹੜੀ, ਇਹ ਕਿਤੇ ਨਹੀਂ ਜਾਏਗੀ, ਇਹ ਇਹਨਾਂ ਨੇ ਸੰਭਾਲ ਕੇ ਰੱਖਣੀ ਹੈ ਔਰ ਅੱਗੇ ਪਾਸ ਔਨ ਕਰਨਗੇ ਆਪਣੀ ਜਨਰੇਸ਼ਨ ਨੂੰ। ਸੋ ਹੁਣ ਦਿਲਜਾਨ, ਹੁਣ ਜਿੱਦਾਂ ਕੁਲਦੀਪ ਨੇ ਕਿਹਾ ਰੋਮੈਂਟਿਕ ਗਾਣਾ ਤਾਂ ਤੁਸੀਂ ਸੁਣਾਇਆ, ਅਤੇ ਕਾਲਜ ਜਾਂ ਸਕੂਲਾਂ ਦੇ ਵਿੱਚ ਤਾਂ ਅਫਕੋਰਸ ਮੈਂ ਵੀ ਬੜੇ ਗਾਉਂਦੀ ਰਹੀ ਹਾਂ, ਔਰ ਇੱਦਾਂ ਨਹੀਂ ਹੋਇਆ ਕਿ ਇੰਨੇ ਫੇਮਸ ਹੋ ਗਏ ਅਤੇ ਆਪਣੇ ਨਖਰੇ ਤੁਸੀਂ ਪੂਰੇ ਦਿਖਾਏ ਕੁੜੀਆਂ ਨੂੰ, ਐਸਾ ਕਦੀ ਹੋਇਆ? ਨਹੀਂ ਨਹੀਂ ਜੀ, ਮੈਂ ਬੜਾ ਸੰਗਾਊ ਜਿਹਾ ਮੁੰਡਾ ਸ਼ਾਹੀ ਹੈ। ਕੁਲਦੀਪ ਨੂੰ ਖੰਘ ਆ ਗਈ ਤੇਰੀ ਸ਼ਾਹੀ ਤੇ, ਇਹ ਬਰਦਾਸ਼ਤ ਤੋਂ ਬਾਹਰ ਹੋ ਗਈ। ਨਹੀਂ ਨਹੀਂ ਨਹੀਂ, ਸੱਚੀ ਬਾਜੀ ਸਹੀ ਗੱਲ ਹੈ, ਮੈਂ ਬੜਾ ਸਾਊ ਹਾਂ, ਠੀਕ ਠਾਕ, ਠੀਕ ਜਿਹਾ, ਮਤਲਬ ਸ਼ਰੀਫ ਜੇ ਕਿਸਮ ਦਾ, ਸ਼ਰੀਫ ਵਾਲਾ ਸਿਸਟਮ ਨਹੀਂ ਹੈ, ਸ਼ਰੀਫ ਜੇ ਕਿਸਮ ਦਾ ਬਦਮਾਸ਼ ਆ। ਸੋਚਣ ਕਦੇ ਏਦਾਂ ਕਦੀ ਵੀ ਨੀ ਹੋ ਸਕਦਾ ਨਾ ਭਾਜੀ, ਕੀ ਸੋਚਾਂ ਮੈਂ ਕਿ ਮਤਲਬ ਕਾਲਜਾਂ ਵਾਲਾ ਟਾਈਮ ਦੁਆਰਾ ਆ ਜਾਏ, ਪੁੱਛਣਾ ਬੜਾ ਵਾਰਾ ਸੀ ਇਹ ਤੇ ਫੜ ਫੜ ਕੇ ਲੈ ਕੇ ਆਉਣਾ ਪੈਂਦਾ ਸੀ, ਜੋਕ ਕਰ ਰਹੀ ਮੈਂ ਕਿਹਾ ਟੌਪਿਕ ਸੀਰੀਅਸ ਨਾ ਹੋ ਜਾਏ, ਸਾਡੀ ਆਡੀਅੰਸ ਨਹੀਂ ਨਾਰਾਜ਼ ਹੋਣੀ ਚਾਹੀਦੀ, ਪੂਰਾ ਐਂਟਰਟੇਨਮੈਂਟ। 22 ਸਾਲ ਹੋ ਗਏ ਵਿਆਹ ਨੂੰ ਸਾਡੇ, ਬਸ ਉਸ ਤੋਂ ਬਾਅਦ ਮੈਂ ਕਦੀ ਪਤਾ ਹੀ ਨਹੀਂ ਨਾਲ ਵੀ ਕੌਣ ਟ੍ਰੈਂਡ ਹੈ ਮੇਰਾ, ਇੰਨਾ ਵੀ ਨਹੀਂ ਧਿਆਨ ਦਿੱਤਾ, ਬੜਾ ਸ਼ਰੀਫ ਹੋ ਗਿਆ ਉਸ ਤੋਂ ਬਾਅਦ ਮੈਂ ਹੈ ਨਾ। ਵਿਜੇ ਤਨੇਜਾ ਸਾਹਿਬ, ਉਹਨਾਂ ਨੇ ਸਲਮਾਨ ਖਾਨ ਦਾ ਸ਼ੋਅ ਕਰਾਇਆ ਸੀਗਾ ਤੇ ਅਸੀਂ ਪ੍ਰਮੋਟ ਕੀਤਾ ਸੀਗਾ, ਤੇ ਸਾਨੂੰ ਉੱਥੇ ਬੁਲਾਇਆ ਗਿਆ ਸੀਗਾ ਜਿੱਥੇ ਉਹਨਾਂ ਦੀ ਮੀਟਿੰਗ ਜੀ ਗੈਟ ਟੂਗੈਦਰ ਹੁੰਦਾ, ਮੀਟ ਐਂਡ ਗ੍ਰੀਟ ਹੁੰਦਾ, ਤੇ ਮੋਨੀ ਬੜਾ ਤਿਆਰ ਹੋ ਕੇ ਗਈ ਤੇ ਇਹਨੇ ਜਾ ਕੇ ਸਲਮਾਨ ਖਾਨ ਦਾ ਹੱਥ ਹੀ ਫੜ ਲਿਆ ਨਾ, ਤੇ ਫੋਟੋ ਫੋਟੋ ਖਿੱਚੀ ਤੇ ਬਾਹਰ ਕਹਿੰਦੀ ਹਾਏ ਮੈਂ ਇਹਦੇ ਨਾਲ ਵਿਆਹ ਕਰਾਉਣਾ ਸੀਗਾ, ਮੈਂ ਕਿਹਾ ਚੰਗੀ ਰਹਿ ਗਈ ਮੇਰੇ ਨਾਲ ਵਿਆਹ ਕਰਾ ਲਿਆ, ਕਹਿੰਦੀ ਕਿਉਂ, ਮੈਂ ਕਿਹਾ ਹੁਣ ਤੱਕ ਕੁਆਰੀ ਬੈਠਾ ਹੋਣਾ ਸੀ। ਆਈ ਨਾ ਮੈਂ ਕਿਹਾ ਇਹਨੇ ਤਾਂ 20 ਸਾਲ ਹੋਰ ਨਹੀਂ ਕਰਾਉਣਾ। ਚਲੋ ਬਿਲਕੁਲ ਸਹੀ ਗੱਲ ਹੈ, ਉਹ ਵੀ ਖੁਸ਼ ਹੈ, ਲੇਕਿਨ ਬਹੁਤ ਆਰਟਿਸਟਾਂ ਨੂੰ ਮਿਲਿਆ, ਬਹੁਤ ਲੋਕਾਂ ਨੂੰ ਮਿਲਿਆ, ਲੇਕਿਨ ਸਲਮਾਨ ਖਾਨ ਨਾਲ ਹੀ ਇਜ਼ ਅ ਜੈਮ ਆਫ ਏ ਆਰਟਿਸਟ, ਆਈ ਮੀਨ ਬਹੁਤ ਹੀ ਜੈਮ ਹੈ, ਜੇ ਕਦੀ ਮੁਲਾਕਾਤ ਹੋਈ ਨਾ, ਬਹੁਤ ਹੈਲਪਫੁਲ ਹੈ ਐਂਡ ਹੀ ਇਜ਼ ਅ ਗ੍ਰੇਟ ਗਾਇ। ਅਤੇ ਸਲਮਾਨ ਖਾਨ ਨੂੰ ਅਸੀਂ ਜ਼ਰੂਰ ਕਹਾਂਗੇ ਕਿ ਪਲੀਜ਼, ਆਈ ਨੋ ਤੁਸੀਂ ਮੇਰਾ ਕਰਸ਼ ਹੋ, ਲੇਕਿਨ ਮੇਰਾ ਕਰਸ਼ ਹੈ ਜਿਹੜਾ ਉਹ ਮਿਊਜ਼ਿਕ ਵੀ ਹੈ, ਸੋ ਮਿਊਜ਼ਿਕ ਨੂੰ ਵੀ ਤੁਸੀਂ ਜਿਹੜਾ ਦਿਲਜਾਨ, ਅਸੀਂ ਆਵਾਜ਼ ਪਹੁੰਚਾਉਂਦੇ ਕਿ ਸਲਮਾਨ ਖਾਨ ਸਾਹਿਬ ਦਿਲਜਾਨ ਤੋਂ ਵੀ ਗਾਣਾ ਜ਼ਰੂਰ ਬੋਲੀਵੁੱਡ 'ਚ ਪਲੀਜ਼ ਆ ਜਾਵੇ, ਜ਼ਰੂਰ ਇਹਨੂੰ ਯੂਜ਼ ਕਰਨ, ਇਹਦੀ ਵੋਇਸ ਤੁਹਾਡੇ 'ਤੇ ਬੜੀ ਅੱਛੀ ਲੱਗੇਗੀ ਸਲਮਾਨ ਖਾਨ ਜੀ। ਸੋ ਲਓ ਜੀ, ਤੁਹਾਨੂੰ ਰਹਿਣਾ, ਰਾਹੁਲ ਜੀ ਵਾਚ ਕਰ ਰਹੇ ਵੈਸ਼ਨੋ ਦੇਵੀ ਤੋਂ ਜੀ, ਸਾਡੇ ਲਈ ਮੱਥਾ ਜ਼ਰੂਰ ਟੇਕਣਾ ਵੈਸ਼ਨੋ ਦੇਵੀ, ਔਰ ਮਾਤਾ ਰਾਣੀ ਨੂੰ, ਵਾਹਿਗੁਰੂ ਨੂੰ, ਅੱਲਾਹ ਨੂੰ ਅਰਦਾਸ ਕਰਨਾ ਕਿ ਇਸ ਕੋਰੋਨਾ ਵਾਇਰਸ ਤੋਂ ਸਾਨੂੰ ਸਾਰਿਆਂ ਨੂੰ ਬਚਾਵੇ, ਛੁਟਕਾਰਾ ਮਿਲੇ, ਔਰ ਇਹ ਬਸ ਖਤਮ ਹੀ ਹੋ ਜਾਏ, ਇਹ ਕਿਸੇ ਤਰੀਕੇ ਨਾਲ ਬਸ ਇਹ ਵੈਨਿਸ਼ ਹੋ ਜਾਏ ਬਿਮਾਰੀ, ਤਾਂ ਕਿ ਅਸੀਂ ਬੈਕ ਟੂ ਲਾਈਫ ਜਾਈਏ, ਪਾਰਟੀਆਂ ਕਰੀਏ, ਬਾਹਰ ਜਾਈਏ, ਸ਼ਾਪਿੰਗ ਕਰੀਏ, ਸ਼ਾਪਿੰਗ ਮਾਲ ਸਾਡੇ ਵਿਚਾਰੇ ਰੁਲ ਰਹੇ ਨੇ। ਅੱਛਾ, ਸ਼ਾਪਿੰਗ ਤੋਂ ਯਾਦ ਆਇਆ, ਤੁਸੀਂ ਬਾਹਰ ਕਿਹੜੇ ਕਿਹੜੇ ਦੇਸ਼ਾਂ 'ਚ ਗਏ ਹੋ ਸਰ? ਹੁਣ ਤੱਕ ਭਾਜੀ ਮੈਂ ਜਿਹੜਾ ਸਭ ਤੋਂ ਪਹਿਲਾਂ ਤਾਂ ਮੇਰਾ ਟੂਰ ਸੀਗਾ ਦੁਬਈ ਦਾ, ਕਿਉਂਕਿ ਉਹ ਫਸਟ ਟਾਈਮ ਮੈਂ ਐਬਰੋਡ ਗਿਆ ਸੀਗਾ ਸਭ ਤੋਂ ਪਹਿਲਾਂ, ਔਰ ਸੁਰ ਖੇਤਰ ਦੇ ਜ਼ਰੀਏ ਸਭ ਤੋਂ ਪਹਿਲਾਂ ਦੁਬਈ ਗਿਆ, ਔਰ ਉਸ ਤੋਂ ਬਾਅਦ ਫਿਰ ਯੂਕੇ ਔਰ ਕੈਨੇਡਾ, ਮੇਰੇ ਖਿਆਲ ਮੈਂ ਕੋਈ 7-8 ਦਫ਼ਾ ਜਾ ਚੁੱਕਿਆ, ਅਮਰੀਕਾ ਨਹੀਂ ਆਇਆ ਨਾ, ਔਰ ਅਮਰੀਕਾ ਮੈਂ ਵੈਸੇ ਵੇਖ ਚੁੱਕਿਆ, ਨਿਊਯਾਰਕ ਮੈਂ ਆਇਆ ਸੀਗਾ, ਪਰ ਮੈਂ ਸ਼ੋਅ ਨਹੀਂ ਕੀਤਾ ਹਾਲੇ ਤੱਕ ਅਮਰੀਕਾ 'ਚ। ਵਾਸ਼ਿੰਗਟਨ ਇੱਕ ਯਾਦ ਰੱਖੀ ਕਿ ਤੇਰੇ ਭਰਾ ਦਾ ਘਰ ਹੈਗਾ। ਯੂ ਆਰ ਵੈਲਕਮ ਐਨੀ ਟਾਈਮ, ਐਨੀ ਟਾਈਮ ਯੂ ਆਰ ਵੈਲਕਮ, ਥੈਂਕ ਯੂ।
ਕੋਸ਼ਿਸ਼ ਕਰਾਂਗੇ ਫਿਰ ਤੇਰਾ ਕੋਈ ਸ਼ੋਅ ਸ਼ਾ ਵੀ ਕਰਾ ਦਈਏ ਇੱਥੇ। ਅੱਛਾ ਹੁਣ ਆਪਾਂ ਮੁੱਦੇ ਤੇ ਵਾਪਸ ਆਨੇ ਆ, ਸੁਰ ਖੇਤਰ ਦੀ ਗੱਲ ਕਰੀਏ ਤੇ ਉਹਦੇ ਚ ਹੁਣ ਇੰਨੇ ਸਾਰੇ ਲੋਕ ਤੁਸੀਂ ਇਕੱਠੇ ਸਾਰੇ ਮੁੰਡੇ ਗਏ ਸੀ, ਬੱਚੇ ਜਿਹੜੇ ਆਪਸ ਚ ਕੰਪੀਟ ਵੀ ਕਰ ਰਹੇ ਸੀ, ਜਿਹੜੇ ਕਿ ਆਪਣੇ ਪੜੋਸੀ ਦੇਸ਼ ਤੋਂ ਵੀ ਸੀਗੇ ਪਾਕਿਸਤਾਨ ਤੋਂ, ਤੇ ਐਸਾ ਕਦੇ ਹੋਇਆ ਕਿ ਇੱਕ ਦੂਜੇ ਨਾਲ ਜਿਵੇਂ ਲੰਚ ਤੇ ਆਫਟਰ ਪ੍ਰੈਕਟਿਸ ਜਾਂ ਪ੍ਰੈਕਟਿਸ ਦੇ ਦੌਰਾਨ, ਮਤਲਬ ਆਫ ਸਟੇਜ ਇੱਦਾਂ ਹੋਇਆ ਕਿ ਔਰੇ ਤੂੰ ਕੌਣ ਔਰ ਮੈਂ ਕੌਣ, ਮੈਂ ਬੈਸਟ ਹਾਂ ਤੂੰ ਨਹੀਂ ਬੈਸਟ ਹੈਗਾ, ਜਾਂ ਇੱਦਾਂ ਸਮਥਿੰਗ, ਇੱਦਾਂ ਕਦੀ ਹੋਈ ਇੱਦਾਂ ਤੂੰ ਮੈਂ ਮੈਂ? ਓਬਵੀਅਸਲੀ ਕਿਉਂਕਿ ਹਰ ਕੋਈ ਉੱਥੇ ਜਿੱਤਣ ਵਾਸਤੇ ਆਇਆ ਸੀਗਾ, ਆਫ ਕੋਰਸ ਕੰਪੀਟੀਸ਼ਨ ਕਹਿੰਦੇ ਨੇ ਇਹਨੂੰ, ਪਰ ਉਦਾਂ ਅਸੀਂ ਇਹ ਆ ਕੇ ਥੱਪੜੋ ਥੱਪੜੀ ਨਹੀਂ ਹੋਏ ਉਦਾਂ, ਵੈਸੇ ਗੱਲੋਂ ਕਰੀ ਬਹੁਤ ਕੁਛ ਕਿਹਾ ਹੈ ਜਿਵੇਂ ਇੰਡੀਆ ਕ੍ਰਿਕਟ ਦਾ ਮੈਚ ਚੱਲ ਰਿਹਾ ਸੀ, ਹਾਂ ਉਸ ਅਗਲਾ ਚੱਲ ਜਾਂਦਾ ਸੀ, ਕਿਉਂਕਿ ਉਹ ਬਹੁਤ ਵੱਡੀ ਗੱਲ ਸੀ ਕਿ ਅਸੀਂ 2.5 ਮਹੀਨੇ ਇੱਕ ਦੂਜੇ ਨੂੰ ਬਰਦਾਸ਼ਤ ਕੀਤਾ ਸੀਗਾ ਉੱਥੇ, ਐਕਚੁਅਲ ਕੁਆਰੰਟਾਈਨ ਸੀਗਾ ਉਹ, ਕੋਈ ਬਾਹਰਲੀ ਲਾਈਫ ਸਾਡੇ ਲਈ ਉਹ ਬਿਲਕੁਲ ਹੀ ਖਤਮ ਹੋਇਆ ਸੀ ਉਸ ਟਾਈਮ, ਸੋ ਉਹਨਾਂ ਨੇ ਸਾਨੂੰ ਪੂਰਾ ਲਾਈਕ ਇਹ ਕੀਤਾ ਹੋਇਆ ਸੀ ਕਿ ਕੁਆਰੰਟਾਈਨ ਕੀਤਾ ਹੋਇਆ ਸੀ, ਮਿਊਜ਼ਿਕ ਹੀ ਹੈ ਜੋ ਵੀ ਹੈ ਤੁਹਾਡਾ, ਮਿਊਜ਼ਿਕ ਹੀ ਹੈ, ਸੋ ਉਸ ਚੀਜ਼ ਦਾ ਰਿਜ਼ਲਟ ਵੀ ਬੜਾ ਅੱਛਾ ਆਇਆ ਕਿ ਨਹੀਂ ਬਹੁਤ ਅੱਛਾ ਸੀ, ਅੱਜ ਦੇ ਟਾਈਮ ਜੋ ਹੋਇਆ ਉਹ ਸਾਰਾ ਉਹਨਾਂ ਚੀਜ਼ਾਂ ਕਰਕੇ ਹੀ ਹੋਇਆ। ਆਈ ਵਿਸ਼ ਕਿ ਇਹ ਇੰਡੀਆ 'ਚ ਹੁੰਦਾ ਕੰਪੀਟੀਸ਼ਨ ਤੇ ਯੂ ਵਿਲ ਬੀ ਦਾ ਵਿਨਰ, ਲੇਕਿਨ ਇਟਸ ਓਕੇ, ਨੈਵਰ ਟੂ ਲੇਟ। ਇੱਕ ਅੱਛੇ ਸਿੰਗਰ ਨੂੰ ਮਾਤ ਦੇਣਾ ਜਾਂ ਉਹਦੀ ਉਹਦੀ ਟੱਕਰ 'ਤੇ ਪਹੁੰਚਣਾ ਬਿਨਾਂ ਬਹੁਤ ਵੱਡੀ ਗੱਲ ਹੈ। ਸ਼ਾਹਰੁਖ ਤੋਂ ਹੋਇਆ, ਤੁਹਾਨੂੰ ਇੱਕ ਸਵਾਲ ਪੁੱਛਣੇ ਅਸੀਂ, ਠੀਕ ਹੈ ਜੀ? ਅਗਰ ਤੁਸੀਂ ਪੰਜਾਬ ਦੀ ਜਿਹੜੀ ਇੰਡਸਟਰੀ ਸਾਡੀ, ਸਨੀ ਮਸੀਹ ਜੀ ਨਿਊ ਜਰਸੀ ਤੋਂ ਹਾਏ ਹੈਲੋ ਲਿਖ ਰਹੇ ਨੇ, ਬਹੁਤ ਅੱਛੇ ਬੰਦੇ ਨੇ, ਹੈਲੋ ਥੈਂਕ ਯੂ ਸਰ, ਇਹ ਵੀ ਬਹੁਤ ਅੱਛੇ ਪ੍ਰਮੋਟਰ ਨੇ, ਪ੍ਰਮੋਟ ਕਰ ਰਿਹਾ ਨਾ ਦਿਲਜਾਨ ਨੂੰ ਮੈਂ ਹੁਣ ਇਸ ਟਾਈਮ, ਥੈਂਕ ਯੂ। ਅਤੇ ਇੱਕ ਕੋਈ ਐਸਾ ਸਿੰਗਰ ਜਿਹਨੇ ਕੋਈ ਗਾਣਾ ਗਾਇਆ ਪੰਜਾਬ ਦਾ ਔਰ ਤੁਸੀਂ ਤੁਹਾਨੂੰ ਇੰਝ ਲੱਗਿਆ ਇਹ ਜੇ ਮੈਨੂੰ ਮਿਲ ਜਾਂਦਾ ਜਾਂ ਮੈਂ ਇਹਨੂੰ ਗਾਉਂਦਾ ਅਤੇ ਮੈਂ ਇਹਨੂੰ ਇੰਝ ਗਾਉਂਦਾ, ਇੱਕ ਪੰਜਾਬ ਦਾ ਕੋਈ ਸਿੰਗਰ? ਮੈਂ ਉਹ ਗਾਣਾ ਬੜੇ ਸਾਰੇ ਨਹੀਂ, ਇੱਕ ਹੈ ਔਰ ਉਹ ਗਾਣਾ ਮੈਂ ਸੁਰ ਖੇਤਰ 'ਚ ਵੀ ਗਾਇਆ ਸੀਗਾ, ਉਹ ਮੈਂ ਤੁਹਾਡੀ ਨਜ਼ਰ ਕਰਦਾ ਤੁਹਾਨੂੰ ਸੁਣ ਕੇ ਯਾਦ ਆ ਜਾਏਗਾ। ਸਾਡੀ ਜ਼ਿੰਦਗੀ 'ਚ ਖਾਸ ਤੇਰੀ ਤਾਂ ਸੋਚੀ ਨਾ ਤੈਂ ਦਿਲੋਂ ਕੱਢਤਾ, ਸਾਡੀ ਜ਼ਿੰਦਗੀ 'ਚ ਖਾਸ ਤੇਰੀ ਤਾਂ ਸੋਚੀ ਨਾ ਤੈਨੂੰ ਦਿਲੋਂ ਕੱਢਤਾ, ਲੋਕੀ ਹੰਝੂਆਂ 'ਚੋਂ ਫੜ ਲੈਂਦੇ ਨਾ, ਲੋਕੀ ਹੰਝੂਆਂ 'ਚੋਂ ਫੜ ਲੈਂਦੇ ਨਾ, ਇਸੇ ਲਈ ਅਸੀਂ ਰੋਣਾ ਹੀ ਛੱਡਤਾ, ਇਸੇ ਲਈ ਅਸੀਂ ਰੋਣਾ ਛੱਡਤਾ, ਇਸੇ ਲਈ ਅਸੀਂ ਰੋਣਾ ਛੱਡਤਾ, ਮਾਹੀ ਮਾਹੀ ਦਿਲ ਮੇਰਾ ਕਿੰਦਾ ਰਹਿੰਦਾ ਹੈ, ਕਿਆ ਬਾਤ, ਦਰਦ ਜੁਦਾਈ ਵਾਲਾ ਸੁਣਦਾ ਰਹਿੰਦਾ, ਹੋ ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ, ਦਰਦ ਜੁਦਾਈ ਵਾਲਾ ਸੁਣਦਾ ਰਹਿੰਦਾ ਹੈ, ਕਿਆ ਬਾਤ ਹੈ, ਬਹੁਤ ਸੋਹਣਾ, ਬਹੁਤ ਅੱਛੇ। ਔਰ
ਐਕਚੁਅਲੀ ਦਿਲਜਾਨ ਵਾਸਤੇ ਵਾਕਈ ਦਿਲ ਕਰਦਾ ਕਿ ਤੈਨੂੰ 24 ਘੰਟੇ ਨਾ ਬਸ ਇੱਥੇ ਬਿਠਾਈ ਰੱਖੀ ਔਰ ਸੁਣੀ ਜਾਈਏ ਐਵਰੀ ਡੇ ਆਈ ਵਿਸ਼ ਇੱਦਾਂ ਹੋਵੇ ਲੇਕਿਨ ਅਗਰ ਤੁਹਾਨੂੰ ਲੱਭਣਾ ਹੋਵੇ ਜਿਹੜੀ ਸਾਡੀ ਆਡੀਅੰਸ ਹੈ ਅਗਰ ਤੁਹਾਨੂੰ ਕਿਸੇ ਨੇ ਬੁੱਕ ਕਰਨਾ ਹੋਵੇ ਸਾਡੇ ਇੱਥੇ ਪ੍ਰਮੋਟਰ ਵੀ ਸਾਨੂੰ ਇੱਕ ਦੋ ਵਾਚ ਕਰ ਰਹੇ ਨੇ ਅਤੇ ਉਹ ਕਿਸ ਤਰ੍ਹਾਂ ਤੁਹਾਨੂੰ ਕੋਂਟੈਕਟ ਕਰ ਸਕਦੇ ਨੇ ਦੱਸੋ ਤੁਹਾਨੂੰ ਕਿੱਦਾਂ ਲੱਭ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਜ਼ਰੀਏ ਉਹਨਾਂ ਲੋਕਾਂ ਦੇ ਮੈਂ ਮੁਖਾਤਿਬ ਹੋ ਰਿਹਾ ਸੋ ਸਭ ਤੋਂ ਪਹਿਲਾਂ ਤੇ ਤੁਹਾਨੂੰ ਕੰਟੈਕਟ ਕਰਨ ਉਹ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੋਏਗੀ ਤੁਹਾਡੇ ਜ਼ਰੀਏ ਤੇ ਉਹ ਲੋਕ ਆਉਣ ਔਰ ਉਸ ਤੋਂ ਬਾਅਦ ਇੱਕ ਸਾਡਾ ਆਫੀਸ਼ੀਅਲ ਨੰਬਰ ਹੈਗਾ 9478132132 9478132 ਇਹ ਸਾਡਾ ਆਫੀਸ਼ੀਅਲ ਨੰਬਰ ਹੈ ਸੋ ਇਸ ਤੇ ਜਦੋਂ ਵੀ ਮੈਂ ਫ੍ਰੀ ਹੁੰਦਾ ਇਹ ਫੋਨ ਮੇਰੇ ਕੋਲ ਹੁੰਦਾ ਵੈਸੇ ਸਾਡਾ ਆਫੀਸ਼ੀਅਲ ਨੰਬਰ ਹੈ ਸੋ ਇਸ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹਾਂ ਪਰਫੈਕਟ ਅਤੇ ਹੁਣ ਦਿਲਜਾਨ ਜਿਵੇਂ ਕੁਲਦੀਪ ਨੇ ਪੁੱਛਿਆ ਕਿ ਸਿੰਗਰ ਕਿਹੜਾ ਅਗਰ ਮੈਂ ਪੁੱਛਾਂ ਆਪਣੇ ਪੜੋਸੀ ਦੇਸ਼ ਤੋਂ ਕੋਈ ਐਸਾ ਗਾਣਾ ਜਿਹੜਾ ਕਿ ਤੁਸੀਂ ਸੋਚਦੇ ਕਿ ਆਈ ਵਿਸ਼ ਕਿ ਇਹ ਮੈਂ ਗਾਉਂਦਾ ਤਾਂ ਐਸਾ ਕੋਈ ਗਾਣਾ ਜ਼ਿਹਨ 'ਚ ਹੈਗਾ ਆਈ ਨੋ ਔਨ ਦਾ ਸਪਾਟ ਪੁੱਛ ਰਹੀ ਹਾਂ ਐਕਚੁਅਲੀ ਉੱਥੋਂ ਦੇ ਬੜੇ ਜਿਹੜੇ ਗਾਣੇ ਨੇ ਮੇਰੇ ਬੜੇ ਦਿਲ ਦੇ ਕਰੀਬ ਨੇ ਔਰ ਐਕਚੁਅਲੀ ਕਾਫੀ ਪੁਰਾਣੇ ਗਾਣੇ ਨੇ ਸੋ ਉਦੋਂ ਮੇਰੇ ਖਿਆਲ ਨਾਲ ਮੇਰਾ ਜਨਮ ਵੀ ਨਹੀਂ ਹੋਇਆ ਹੋਣਾ ਜਦੋਂ ਦੇ ਉਹ ਗਾਣੇ ਬਣੇ ਹੋਏ ਨੇ ਸੋ ਪਰ ਮੇਰੀ ਇੱਕ ਤਮੰਨਾ ਹੈ ਕਿ ਜਿਹੜੇ ਦੇ ਗਾਣੇ ਜਿਨ੍ਹਾਂ ਨੂੰ ਮੈਂ ਮੇਰਾ ਦਿਲ ਕਰਦਾ ਰਹਿੰਦਾ ਹਮੇਸ਼ਾ ਗਾਉਣ ਨੂੰ ਸੋ ਮੈਂ ਉਹਨਾਂ ਨੂੰ ਦੁਬਾਰਾ ਰੀਕ੍ਰੀਏਟ ਕਰਾਂ ਔਰ ਇੱਕ ਨਵੇਂ ਨਵੇਂ ਜਿਹੜਾ ਫਲੇਵਰ 'ਚ ਉਹਨਾਂ ਗਾਣਿਆਂ ਨੂੰ ਲੈ ਕੇ ਆਵਾਂ ਆਪਣੇ ਆਪਣਾ ਇੱਕ ਥੋੜ੍ਹਾ ਜਿਹਾ ਫਲੇਵਰ ਪਾ ਕੇ ਔਰ ਅੱਜ ਦੇ ਸਟਾਈਲ ਦਾ ਥੋੜ੍ਹਾ ਜਿਹਾ ਮਿਊਜ਼ਿਕ ਕਰਕੇ ਸੋ ਮੇਰੀ ਕੋਸ਼ਿਸ਼ ਹੈ ਔਰ ਬਹੁਤ ਜਲਦੀ ਉਹ ਤੁਹਾਡੀ ਨਜ਼ਰ ਕਰਾਂਗੇ ਉਹਨਾਂ 'ਚੋਂ ਜਿਹੜੀ ਕਲੈਕਸ਼ਨ ਕੁਛ ਪਾ ਕੇ ਓਕੇ ਦੈਟਸ ਗੁੱਡ ਸੋ ਇੱਕ ਗੀਤ ਮੈਂ ਤੁਹਾਡੀ ਨਜ਼ਰ ਕਰਦਾ ਉਹ ਮੇਰੇ ਬੜੇ ਦਿਲ ਦੇ ਕਰੀਬ ਆ ਸੋ ਕੁਝ ਲਾਈਨਾਂ ਤੁਹਾਡੀ ਨਜ਼ਰ ਕਰਦਾ ਵਿਆਹ ਸਜਣਾ ਰਲ ਕੱਠਿਆਂ ਬਈਏ ਤੇ ਵਿਛੋੜਿਆਂ ਨੂੰ ਅਗਲਾ ਮਨਜ਼ੂਰ ਕੰਮ ਦਿਲਾਂ ਵਿੱਚ ਵਸਦੇ ਤੇ ਕਿਤੇ ਵਿਛੜਿਆਂ ਮਰ ਜਾ ਜ਼ਿੰਦਗੀ ਚ ਪਿਆਰ ਹਾਂ ਇੱਕ ਵਾਰ ਹੁੰਦਾ ਚਾਰ ਨੇ ਉਹ ਜਿਹੜਾ ਬਾਰ ਬਾਰ ਹੁੰਦਾ ਉਹ ਪਿਆਰ ਨੇ ਜਿਹੜਾ ਬਾਰ ਹੁੰਦਾ ਉਹ ਪਿਆਰ ਨੇ ਉਹ ਜਿਹੜਾ ਬਾਰ ਬਾਰ ਕਿਆ ਬਾਤ ਹੈ ਬਹੁਤ ਅੱਛੇ ਵੈਰੀ ਨਾਈਸ ਇਹ ਇਹ ਆਉਣ ਵਾਲੇ ਜਨਰੇਸ਼ਨ ਨੂੰ ਤਾਂ ਨਹੀਂ ਇਹ ਸੱਦਾ ਦੇ ਰਿਹਾ ਕਿ ਵੀ ਪਿਆਰ ਬਾਰ ਬਾਰ ਨਹੀਂ ਹੁੰਦਾ ਹੈ ਨਹੀਂ ਅੱਛੀ ਗੱਲ ਹੈ ਮੈਸੇਜ ਪਿਆਰ ਇੱਕ ਵਾਰ ਹੀ ਹੋਣਾ ਚਾਹੀਦਾ ਬਾਰ ਬਾਰ ਤੇ ਉਹ ਬਿਮਾਰ ਹੋ ਜਾਂਦੇ ਬਾਰ ਬਾਰ ਪਿਆਰ ਤੇ ਇਹਦੇ ਵਿੱਚ ਇੱਕ ਲਾਈਨ ਹੈ ਬਹੁਤੇ ਬਹੁਤੇ ਯਾਰਾਂ ਵਾਲਾ ਕਿੱਥੋਂ ਯਾਰ ਹੁੰਦਾ ਹੈ ਪਿਆਰ ਤਾਂ ਜ਼ਿੰਦਗੀ 'ਚ ਇੱਕ ਵਾਰ ਹੁੰਦਾ ਹੈ ਇਹ ਗੱਲ ਸਹੀ ਹੈ ਆਇਸ਼ਾ ਖਾਨ ਜੀ ਬਾਲਟੀਮੋਰ ਤੋਂ ਦੇਖ ਰਹੇ ਨੇ ਸਭ ਦੀ ਜਾਨ ਸ਼ੀਜ਼ ਫਰਮ ਪਾਕਿਸਤਾਨ ਅਮਰੀਕਾ ਲੇਕਿਨ ਬਾਲਟੀਮੋਰ ਨੇ ਆਇਸ਼ਾ ਖਾਨ ਨੇ ਲਿਖਿਆ ਸਭ ਦੀ ਜਾਨ ਦਿਲ ਜਾ ਕੀ ਬਾਤ ਹੈ ਦਿਲਜਾਨ ਦੇਖ ਲੈ ਤੇਰੇ ਕੋਲ ਬੜੇ ਸਾਰੇ ਦਿਲ ਆ ਰਹੇ ਨੇ ਦਿਲਜਾਨ ਐਂਡ ਹੁਣ 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 ਇਹੀ ਸਵਾਲ ਜਿਹੜਾ ਆਪਾਂ ਪਹਿਲਾਂ ਪੰਜਾਬ ਗਏ ਹਾਂ ਪਾਕਿਸਤਾਨ ਗਏ ਹੁਣ ਇਹੀ ਸਵਾਲ ਮੇਰਾ ਕਿ ਅਗਰ ਬਾਲੀਵੁੱਡ ਦਾ ਕੋਈ ਸਿੰਗਰ ਤੁਸੀਂ ਚੱਕਣਾ ਹੋਵੇ ਉਹਦਾ ਇੱਕ ਗਾਣਾ ਮੇਲ ਹੋ ਸਕਦੀ ਫੀਮੇਲ ਹੋ ਸਕਦੀ ਹੈ ਅਗਰ ਉਹ ਗਾਣਾ ਤੁਹਾਨੂੰ ਮਿਲੇ ਤਾਂ ਤੁਸੀਂ ਉਹਨੂੰ ਕਿਵੇਂ ਗਾਉਂਦੇ ਬੜੇ ਨੇ ਆਈ ਵਿਸ਼ ਕਿ ਮੇਰੀ ਆਵਾਜ਼ ਹੁੰਦੀ ਤਾਂ ਮੈਂ ਸ਼੍ਰੀਆ ਘੋਸ਼ਾਲ ਬਣ ਜਾਣਾ ਸੀ
मोना जी जिवें तुसीं गल कीती ना कि सलमान खान साहब बड़ा तुसीं उन्हूं लाइक करदे हो और तुहाडी विश है कि मैं उन्हां लई गाणा गावां, सो इह मैं कदे भी इह गल मैं जाहर नहीं कीती। मैं बॉम्बे काफ़ी टाइम रह के आया और उस टाइम च काफ़ी गीत जिहड़े मैं डब कीते, सो उन्हां चों एक गीत तुहाडी अज इह गल कहण ते मैनूं याद आ गया। तुहाडे चैनल ते पहली बार मैं एक गल जाहर कर रहा, कोई 4-5 साल पहलां दी गल है। सो सलमान साहब उन्हां दी मूवी लई मैं एक गाणा गाया सीगा, वाओ, ओहदा म्यूजिक सीगा हिमेश रेशमिया, ओहदा म्यूजिक करना सीगा। और सब तो पहलां मैं तुहानूं दो लाइनां ओहदीआं सुणाउंदा, फिर तुहानूं याद आ जाएगा केहड़ा। ओके, सपनों का वो आंगन कहाँ, दर्पण बता बचपन कहाँ, सपनों का वो आंगन कहाँ, दर्पण बता बचपन कहाँ, दर्पण बता बचपन कहाँ। सो ये गीत मैं 2-3 दिन ला के, क्योंकि बार 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 वो लोग परफेक्ट चीज करवाते हैं, सो करवाते हैं, सो मैं 2-3 दिन ला के इस चीज बार बार गा के गाना कीता सी, पर फाइनली जो गाना आया मूवी विच, सो ਉਹ ਹਿਮੇਸ਼ ਉਹਨਾਂ ਦੀ ਵੋਇਸ 'ਚ ਗਾਣਾ ਆਇਆ ਸੀਗਾ ਔਰ ਮੈਨੂੰ ਬੜਾ ਉਦਨ ਬੜਾ ਦਿਲ ਜਿਹਾ ਟੁੱਟਿਆ। ਫਿਰ ਸ਼ਾਇਦ ਇਹ ਵੀ ਕੁਛ ਚੀਜ਼ਾਂ ਸੀਗੀਆਂ ਜਿਸ ਕਰਕੇ ਮੇਰਾ ਮੁੜ ਕੇ ਫਿਰ ਬੰਬੇ ਜਾਂਦਾ ਜ਼ਰੂਰ ਹਾਂ ਮੈਂ ਸ਼ੋਜ਼ ਵਾਸਤੇ, ਪਰ ਮੇਰਾ ਦਿਲ ਇੱਥੇ ਲੱਗਦਾ ਪੰਜਾਬ 'ਚ, ਮੇਰਾ ਦਿਲ ਜ਼ਿਆਦਾ ਲੱਗਦਾ। ਇੱਕ ਇਸੇ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ, ਵੱਡੀ ਭੈਣ ਕਹਿ ਲੈ ਜਾਂ ਯੂ ਨੋ ਵੱਡੀ ਇੱਕ ਦੋਸਤ ਕਹਿ ਲੈ, ਦੋਸਤ ਵੱਡਾ ਕੋਈ ਰਿਲੇਸ਼ਨ ਹੀ ਨਹੀਂ ਹੁੰਦਾ, ਸਲਾਹਕਾਰ ਜਿਹਨੂੰ ਕਹੀਦਾ, ਦੁਨੀਆ ਬਹੁਤ ਆਏਗੀ, ਦੁਨੀਆ ਅਗਰ ਕਹਿੰਦਾ ਨਾ ਕਿ ਜੇ ਟੈਲੈਂਟ ਹੈ ਨਾ ਤੁਹਾਨੂੰ ਕੋਈ ਝੁਕਾ ਨਹੀਂ ਸਕਦਾ, ਡਿਸਹਾਰਟਨ ਨਹੀਂ ਹੋਣਾ, ਡਿਸਹਾਰਟਨ ਬਿਲਕੁਲ ਨਹੀਂ ਹੋਣਾ, ਦਿਲਜਾਨ ਜ਼ਰੂਰ ਜਾਓ। ਔਰ ਮੈਨੂੰ ਲੱਗਦਾ ਹੈ ਕਿ ਇਹ ਮੇਰੀ ਦਿਲੋਂ ਦੁਆ ਹੈ ਕਿ ਤੁਸੀਂ ਜ਼ਰੂਰ ਛਾਓਗੇ ਆਪਣੀ ਮਿਹਨਤ। ਅਗਰ ਕੋਈ ਤੁਹਾਡਾ ਕੰਮ ਲੈਂਦਾ ਨਾ, ਤੁਹਾਡਾ ਹੱਕ ਮਾਰਦਾ, ਡਬਲ ਮਿਹਨਤ ਕਰੋ ਤਾਂ ਕਿ ਉਹ ਤੁਹਾਡਾ ਹੱਕ ਲੈ ਹੀ ਨਾ ਸਕੇ। ਇਹ ਮੇਰੀ ਲਾਈਫ ਦਾ ਇਹ ਮੇਰਾ ਮੋਟੋ ਹੈ ਔਰ ਵਾਹਿਗੁਰੂ ਇਸੇ ਕਰਕੇ ਮੈਨੂੰ ਵਾਹਿਗੁਰੂ ਨਵਾਜ਼ੀ ਵੀ ਜਾਂਦਾ ਹੈ। ਬਹੁਤ ਸ਼ੁਕਰੀਆ ਇਸ ਚੀਜ਼ ਦਾ ਦਿਲਜਾਨ ਜੀ। ਸਾਡੀ ਵੀ ਲਾਈਫ 'ਚ ਕਈ ਵਾਰੀ ਐਸਾ ਸਮਾਂ ਆਉਂਦਾ ਕਿ ਅਸੀਂ ਰੋਜ਼ ਬੇਸਿਕਲੀ ਐਵਰੀ ਡੇ ਅਸੀਂ ਜਿੱਤਦੇ ਹਾਂ ਔਰ ਐਵਰੀ ਡੇ ਅਸੀਂ ਹਾਰਨੇ ਹਾਂ। ਬਿਲਕੁਲ, ਅਤੇ ਜਦੋਂ ਮੈਂ ਜ਼ਿੰਦਗੀ 'ਚ ਹਾਰਨਾ ਨਾ, ਮੇਰਾ ਸ਼ਾਹਰੁਖ ਖਾਨ ਬਹੁਤ ਫੇਵਰੇਟ ਹੈ, ਇਹਦਾ ਸਲਮਾਨ ਹੈ, ਮੇਰਾ ਸ਼ਾਹਰੁਖ ਹੈ, ਅਤੇ ਮੈਂ ਸ਼ਾਹਰੁਖ ਦਾ ਇੱਕ ਸ਼ੇਅਰ ਯਾਦ ਰੱਖਿਆ ਹੋਇਆ, ਕਹਿੰਦੇ ਹੈਗੇ ਗਿਰਤੇ ਹੈ ਸੈਰ ਸਵਾਰ ਹੀ ਮੈਦਾਨੇ ਜੰਗ ਮੈਂ, ਉਹ ਤਿਫਲ ਕਿਆ ਗਿਰੇ ਜੋ ਘੁਟਨੋ ਕੇ ਬਲ ਚਲੇ, ਮਤਲਬ ਘੋੜ ਸਵਾਰ ਹੀ ਡਿੱਗਦਾ ਜਿਹੜਾ ਗੋਡਿਆਂ 'ਤੇ, ਜੋ ਉਹਨੇ ਕੀ ਡਿੱਗਣਾ ਜਿਹੜਾ ਆਲਰੇਡੀ ਥੱਲੇ ਹੈਗਾ। ਸੋ ਇਹ ਮੈਨੂੰ ਬੂਸਟ ਆਊਟ ਕਰਦਾ ਔਰ ਇਹ ਮੈਂ ਹੋਰ ਅੱਗੇ ਚੱਲਦਾ। ਔਰ ਬੰਬੇ ਦੇ ਜਿਹੜੇ ਸਿੰਗਰ ਨੇ ਨਾ ਬੜੇ ਟੀਟ ਨੇ, ਬੰਬੇ ਦੇ ਜਿਹੜੇ ਅਗਰ ਤੁਸੀਂ ਸਿੰਗਰ ਦੇਖ ਲਓ, ਆਰਟਿਸਟ ਦੇਖ ਲਓ, ਵੈਰੀ ਟੀਟ। ਉਹਨਾਂ ਨੂੰ ਇਹ ਕਿ ਸਾਨੂੰ ਇੱਕ ਮੌਕਾ ਮਿਲ ਜਾਏ। ਇੱਕ ਸੋਨੂ ਨਿਗਮ ਜੀ ਦੀ ਉਹ ਹਮੇਸ਼ਾ ਸ਼ੇਅਰ ਕਰਦੇ ਨੇ ਗੱਲ ਕਿ ਉਹ ਬਚਪਨ ਤੋਂ ਆਫਕੋਰਸ ਉਹ ਵੀ ਬਚਪਨ ਤੋਂ ਗਾਉਂਦੇ ਆ ਰਹੇ ਨੇ ਔਰ ਮਾਤਾ ਦੀ ਭੇਟਾ ਵੀ ਗਾਉਂਦੇ ਹੁੰਦੇ ਸੀਗੇ ਆਪਣੇ ਫਾਦਰ ਸਾਹਿਬ ਨਾਲ, ਅਤੇ ਕਹਿੰਦੇ ਮੈਂ ਅਨੂ ਮਲਿਕ ਜੀ ਨੂੰ ਮਿਲਣਾ ਚਾਹੁੰਦਾ ਸੀ। ਤੁਸੀਂ ਉਹਨਾਂ ਦੀ ਸਟੋਰੀ ਸੁਣੀ ਹੈ, ਉਹਨਾਂ ਨੂੰ ਕਦੀ ਮਿਲਣ ਨਹੀਂ ਦਿੱਤਾ ਜਾਂਦਾ ਸੀ, ਅਤੇ ਉਹਨੇ ਵੇਟ ਕੀਤਾ ਕਿ ਹੋਟਲ ਦੇ ਵਿੱਚ ਅਨੂ ਮਲਿਕ ਜੀ ਗਏ ਨੇ, ਅਤੇ ਬਾਥਰੂਮ 'ਚ ਜਾ ਕੇ ਸੋਨੂ ਨਿਗਮ ਨੇ ਆਪਣਾ ਗਾਣਾ ਸੁਣਾਇਆ ਔਰ ਉਹਨਾਂ ਨੇ ਹਾਲਾਂਕਿ ਅਨੂ ਮਲਿਕ ਕਹਿ ਰਹੇ ਸੀ, ਅਰੇ ਯਾ ਯਾਰ ਮੁਝੇ ਆਰਾਮ ਸੇ ਬਾਥਰੂਮ ਕਰਨੇ ਦੇ, ਉਹ ਕਹਿੰਦਾ ਸਰ ਬਸ ਮੇਰਾ ਇੱਕ ਮਿੰਟ ਇੱਕ ਗਾਣਾ ਸੁਣ ਲਓ। ਸੋ ਜਦੋਂ ਪਤਾ ਨਾ ਕਿ ਜੇ ਤੁਹਾਡੇ ਕੋਲ ਆਰਟ ਹੈ, ਜੇ ਜੋਰੀ ਕੋਲ ਜੇ ਹੀਰਾ ਹੈ ਨਾ, ਅਤੇ ਜੋਰੀ ਨੇ ਬਸ ਆਪਣਾ ਦੁਕਾਨਦਾਰ ਲੱਭਣਾ ਹੈ, ਅਤੇ ਉਹਦੇ ਲਈ ਸੰਗ ਨਹੀਂ ਕਰਨੀ, ਬਿਲਕੁਲ ਨਹੀਂ ਸੰਗ। ਤੇਰਾ ਖਰੀਦਦਾਰ ਨਾ ਬਹੁਤ ਸਪੈਸ਼ਲ ਹੋਊਗਾ, ਇਹ ਯਾਦ ਰੱਖੀ ਬਸ। ਥੈਂਕ ਯੂ ਬਾਜੀ, ਥੈਂਕ ਯੂ ਸੋ ਮਚ। ਸੋ ਅਸੀਂ ਇੱਥੇ ਬਾਬੇ ਨਹੀਂ ਲੱਗੇ, ਕੋਈ ਲੈਕਚਰ ਜਾਂ ਕਥਾਵਾਚਕ ਚੱਕ ਨਹੀਂ ਹੈਗੇ, ਬਸ ਟੀਟ ਹੋ ਜਾ, ਟੀਟ ਹੋ ਗਿਆ ਨਾ ਆਪਣੀ ਸਕਿਨ ਨੂੰ ਨਾ, ਕਹਿੰਦੇ ਨੇ ਸਖਤ ਕਰ ਲਓ, ਜਿਵੇਂ ਪਾਣੀ ਦੇ ਵਿੱਚ ਮਗਰਮੱਛ ਹੁੰਦਾ ਨਾ, ਸਕਿਨ ਕਿੰਨੀ ਥਿੱਕ ਹੁੰਦੀ ਹੈ, ਕਿ ਐਸੀ ਇੰਡਸਟਰੀ ਹੈ ਜਿੰਨਾ ਵਿੱਚ ਵੜੇਗਾ ਉਨੇ ਹੀ ਖਤਰਨਾਕ ਲੋਕ ਮਿਲਣਗੇ। ਯਾ ਇਹ ਮਿਊਜ਼ਿਕ ਇੰਡਸਟਰੀ ਐਸੀ ਚੀਜ਼ ਹੈ ਕਿ ਹਰ ਇੰਡਸਟਰੀ ਅਸੀਂ ਵੀ ਵੀ ਆਰ ਲਰਨਿੰਗ ਐਵਰੀ ਡੇ, ਵੀ ਆਰ ਲਰਨਿੰਗ ਐਵਰੀ ਡੇ।
ਸੋ ਦਿਲਜਾਨ ਜੀ ਬਹੁਤ ਲੋਕਾਂ ਦੀ ਫੇਰ ਖੁਆਇਸ਼ ਹੈ ਕੰਡੇ ਉੱਤੇ, ਤੀਸਰੀ ਖੁਆਇਸ਼ ਹੈ ਨਹੀਂ ਚੌਥੀ, ਚਾਰ ਵਾਰ ਲੋਕਾਂ ਨੇ ਕਿਹਾ ਕੰਡੇ ਉੱਤੇ, ਕੰਡੇ ਉੱਤੇ ਮਿਹਰਬਾਨ। ਸੋ ਪਲੀਜ਼ ਕੰਡੇ ਉੱਤੇ ਮਿਹਰਬਾਨ ਜੀ ਸੁਣਾ ਦੀ ਜੀ। ਜ਼ਰੂਰ ਮੈਂ ਤੁਹਾਡੀ ਨਜ਼ਰ ਕਰਦਾ। ਲਓ ਜੀ ਤੁਹਾਡੇ ਸਾਰਿਆਂ ਲਈ ਪੇਸ਼ ਹੈ ਕੰਡੇ ਉੱਤੇ, ਮਾਈ ਪਰਸਨਲ ਫੇਵਰਿਟ, ਤੁਹਾਡੇ ਮਾਸੜ ਜੀ ਨੇ। ਅੱਛਾ ਬਿਦਰੰਗ ਜੀ ਐਂਡ ਆਸ਼ਾ ਖਾਨ ਜੀ। Bobby ji from Italy. Dena Soni kade nu kehndi hai ve pham sutta main tenu ਮਿੱਟੀ ਦਿਆ ਖੜਿਆ ਮਹਿਬੂਬ ਨੀ ਫਨ ਨਾ ਸੁੱਤੀ ਨੀ ਮੈਨੂੰ ਚੂਰ ਨਾ ਕਰਦੀ ਨੀ ਮੈਂ ਤਾਂ ਅੱਗੇ ਬੜੇ ਨੀ ਪਹਿਲਾਂ ਚੋਟ ਕਈਆਂ ਦੀ ਖਾਦੀ ਤੇ ਫਿਰ ਹੱਥ ਘੁੰਮਿਆਰ ਪੁੱਟ ਘੁੰਮਿਆਰ ਮੇਰਾ ਚੂਰਾ ਫਿਰ ਛਣਨੀ ਨਾਲ ਛਣਾ ਉਹਨੇ ਪਾਣੀ ਪਾ ਮੇਰਾ ਕਾਰਾ ਕੀਤਾ ਕਿਆ ਬਾਤ ਤੇ ਮੇਰੇ ਪਿੰਨੇ ਚ ਖੂਬ ਬਣਾ ਹੋਈਆਂ ਮੁਸੀਬਤਾਂ ਪਾ ਕੇ ਸੋਣੇ ਤੇ ਅਸੀਂ ਤਾਂ ਮਹਿਬੂਬ ਕੰਡੇ ਤੇ ਮੈਂ ਰੁਮਾਵੇ ਆ ਜਾ ਕਦੋਂ ਦੀ ਖੜੀ ਖੜੀ ਮੈਂ ਕੰਡੇ ਤੇ ਮੈਂ ਰੁਮਾਵੇ ਆ ਜਾ ਕਦੋਂ ਦੀ ਖੜੀ ਦਿਲ ਵਿੱਚ ਸ਼ੌਕ ਮਿਲਣਦਾ ਦਿਲ ਵਿੱਚ ਸ਼ੌਕ ਮਿਲਣਦਾ ਤੋਂ ਲੱਗੀ ਹੈ ਝੜੀ ਝੜੀ ਮੈਂ ਕੰਡੇ ਉੱਤੇ ਮਹਿਰਮਾਵੇ ਆ ਜਾ ਕਦੋਂ ਵੀ ਖੜੀ ਖੜੀ ਮੈਂ ਕੰਡੇ ਉੱਤੇ ਮਹਿਰਮਾਵੇ ਆ ਜਾ ਕਦੋਂ ਵੀ ਖੜੀ। ਬਹੁਤ ਅੱਛੇ, ਬਹੁਤ ਹੀ ਅੱਛੇ ਔਰ ਅਮੇਜ਼ਿੰਗ, ਇਹਦੇ ਵਰਡਿੰਗ ਵੀ ਕਿਆ ਹੀ ਬਾਤ ਨੇ। ਬੜੇ ਲੋਕਾਂ ਨੇ ਤੁਹਾਨੂੰ ਹਾਰਟਸ ਭੇਜੇ ਨੇ, ਥੈਂਕਸ ਲਿਖਿਆ, ਕਿਆ ਬਾਤ ਹੈ ਲਿਖਿਆ। ਸਨੀ ਮਸੀਹ ਗੁਰਦਾਸਪੁਰ ਤੋਂ ਲਿਖ ਰਹੇ ਨੇ, ਬਲਜਿੰਦਰ ਸਿੰਘ ਜਿੰਦੇ ਰਹੋ ਲਿਖ ਰਹੇ ਨੇ, ਜਗਪਾਲ ਮਾਸੀ ਵੇਖ ਰਹੇ ਨੇ, ਮਾਸੜ ਜੀ ਨੇ ਜਲੰਧਰ ਦੇ। ਸੋ ਜਗਪਾਲ ਮਾਸੀ ਮੈਨੂੰ ਪਤਾ ਦਿਲਜਾਨ ਨੇ ਨੰਬਰ ਦਿੱਤਾ ਵਿੱਚ, ਇਹ ਨਾ ਹੋਵੇ ਫੋਨ ਕਰ ਕਰਕੇ ਪਾਗਲ ਕਰ ਦਿਓ ਦਿਲਜਾਨ ਨੂੰ, ਦਿਲ ਦੀ ਜਾਨ ਕੱਢੀ ਹੋਵੇ ਪਤਾ ਚੱਲੇ। ਨਹੀਂ ਦਿਲਜਾਨ ਫਿਰ ਵੋਇਸ ਮੈਸੇਜ ਲਾ ਦੇਣਾ, ਇਹ ਲਾਈਨ ਇਸ ਵਕਤ ਉਪਲਬਧ ਨਹੀਂ ਹੈ।
नहीं पर बहुत सारी जिदा मैं दस्या कि सुरीली फैमिली है साड़ी, सुरीले साड़ी जिहड़ी ऑडियंस है, टचवुड थैंक्स टू ऑल ऑफ यू गाइस, बहुत सुरीली है और इच बड़ा वड्डा हाथ जांदा है सारी पब्लिक दा, क्योंकि अगर लिसनर अच्छे ने ना तो असी प्रेजेंट भी अच्छी चीज़ां कर सकते हैं। सो थैंक यू गाइस फॉर लिसनिंग गुड म्यूजिक, स्पेशली जो असी लेके आने मोनी गिल और कुलदीप गिल लेके आते हैं थोड़े वास्ते। साड़ी यही कोशिश है कि बेस्ट म्यूजिक और अच्छे आर्टिस्ट नूं प्रमोट किया जाए। जिदा मैं दस्या कि ट्रस्ट मी मेरी लिस्ट बहुत वड्डी भरी हुई है, बड़े बड़े वड्डे वड्डे खानदानों तो लिस्ट दे विच नाम ने, लेकिन कोशिश यही है कि एक अच्छा स्रोता एक अच्छा आर्टिस्ट मिस ना हो जाए। सो शायद दिलजान दी और मेरी चॉइस इक्को ही है, सलमान खान। तो ये साड़ी आपस च तार जुड़ी है ये नाल, तो मैनू लगता कि वाहगुरु करे ये जल्द ये मुंडा साड़ी बॉलीवुड इंडस्ट्री च भी छावे। अज मैं दुआ करूँगा कि दिलजान एक बार फिर रब तेन मौका देगा कि सलमान खान तेरा गाना गवाऊगा। अज मैं दिलों दुआ कर रहा तेरे लिए या कोई भी गावे आज। थैंक यू बहुत मच। बिल्कुल। ते हुण मैनूं दसो कि हुण कोई तुहाडी रीसेंट कोई एल्बम आ रही है या की प्रोजेक्ट चल रहा है नवे? की है तुहाडा? हां जी बिल्कुल, असीं 3-4 गाने जिहड़े ओ रेडी कीते हुए सीगे लॉकडाउन तो पहला, और उस विचों दो ते तां वीडियो भी हो गए ने। अच्छा। और एक सूफी ट्रैक सी रब नूं मिलाउण वालिया, और एक सैड, एक मैं गाना पिछे रिलीज किया सी तेरे वर्गे। सो उस गीत नूं बड़ा प्यार मिला सी, मेरे फादर साहब उन्हां दा लिखा होया सी गाना। अच्छा। सो ओ टिकटॉक ते बड़ा वायरल होया सी ओ गाना। सो फिर उस तो बाद असी प्लान किया कि तेरे वर्गे 2 जिहड़ा असी रिलीज करिए। सो ओहदा भी वीडियो होया पिया, और बस असी हुण वेट कर रहे हां कि कदों ये सारे हालात ठीक ठाक हो जाण, तो फिर ये चीज़ा रिलीज करिए। और एक पराठा गाना भी ऐसे रिलीज कर रहे हैं बहुत जल्द। और थोड़ा जा हटके होएगा मेरे बाकी गाने तो। चलो होपफुली। और पिछे जो तुसी सचिन जी दे नाल भी तुसी काफी एक दो गाने जड़े पिछे जो तुसी शेयर किता मेरे नाल, और सचिन आहूजा जी दे नाल किते है ना? बिल्कुल हाँ जी, हुणे असी लेटेस्ट ही एक गाना रिलीज किया है, वो ਸਾਡਾ ਹੋ ਜਾਵੇ ਤੂੰ ਯਾਰਾ। ਬਸ ਕੀਤਾ ਮਿਊਜ਼ਿਕ ਸਚਿਨ ਜੀ ਨੇ ਕੀਤਾ, ਔਰ ਉਹ ਵੀ ਅੱਛੀ ਰੂਹਦਾਰੀ ਵਾਲਾ ਮਿਊਜ਼ਿਕ ਕਰਦੇ ਨੇ। ਜੀ ਜੀ ਬਿਲਕੁਲ। ਤੇ ਕੋਸ਼ਿਸ਼ ਇਹ ਹੈ ਕਿ ਚਲੋ ਉਹਨਾਂ ਨੂੰ ਅਸੀਂ ਜ਼ਰੂਰ ਦਰਖਾਸਤ ਕਰਾਂਗੇ ਕਿ ਇਹੋ ਜਿਹੇ ਸਿੰਗਰ ਨੂੰ ਪਲੀਜ਼ ਭੁੱਲਣਾ ਨਾ, ਇਹਨਾਂ ਨੂੰ ਜ਼ਰੂਰ ਯਾਦ ਰੱਖਣਾ, ਕਿਉਂਕਿ ਮੈਨੂੰ ਪਤਾ ਕਿ ਕਈ ਵਾਰੀ ਜਿਹੜਾ ਬੱਚਾ ਸ਼ਾਈ ਹੋਵੇ, ਹੀ ਇਜ਼ ਅ ਸ਼ਾਈ ਟਾਈਪ, ਅਤੇ ਉਹ ਵਾਰ ਵਾਰ ਆਗੂ ਆ ਕੇ ਚੀਜ਼ ਨਹੀਂ ਮੰਗਦਾ, ਅਤੇ ਯੂਨੋ ਅਤੇ ਉਹ ਬੱਚਾ ਕਈ ਵਾਰ ਪਿੱਛੇ ਰਹਿ ਜਾਂਦਾ, ਜਿਹੜੇ ਦੂਜੇ ਨੇ ਉਹ ਜ਼ਿਆਦਾ ਹਾਈਪਰ ਹੁੰਦੇ ਨੇ ਅਤੇ ਉਹਨਾਂ ਨੂੰ ਉਹ ਚੀਜ਼ ਮਿਲ ਜਾਂਦੀ ਹੈ। ਸੋ ਪਲੀਜ਼ ਇਹੋ ਜਿਹੀ ਚੀਜ਼ ਨੂੰ ਜ਼ਰੂਰ ਧਿਆਨ ਰੱਖੋ ਕਿ ਜਿਹੜਾ ਸ਼ਾਈ ਹੈ ਨਾ, ਅਤੇ ਉਹਨੂੰ ਉਹਦੇ ਮਿਊਜ਼ਿਕ ਦੇ ਨਾਲ ਉਹਨੂੰ ਜਾਚਿਆ ਜਾਵੇ, ਟੈਲੈਂਟ ਦੇ ਹਿਸਾਬ ਨਾਲ, ਨਾ ਕਿ ਉਹਦੇ ਸੁਭਾਅ ਨਾਲ, ਕਿਉਂਕਿ ਉਹ ਵਿਚਾਰਾ ਸ਼ਾਈ ਹੈ ਅਤੇ ਇਸ ਕਰਕੇ ਉਹਨੂੰ ਨਾ ਉਹ ਚੀਜ਼ ਮਿਲੇ, ਅਤੇ ਵੈਰੀ ਸੈਡ। ਸੋ ਸਚਿਨ ਜੀ, ਦਿਸ ਮੈਸੇਜ ਫੋਰ ਯੂ। ਸੋ ਪ੍ਰੋਬਬਲੀ ਤੁਸੀਂ ਵਾਚ ਕਰ ਰਹੇ ਹੋਵੋਗੇ, ਨਹੀਂ ਤਾਂ ਸਨੈਪਚੈਟ 'ਤੇ ਮੈਂ ਤੁਹਾਨੂੰ ਖਿੱਚ ਕੇ ਭੇਜਾਂਗੀ। ਸੋ ਮੇਕ ਸ਼ੋਰ ਕਿ ਮੈਂ ਦਿਲਜਾਨ ਨਾਲ ਤੁਹਾਨੂੰ ਦੁਬਾਰਾ ਦੇਖਾਂ, ਇਹ ਰਿਕੁਐਸਟ ਹੈ, ਮੇਕ ਸ਼ੋਰ ਨਹੀਂ ਮਤਲਬ ਰਿਕੁਐਸਟ ਹੈ, ਕਿਉਂਕਿ ਚਾਹੁੰਦੇ ਹਾਂ ਕਿ ਅੱਛੇ ਆਰਟਿਸਟ ਸਾਨੂੰ ਮਿਲੀ ਜਾਣ। ਅਤੇ ਮੰਮੀ ਜੀ, ਤੁਸੀਂ ਮੇਰੀ ਮਾਤਾ ਜੀ ਮੈਨੂੰ ਕਾਲ ਕਰੀ ਆ ਰਹੇ ਨੇ, ਦਿਲਜਾਨ ਨਾਲ ਗੱਲ ਕਰਨੀ ਹੈ। ਮੰਮੀ ਜੀ ਤੁਸੀਂ ਫੇਸਬੁੱਕ ਲਾਈਵ 'ਤੇ ਤੁਸੀਂ ਲਿਖ ਸਕਦੇ ਹੋ, ਮੰਮੀ ਨੂੰ ਲਿਖਣਾ ਨਹੀਂ ਆਉਂਦਾ ਇੰਗਲਿਸ਼ 'ਚ, ਅਤੇ ਜ਼ਰੂਰ ਪਰ ਮੰਮਾ ਮੈਂ ਤੁਹਾਡੇ ਜ਼ਰੂਰ ਬੋਲ ਸਾਂਝੇ ਕਰ ਦਾਂਗੀ ਦਿਲਜਾਨ ਨਾਲ, ਬੱਚੇ ਬਹੁਤ ਸਾਰਾ ਆਸ਼ੀਰਵਾਦ ਅਤੇ ਪਿਆਰ। ਅਤੇ ਦਿਲਜਾਨ, ਇੰਨੇ ਗੁੱਡ ਲੁਕਿੰਗ ਤੁਸੀਂ ਹੈਗੇ ਹੋ, ਔਰ ਯੰਗ ਵੀ ਹੋ, ਔਰ ਹਲੇ ਸਿੰਗਲ ਵੀ ਹੋ, ਕਦੇ ਮਾਡਲਿੰਗ ਦਾ ਨਹੀਂ ਸੋਚਿਆ? ਨਹੀਂ, ਮੈਂ ਜਿਹੜੇ ਮੇਰੇ ਆਪਣੇ ਗਾਣੇ ਹੁੰਦੇ ਨੇ ਉਹਨਾਂ 'ਚ ਮੈਂ ਖੁਦ ਹੀ ਮਾਡਲ ਆਉਂਦਾ, ਆਪ ਹੀ ਮਾਡਲਿੰਗ ਪਹਿਲੇ ਬਚਾਏ। ਨੋ, ਇਟਸ ਵੈਰੀ ਗੁੱਡ ਲੁਕਿੰਗ। ਆਈ ਡੋ ਨਹੀਂ, ਮਤਲਬ ਐਕਟਿੰਗ ਵਾਈਜ਼ ਕਦੀ ਆਇਆ ਨਹੀਂ ਖਿਆਲ? ਦਿਲ ਤਾਂ ਕਰਦਾ ਕਿ ਕਰੀਏ, ਇੱਕ ਦੋ ਚੀਜ਼ਾਂ ਹੋ ਰਹੀਆਂ ਨੇ ਪਲਾਨ, ਕੁਛ ਉਹ ਤੁਹਾਨੂੰ ਜਲਦੀ ਖੁਸ਼ਖਬਰੀ ਦੇਵਾਂਗੇ। ਵਾਓ, ਗੁੱਡ ਲੱਕ। ਪੰਜਾਬੀ ਇੰਡਸਟਰੀ 'ਚ ਕੁਛ ਪਲਾਨ ਹੋ ਰਿਹਾ, ਔਰ ਹੋਪਫੁਲੀ ਜਲਦੀ ਹੋ ਜਾਏ। ਵੈਰੀ ਗੁੱਡ, ਮਾਈ ਬਲੇਸਿੰਗਸ, ਬਹੁਤ ਸਾਰੇ ਬਲੇਸਿੰਗਸ ਹੋ ਰਹੀਆਂ। ਕੁਲਦੀਪ ਵਾਲੀਆਂ ਬਲੇਸਿੰਗ ਵੀ ਤੇਰੇ ਵੱਲ। ਥੈਂਕ ਯੂ। ਹੁਣ ਤੂੰ ਤੇ ਮੇਰੇ ਦਿਲ 'ਚ ਆ ਗਿਆ, ਹੁਣ ਤੂੰ ਮੇਰਾ ਹਮੇਸ਼ਾ ਦਿਲ 'ਚ ਹੀ ਰਹੇਗਾ। ਸੋ
ਸੋ ਜੀ ਬੜੇ ਸਾਰੇ ਸਾਨੂੰ ਲੋਕ ਵਾਚ ਕਰ ਰਹੇ ਨੇ ਗਾਇਸ, ਮੈਂ ਬੜੀ ਕੋਸ਼ਿਸ਼ ਕਰ ਰਹੀ ਹਾਂ ਨਾਲ ਨਾਲ ਵਿੱਚ ਵਿੱਚ ਪੜ੍ਹ ਵੀ ਲਵਾਂ, ਪਰ ਮੈਸੇਜ ਇੰਨੇ ਸਾਰੇ ਆ ਰਹੇ ਨੇ ਕਿ ਜਦ ਤੱਕ ਮੈਂ ਵਾਪਸ ਲਿਸਟ 'ਤੇ ਜਾਂਦੀ ਹਾਂ ਜਦ ਤੱਕ ਮੈਂ ਦਿਲਜਾਨ ਨੂੰ ਮਿਸ ਨਹੀਂ ਕਰਨਾ ਚਾਹ ਰਹੀ। ਇੱਕ ਲਿਖਿਆ ਕਿਸੇ ਨੇ ਪਰਲ ਪ੍ਰੀਆ ਵੋਨੋ ਲਿਸਨ ਸਾਡਾ ਰੱਬ ਜਾਣਦਾ। ਪਰਲ ਪ੍ਰੀਆ ਵੇਅਰ ਆਰ ਯੂ ਫਰੋਮ, ਜਦ ਲਿਖੋ ਤਾਂ ਸਹੀ ਕਿਹੜੇ ਸ਼ਹਿਰ 'ਚ ਲਿਖ ਰਹੇ ਹੋ, ਬੋਲ ਰਹੇ ਹੋ ਕਿ ਅਸੀਂ ਤੁਹਾਡਾ ਗਾਣਾ ਅੱਗੇ ਫਰਮਾਇਸ਼ ਕਰਾ ਦਈਏ। ਜਾਂ ਕੋਈ ਐਸਾ ਕੁਐਸਚਨ ਹੋਵੇ ਤੁਹਾਡਾ ਆਡੀਅੰਸ ਦੇ ਵਿੱਚੋਂ ਜਿਹੜਾ ਕਿ ਤੁਸੀਂ ਚਾਹੁੰਦੇ ਹੋ ਕਿ ਦਿਲਜਾਨ ਆਨਸਰ ਕਰਨ, ਜਾਂ ਤੁਸੀਂ ਚਾਹੁੰਦੇ ਹੋ ਕਿ ਦਿਲਜਾਨ ਕੀ ਗਾਣ, ਜਾਂ ਗਜ਼ਲ ਗਾਣ, ਜਾਂ ਫਿਰ ਕੋਈ ਫੋਕ ਗਾਣ, ਕੋਈ ਪੋਪ ਗਾਣ, ਮੈਂ ਵੈਸੇ ਪੋਪ 'ਚ ਦੇਖਣਾ ਚਾਹਾਂਗੀ ਕਿਉਂਕਿ ਜਿਹੜੇ ਅੱਜ ਕੱਲ੍ਹ ਦੇ ਯੰਗ ਜਨਰੇਸ਼ਨ ਨੇ ਉਹਨਾਂ ਨੂੰ ਵੀ ਕੁਛ ਇਹੋ ਜਿਹਾ ਸੁਣਨ ਨੂੰ ਮਿਲੇ ਕਿ ਉਹ ਵੀ ਨਾਲ ਜੁੜ ਸਕਣ। ਮਤਲਬ ਰੂਹਦਾਰੀ ਤਾਂ ਹੋਵੇ ਹੋਵੇ, ਇਹ ਤਾਂ ਹੋ ਨਹੀਂ ਸਕਦਾ ਕਿ ਦਿਲਜਾਨ ਗਾਵੇ ਔਰ ਰੂਹਦਾਰੀ ਨਾ ਹੋਵੇ। ਸੋ ਲੇਕਿਨ ਉਹਦੇ 'ਚ ਮਿਊਜ਼ਿਕ ਥੋੜ੍ਹਾ ਜਿਹਾ ਹਿੱਪ ਹੋਵੇ, ਰਾਈਟ? ਇਹ ਵੀ ਟਰਾਈ ਕਰੋ, ਡਿਚਕ 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 ਵਾਲਾ ਮਿਊਜ਼ਿਕ ਵੀ ਹੋਵੇ। ਬਿਲਕੁਲ, ਜਿਹੜਾ ਸਾਡਾ ਪੁਰਾਣਾ ਸੌਂਗ ਹੈ ਨਾ, ਉਹ ਥੋੜਾ ਜਿਹਾ ਇਸੇ ਟਾਈਪ ਦਾ। ਔਰ ਇੱਕ ਹੋਰ ਗਾਣਾ ਉਹਦੇ 'ਚ ਮਿਕ ਵੀ ਕੋਲੈਬੋਰੇਟ ਕਰ ਰਿਹਾ ਮੇਰੇ ਨਾਲ। ਆਹ ਅਸਾ, ਔਰ ਉਹ ਗਾਣਾ ਵੀ ਮਿਕ ਨੇ ਲਿਖਿਆ। ਅੱਜ ਕੱਲ ਦੇ ਟ੍ਰੈਂਡ ਦਾ ਹਾਈਪ ਉਸ ਗਾਣੇ ਦਾ ਨਾਮ ਹੈ। ਦੈਟਸ ਗੁੱਡ। ਫੜੇ ਅੱਜ ਫੜੇ ਤੁਹਾਡੇ ਚੈਨਲ ਦੇ ਜ਼ਰੀਏ ਕਾਫੀ ਚੀਜ਼ਾਂ ਅੱਜ ਨਵੀਆਂ ਨਵੀਆਂ ਜਿਹੜੀਆਂ ਕਿਤੇ ਨਹੀਂ ਅਸੀਂ ਦੱਸੀਆਂ, ਉਹ ਅੱਜ ਯੂ نو ਖੁਲਾਸਾ ਖੁਲਾਸਾ ਹੋ ਰਿਹਾ ਹੈ। ਸਾਡਾ ਕੰਮ ਇਹੀ ਹੈ ਕਿ ਆਰਟਿਸਟ ਨੂੰ ਕੁਰੇਦ ਕੁਰੇਦ ਕੇ ਉਹਦੇ ਅੰਦਰੋਂ ਮਸਾਲਾ ਕੱਢਣਾ। ਹਰਪ੍ਰੀਤ ਮਰਵਾ ਕੇਲਾਵਾ ਕੈਨੇਡਾ ਤੋਂ ਲਿਖ ਰਹੀਆਂ ਨੇ, ਸੋਹਣੀ ਹੈ ਜੇ ਤੇਰੇ ਨਾਲ ਸੋਹਣੀ ਹੈ। ਉਹ ਗਾਣਾ ਪਹਿਲਾ ਐਪੀਸੋਡ ਤੁਸੀਂ ਮਿਸ ਕਰਤਾ, ਉਹ ਪਹਿਲਾ ਸ਼ੁਰੂਆਤ ਚ ਪਹਿਲੇ ਕੁਝ ਲਮਹੇ ਚ ਤੁਸੀਂ ਮਿਸ ਕਰ ਗਏ, ਤੇ ਦੁਬਾਰਾ ਜਦੋਂ ਸ਼ੋਅ ਡਨ ਹੋ ਜਾਏਗਾ ਸ਼ੁਰੂ ਤੋਂ ਸ਼ੁਰੂ ਕਰਨਾ, ਪਹਿਲਾ ਸੌਂਗ ਹੀ ਹੋਇਆ। ਤੇ ਇਹ ਸੋਹਣੀ ਹੈ ਜੇ ਤੇਰੇ ਨਾਲ, ਇਹ ਸਾਡੇ ਬ੍ਰਦਰ ਕੁਲਵਿੰਦਰ ਕੈਲੀ ਜੀ ਨੇ ਵੀ ਬਹੁਤ ਅੱਛਾ ਗਾਇਆ ਹੋਇਆ ਜੀ, ਮੇਰੇ ਭਰਾ ਨੇ, ਮੇਰੇ ਮਾਮਾ ਜੀ ਦੇ ਬੇਟੇ ਨੇ। ਸੋ ਅਮਰ ਮਾਮਾ ਜੀ ਤੁਸੀਂ ਜ਼ਰੂਰ ਵਾਚ ਕਰਦੇ ਹੋ, ਮੇਰੇ ਮਾਮਾ ਜੀ ਬੜੇ ਹਿੱਪ ਨੇ, ਐਕਚੁਅਲੀ ਕੁਲਵਿੰਦਰ ਕੈਲੀ ਦੇ ਜਿਹੜੇ ਫਾਦਰ ਸਾਹਿਬ ਨੇ ਬੜੇ ਹਿੱਪ ਨੇ, ਅਤੇ ਉਹ ਜੀ ਸਨੈਪਚੈਟ, ਟਿਕਟੋਕ, ਇੰਸਟਾਗ੍ਰਾਮ, ਫੇਸਬੁੱਕ ਪਹਿਲੇ ਬਜ਼ੁਰਗ ਨੇ, ਸਭ ਤੋਂ ਨੰਬਰ 1 ਨੇ। ਸੋ ਉਹ ਜ਼ਰੂਰ ਇਸ ਤਰ੍ਹਾਂ ਦੇ ਪ੍ਰੋਗਰਾਮ, ਔਰ ਐਕਚੁਅਲੀ ਉਹ ਹੱਲਾ ਸ਼ੇਰੀ ਵੀ ਬਹੁਤ ਦਿੰਦੇ ਆ, ਤੇ ਹੀ ਇਜ਼ ਵੈਰੀ ਗੁੱਡ ਫਾਦਰ। ਮਤਲਬ ਜੇ ਤੁਸੀਂ ਉਹਨਾਂ ਤੋਂ ਸਲਾਹ ਮੰਗੀ ਨਾ, ਉਹਨਾਂ ਨੇ ਚੱਕ ਦੋ ਹੀ ਕਹਿਣਾ, ਉਹਨਾਂ ਨੇ ਡਿਪਰੈਸਿੰਗ ਗੱਲ ਨਹੀਂ ਕਰਨੀ, ਬਸ ਹੋ ਜਾਏਗਾ, ਚੱਕ ਦੋ, ਹੋ ਜਾਏਗਾ, ਹੋ ਜਾਏਗਾ, ਔਰ ਹੋ ਹੀ ਜਾਂਦਾ ਫਿਰ। ਕੀ ਬਾਤ, ਸਹੀ ਗੱਲ ਹੈ, ਆਈ ਥਿੰਕ ਪੋਜ਼ਿਟਿਵ ਬੰਦਾ ਚਾਹੀਦਾ ਹਮੇਸ਼ਾ। ਦੇਖੋ ਨਾ, ਉਹਨਾਂ ਦੇ ਬੇਟੇ ਨੇ ਵੀ, ਕੁਲਵਿੰਦਰ ਕੈਲੀ ਨੇ ਵੀ ਪੰਜਾਬ ਜਲੰਧਰ 'ਚ ਚੰਗਾ ਨਾਮ ਬਣਾਇਆ, ਯੂ ਨੋ, ਐਂਡ ਗੁਰਲੇਜ ਅਫਕੋਰਸ ਉਹਨਾਂ ਦੀ ਵਾਈਫ ਨੇ, ਸੋ ਉਹ ਵੀ ਸਾਡੇ ਪਰਿਵਾਰ ਨੇ, ਐਂਡ ਤੁਸੀਂ ਵੀ ਸਾਡਾ ਪਰਿਵਾਰ ਹੋ, ਹਰ ਸੁਰੀਲਾ ਆਦਮੀ ਸਾਡਾ ਰਿਸ਼ਤੇਦਾਰ ਹੈ। ਹਾਊ ਇਜ਼ ਦੈਟ? ਔਰ ਸਪੈਸ਼ਲੀ ਜਿਹੜੇ ਘਰਾਣੇ ਤੋਂ ਤੁਸੀਂ ਮਿਊਜ਼ਿਕ ਸਿੱਖਿਆ ਹੈ, ਸਲੀਮ ਜੀ ਦੇ ਮੈਂ ਗੱਲ ਕਰ ਰਹੀ ਹਾਂ, ਮਾਸਟਰ ਸਲੀਮ, ਉਹ ਮੇਰੇ ਵੱਡੇ ਭਰਾ ਹੀ ਨੇ, ਮਤਲਬ ਮੇਰਾ ਕਾਫੀ ਉਹਨਾਂ ਨਾਲ ਬਹੁਤ ਪਿਆਰ ਹੈ, ਮੇਰਾ ਵੱਡਾ ਵੀਰ ਹੈ, ਸੋ ਜਿਉਂਦਾ ਵੱਸਦਾ ਰਹੇ ਮੇਰਾ ਵੱਡਾ ਵੀਰ। ਅਤੇ ਉਹਨਾਂ ਨੂੰ ਵੀ ਜ਼ਰੂਰ ਕਹਾਂਗੀ ਕਿ ਵੀਰ, ਇਸ ਛੋਟੇ ਭਰਾ ਨੂੰ ਦਿਲਜਾਨ ਨੂੰ ਵੀ ਯਾਦ ਰੱਖੀਂ, ਭੁੱਲੀ ਨਾ, ਔਰ ਮੈਂ ਚਾਹਾਂਗੀ ਕਿ ਤੁਸੀਂ ਜ਼ਰੂਰ ਆਪਸ 'ਚ ਮਿਲ ਕੇ ਕੋਈ ਜੁਗਲਬੰਦੀ ਕਰੋ, ਕਿਉਂਕਿ ਤੁਹਾਡਾ ਦਿਲ ਬਹੁਤ ਵੱਡਾ ਹੈ ਸਲੀਮ ਜੀ, ਅਤੇ ਮੈਂ ਚਾਹਾਂਗੀ ਕਿ ਇਸ ਮੁੰਡੇ ਨੂੰ ਸਾਰੇ ਜਾਣੇ ਰਲ ਮਿਲ ਕੇ ਇਹਨੂੰ ਚਾਂਸ ਦੇਵੋ, ਤਾਂ ਕਿ ਅੱਛਾ ਮਿਊਜ਼ਿਕ, ਜਿਹੜੇ ਸ਼ਾਏ ਬੱਚੇ ਨੇ ਉਹ ਸ਼ਾਈ ਨਾ ਰਹਿ ਜਾਣ, ਜਿਹੜੇ ਸ਼ਰਮੀਲੇ ਨੇ ਉਹ ਸ਼ਰਮੀਲੇ ਨਾ ਰਹਿ ਜਾਣ, ਅਤੇ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਪੁਸ਼ ਕਰਕੇ ਥੋੜ੍ਹਾ ਜਿਹਾ ਹੋਰ ਅੱਗੇ ਲੈ ਕੇ ਜਾਈਏ। ਸੋ ਦਿਲਜਾਨ, ਹੁਣ ਅਗਰ ਕੋਈ, ਅਗਰ ਅਸੀਂ ਬਾਲੀਵੁੱਡ ਦੀ ਗੱਲ ਕਰੀਏ, ਤਾਂ ਫੇਵਰੇਟ ਹੀਰੋਇਨ ਕਿਹੜੇ, ਹੀਰੋ ਤਾਂ ਪਤਾ ਚੱਲ ਗਿਆ ਸਲਮਾਨ ਖਾਨ ਹੈ, ਮੈਂ ਤੈਨੂੰ ਆਪਸ਼ਨ ਦੇਣਾ ਹੀ ਨਹੀਂ ਹੀਰੋ ਦਾ, ਹੀਰੋਇਨ ਕਿਹੜੀ ਫੇਵਰੇਟ ਹੈ? ਨਹੀਂ ਵੈਸੇ ਸਲਮਾਨ ਸਾਹਿਬ ਉਹਨਾਂ ਲਈ ਮੈਂ, ਮੇਰਾ ਦਿਲ, ਮੇਰਾ ਮਨ ਹੈ ਕਿ ਮੈਂ ਉਹਨਾਂ ਲਈ ਗਾਣਾ ਗਾਵਾਂ, ਪਰ ਵੈਸੇ ਮੇਰੇ ਫੇਵਰੇਟ ਐਕਟਰ ਜਿਹੜੇ ਨੇ ਉਹ ਅਕਸ਼ੇ ਕੁਮਾਰ ਸਾਹਿਬ ਨੇ। ਆਹਾ, ਓਕੇ, ਦਿੱਲੀ ਬੋਏ, ਗੁੱਡ ਚੋਇਸ, ਗੁੱਡ ਚੋਇਸ, ਹਾਂ, ਹੀ ਇਜ਼ ਮਾਈ ਫੇਵਰੇਟ ਟੂ। ਅੱਛਾ, ਫੀਮੇਲ ਚੋਂ? ਪਾਜੀ ਦੇਖੋ ਕਿ ਤਾਂ ਗੁੱਡ ਚੋਇਸ, ਨਹੀਂ ਬੰਦੇ ਨੇ ਟਾਈਮ ਸਿਰ ਵਿਆਹ ਕੀਤਾ, ਆਪਣੀ ਬੀਵੀ ਨਾਲ ਖੁਸ਼ ਹੈ, ਦੋ ਬੱਚੇ ਨੇ, ਤਿੰਨ ਨੇ ਨਾ ਪਰਿਵਾਰ 'ਚ, ਸਵੇਰੇ 9 ਵਜੇ ਜਾਂਦਾ, ਸ਼ਾਮੀ 5 ਵਜੇ ਜਾਂਦਾ, ਕੁਕਿੰਗ ਵੀ ਘਰੇ ਕਰਦਾ, ਯੂ ਨੋ, ਹੋਰ ਗੁੱਡ ਚੋਇਸ, ਆਈਡੀਅਲ ਹਸਬੈਂਡ ਹੈ ਨਾ। ਫੀਮੇਲ ਵਿੱਚੋਂ ਸੋਨਾਕਸ਼ੀ ਸਿਨਹਾ ਜੀ ਵਧੀਆ ਲੱਗਦੀ, ਉਹਨਾਂ ਦੀ ਟਿਪੀਕਲ ਇੰਡੀਅਨ ਲੁੱਕ ਹੈ ਔਰ ਵਧੀਆ ਲੱਗਦੀ। ਦੈਟਸ ਗੁੱਡ। ਸੋ ਸੋਨਾਕਸ਼ੀ ਸਿਨਹਾ ਜੀ, ਤੁਹਾਡਾ ਇੱਕ ਹੋਰ ਫੈਨ ਜਿਹੜਾ ਕਿ ਦਿਲ 'ਚ ਵਸਣ ਵਾਲਾ ਦਿਲਜਾਨ ਤੁਹਾਨੂੰ ਬਹੁਤ ਪਸੰਦ ਕਰਦਾ, ਸੋ ਹੋਪਫੁਲੀ ਸਾਡੇ ਮੈਸੇਜ ਜਿਹੜੀ ਬੰਬੇ ਦੀ ਜਿਹੜੀ ਫੈਮਿਲੀ ਹੈ, ਆਈ ਹੋਪ ਕਿ ਉਦਾਂ ਤੱਕ ਪਹੁੰਚਾਵੇ। ਸੋ ਦਿਲਜਾਨ, ਕੋਈ ਬਾਲੀਵੁੱਡ ਸੌਂਗ ਯਾਦ ਹੈ? ਹਾਲੀਵੁੱਡ ਸੌਂਗ? ਬਾਲੀਵੁੱਡ, ਬਾਲੀਵੁੱਡ, ਹਾਲੀਵੁੱਡ ਤੱਕ ਵੀ ਪਹੁੰਚਾਵਾਂਗੇ ਤੈਨੂੰ, ਕੋਈ ਗੱਲ ਨਹੀਂ। ਬਾਲੀਵੁੱਡ ਸੌਂਗ ਜ਼ਰੂਰ,
ਕਰਦਾ ਮੈਂ ਤੁਹਾਡੇ ਨਾਲ। ਵੈਸੇ ਤਾਂ ਕਾਫੀ ਗੀਤ ਗਾਏ ਨੇ ਬਾਲੀਵੁੱਡ, ਕਿਉਂਕਿ ਸੁਰ ਖੇਤਰ 'ਚ ਕਾਫੀ ਗੀਤ ਬਾਲੀਵੁੱਡ 'ਚੋਂ ਹੀ ਸੀ। ਯੈਪ, ਸੋ ਉਹਨਾਂ 'ਚੋਂ ਕੁਛ ਤੁਹਾਡੀ ਨਜ਼ਰ ਕਰ। ਗਾਣਿਆਂ ਦੀ ਚੋਇਸ ਵੀ ਬੜੀ ਸੁਰੀਲੀ ਹੈ ਮੁੰਡੇ ਦੀ, ਔਰ ਵਾਹਿਗੁਰੂ ਕਰੇ ਬਸ ਇੱਦਾਂ ਹੀ ਤੁਹਾਨੂੰ ਤਰੱਕੀਆਂ ਦੇਵੇ। ਔਰ ਜਾਣ ਤੋਂ ਪਹਿਲਾਂ ਅਸੀਂ ਕੁਲਦੀਪ ਗਿੱਲ, ਕੁਛ ਹੋਰ ਕੋਈ ਸਵਾਲਾਤ ਜਵਾਲ ਕੀ ਪੁੱਛਣਾ ਚਾਹੋਗੇ? ਬਸ ਕਹਾਂਗੇ ਕਿ ਕੋਵਿਡ ਖਤਮ ਹੋਵੇ ਛੇਤੀ ਛੇਤੀ, ਸਾਰੇ ਬੰਦੇ ਆਪਣੇ ਆਪਣੇ ਕਾਰੋਬਾਰਾਂ 'ਚ ਜਾਣ, ਅਤੇ ਦਿਲਜਾਨ ਵੀ ਬਾਹਰ ਆਵੇ, ਸਾਡੇ ਦੇਸ਼ ਆਵੇ, ਅਮਰੀਕਾ ਆਵੇ, ਜੀ ਆਇਆਂ ਨੂੰ। ਔਰ ਜਦੋਂ ਤੁਹਾਡਾ ਗਾਣਾ ਆਏਗਾ ਪਲੀਜ਼ ਸਾਨੂੰ ਭੇਜਣਾ, ਸਾਡੀ ਮਾਈ ਟੀ ਵੀ ਦੀ ਵੈਬਸਾਈਟ 'ਤੇ ਅਸੀਂ ਤੁਹਾਡਾ ਗਾਣਾ ਫਰੰਟ ਪੇਜ 'ਤੇ ਚਲਾਵਾਂਗੇ। ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਸੋ ਮਚ, ਬਹੁਤ ਮਿਹਰਬਾਨੀ। ਅਤੇ ਜਾਂਦੇ ਜਾਂਦੇ ਕੀ ਤੁਸੀਂ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੋਗੇ, ਜਾਂ ਜਾਂਦੇ ਜਾਂਦੇ ਕੋਈ ਅਲਵਿਦਾ ਦਾ ਕੋਈ ਗੀਤ ਗਾਣਾ ਚਾਹੋਗੇ? ਕੋਈ ਕੋਈ ਕਲਾਮ, ਕੋਈ ਬੁੱਲੇ ਸ਼ਾਹ ਦਾ ਸਮਥਿੰਗ ਲਾਈਕ ਦੈਟ, ਰਮਜ਼ਾਨ ਸਪੈਸ਼ਲ ਕੁਝ ਕਰਨਾ ਚਾਹੋਗੇ? ਸਾਹ ਲੈ ਲਾਂ ਦੋ ਮੈਨੂੰ। ਅੱਛਾ, ਸਾਹ ਲੈ ਲਾ ਬਈ, ਸਾਹ। ਮੈਸੇਜ ਮੇਰਾ ਇਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਕਿ ਚੰਗੇ ਮਿਊਜ਼ਿਕ ਨੂੰ ਸਪੋਰਟ ਕਰੋ, ਔਰ ਜੇ ਸਰੋਤੇ ਨੇ ਤਾਂ ਆਰਟਿਸਟ ਹੈ, ਰਾਈਟ? ਸੋ ਇਹ ਸਾਡੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਜਿਹੜੇ ਸਾਡੇ ਸਰੋਤੇ ਨੇ। ਔਰ ਹੁਣ ਦਾ ਹੁਣ ਹੁਣ ਜਿਹੜਾ ਇੱਕ ਸਾਡਾ ਫਰਜ਼ ਬਣਦਾ, ਕਿਉਂਕਿ ਮੀਡੀਆ ਦੇ ਜ਼ਰੀਏ ਅਸੀਂ ਇਹੀ ਅਪੀਲ ਕਰੀਏ ਕਿ ਮਾਹੌਲ ਜਿਹੜਾ ਬਹੁਤ ਜ਼ਿਆਦਾ ਖਰਾਬ ਚੱਲ ਰਿਹਾ ਔਰ ਇਸ ਵਾਇਰਸ ਕਰਕੇ, ਕਿਉਂਕਿ ਜ਼ਿੰਦਗੀ ਹੈ ਤਾਂ ਜਹਾਨ ਹੈ, ਔਰ ਜ਼ਿੰਦਗੀ ਨੂੰ ਆਪਾਂ ਹਾਲੇ ਸਭ ਨੇ ਬਹੁਤ ਮਾਨਣਾ ਹੈ। ਜ਼ਿੰਦਗੀ ਬਹੁਤ ਪਿਆਰੀ ਚੀਜ਼ ਹੈ, ਸੋ ਰੱਬ ਨੇ ਇਹ ਇੱਕੋ ਵਾਰ ਚੀਜ਼ ਜਿਹੜੀ ਦਿੱਤੀ ਹੈ, ਸੋ ਇਸਨੂੰ ਆਪਾਂ ਮਾਨਣਾ। ਉਹ ਇਹੀ ਹੈ ਕਿਉਂਕਿ ਚੰਗਾ ਮਾੜਾ ਦਿਨ ਤਾਂ ਆਉਂਦੇ ਰਹਿੰਦੇ ਨੇ, ਜੇ ਦਿਨ ਹੈ ਤਾਂ ਰਾਤ ਵੀ ਹੈ, ਰਾਈਟ? ਸੋ ਪਲੀਜ਼ ਸਾਰੇ ਆਪਣੇ ਆਪਣੇ ਘਰ ਰਹੋ, ਕਿਉਂਕਿ ਸਾਨੂੰ ਸਾਰਿਆਂ ਨੂੰ ਤੁਹਾਡੀ ਸਾਰਿਆਂ ਦੀ ਬਹੁਤ ਜ਼ਰੂਰਤ ਹੈ, ਔਰ ਇਸ ਬਿਮਾਰੀ ਤੋਂ, ਤਾਂ ਕਿ ਆਪਾਂ ਸਾਰੇ ਜਿਹੜੇ ਬਚ ਸਕੀਏ। ਔਰ ਭਾਜੀ ਹੁਣਾਂ ਨੇ ਹੁਣ ਮੈਨੂੰ ਹੁਕਮ ਕੀਤਾ ਹੈ ਬਾਬਾ ਬੁੱਲੇ ਸ਼ਾਹ ਦਾ ਕਲਾਮ, ਸੋ ਉਹ ਤੁਹਾਡੀ ਨਜ਼ਰ ਕਰ। ਹੁਕਮ ਨਹੀਂ ਕੀਤਾ, ਦਰਖਵਾਸਤ ਕੀਤੀ। ਅਰੇ ਥੈਂਕ ਯੂ, ਤੁਸੀਂ ਵੱਡੇ ਹੋ। ਬੋਬੀ ਜੀ ਕਹਿੰਦੇ ਨੇ ਸਾਬਰ ਕੋਟੀ ਦਾ ਵੀ ਕੋਈ ਸੌਂਗ ਹੋ ਜਾਏ, ਕੋਈ ਬੋਬੀ ਜੀ ਲਿਖਦੇ ਨੇ, ਲੇਕਿਨ ਪਹਿਲਾਂ ਅਸੀਂ ਬੁੱਲੇ ਸ਼ਾਹ ਜੋ ਦਿਲ ਕਰਦਾ। ਵਾਹ ਜੀ ਵਾਹ, ਸਾਬਰ ਕੋਟੀ ਸਾਹਿਬ ਉਹ ਮੇਰੇ ਬੜੇ ਫੇਵਰੇਟ ਸਿੰਗਰਸ ਵਿੱਚੋਂ ਇੱਕ ਨੇ, ਉਹਨਾਂ ਨੂੰ ਵੀ ਮੈਂ ਬਹੁਤ ਸੁਣਦਾ। ਸੋ ਪਹਿਲਾਂ ਬਾਬਾ ਬੁੱਲੇ ਸ਼ਾਹ ਦਾ ਕਲਾਮ, ਉਸ ਤੋਂ ਬਾਅਦ ਸਾਬਰ ਭਾਈ ਦਾ ਗਾਣਾ। ਠੀਕ ਹੈ, ਥੈਂਕ ਯੂ। Thank you.
ਨੀਆ ਬੋਨੀ ਸਿਓਰਣ ਹਾਂ ਦੇਵੋਨੀ ਵਧਾਈ ਨੀਆ ਬੋਨੀ ਸਿਓਰਣ ਹਾਂ ਦੇਵੋਨੀ ਵਧਾਈ ਨੀ ਮੈਂ ਵਰ ਪਾਇਓ ਰਾਜਾ ਨੀ ਮੈਂ ਵਰ ਅੱਜ ਦਾ ਰੋਜ ਮੁਬਾਰਕ ਚੜ੍ਹਿਆ ਰਾਂਝਾ ਸਾਡੇ ਵੇੜੇ ਬੜੇ ਅੱਜ ਦਾ ਰੋਜ ਮੁਬਾਰਕ ਚੜ੍ਹਿਆ ਰਾਂਝਾ ਸਾਡੇ ਵੇੜੇ ਬੜੇ ਹੱਥ ਖੁੰਡੀ ਮੋਢੇ ਹਾਂ ਕੰਬਲ ਥਰਿਆ ਚੱਕਾ ਵਾਲੀ ਹਾਂ ਸ਼ਕਲ ਬਣਾਈ ਨੀ ਮੈਂ ਬਣ ਪਾਇਆ ਹੋ ਰਾਜਾ ਮਾਰੀ ਮੈਂ ਵਾਹ ਜੀ ਵਾਹ, ਬਹੁਤ ਅੱਛੇ। ਤੁਸੀਂ ਬਲਵੰਤ ਪੌਲ ਜੀ ਨੂੰ ਖੁਸ਼ ਕਰਤਾ, ਉਹਨਾਂ ਦੀ ਫਰਮਾਇਸ਼ ਸੀਗੀ। ਬਹੁਤ ਅੱਛੇ। ਔਰ ਵਾਹਿਗੁਰੂ ਬਸ ਇੱਦਾਂ ਹੀ ਤੁਹਾਨੂੰ ਤਰੱਕੀਆਂ ਦੇਵੇ। ਪਰ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਚਾਹਾਂਗੀ, ਅਗਰ ਕੋਈ ਸਾਬਰਕੋਟੀ ਜੀ ਦਾ ਕੁਛ ਯਾਦ ਹੈ ਤੇ ਦੋ ਲਾਈਨਾਂ ਹੋ ਜਾਣ ਉਹਦੀਆਂ, ਫਿਰ ਉਸ ਤੋਂ ਬਾਅਦ ਆਪਾਂ ਅਲਵਿਦਾ ਲੈਂਦੇ ਹਾਂ। ਬੌਬੀ ਮਹਿਮਾ ਮਹਿਮੀ ਜੀ, ਆਈ ਹੋਪ ਆਮ ਪ੍ਰੋਨਾਊਂਸਿੰਗ ਰਾਈਟ ਵੇ, ਇਹ ਤੁਹਾਡੇ ਲਈ ਜੀ ਸਾਬਰਕੋਟੀ ਦੀ ਫਰਮਾਇਸ਼। ਅਸੀਂ ਥੋੜੀ ਅੰਦਰ ਤੱਕ ਲੀਰਾ ਹੋਏ ਬੈਠੇ ਆ, ਅਸੀਂ ਥੋੜੀ ਅੰਦਰ ਤੱਕ ਲੀਰਾ ਹੋਏ ਬੈਠੇ ਆ, ਖੁਦ ਨੂੰ ਕੀ ਦੱਸੀਏ ਨੀ ਹਾਏ ਕੀ ਦੱਸੀਏ, ਖੁਦ ਨੂੰ ਕੀ ਦੱਸੀਏ ਹਾਂ ਤੂੰ ਓ ਤੋਰੀ ਗੱਲ ਤੇਰੇ ਤੇ ਮੁਕਣੀ ਹੈ, ਤੇਰੇ ਹੱਥੋਂ ਮੌਤ ਸਾਨੂੰ ਟੁੱਕਣੀ ਹੈ ਨੀ ਟੁੱਕਣੀ ਹੈ ਟੁੱਕਣੀ ਹੈ ਨੀ ਟੁੱਕਣੀ, ਹੁਣ ਹੋ ਵੀ ਨਾ ਕਮਜ਼ੋਰ ਨੀ ਇੱਕ ਥੱਕਾ ਦੇ ਜਾਣ, ਅਸੀਂ ਆਪਣੇ ਹੱਥੀ ਪੁੱਟ ਕੇ ਹਾਏ ਆਪਣੇ ਹੱਥੀ ਪੁੱਟ ਕੇ ਟੋਏ ਬੈਠੇ ਹਾਂ, ਤੈਨੂੰ ਕੀ ਦੱਸੀਏ ਹਾਏ ਕੀ ਦੱਸੀਏ, ਹੋ ਤੈਨੂੰ ਕੀ ਦੱਸੀਏ ਨੀ ਕਿਆ ਬਾਤ ਹੈ। ਔਰ ਬੜਾ ਮੁਸ਼ਕਿਲ ਹੈ ਸਾਬਰਕੋਟੀ ਜੀ ਨੂੰ ਗਾਣਾ ਵੀ ਬੜਾ ਮੁਸ਼ਕਿਲ ਹੈ, ਸਾਹ ਲੈਣ ਦੀ ਜਗ੍ਹਾ ਨਹੀਂ ਛੱਡਦੇ। ਔਰ ਫਰਮਾਇਸ਼ਾਂ ਬਹੁਤ ਸਾਰੇ ਆ ਰਹੀਆਂ ਨੇ। ਥੈਂਕ ਯੂ ਗਾਇਸ, ਜਿਹੜੇ ਵੀ ਮਿਊਜ਼ਿਕ ਸੁਣ ਰਹੇ ਨੇ ਅੱਜ, ਸਪੈਸ਼ਲੀ ਦਿਲਜਾਨ ਦਾ ਪ੍ਰੋਗਰਾਮ ਸੁਣ ਰਹੇ ਨੇ, ਕਿਉਂਕਿ ਦਿਲਜਾਨ ਸਾਡੇ ਦਿਲ ਦੇ ਬਹੁਤ ਕਰੀਬ ਹੈ, ਸਪੈਸ਼ਲੀ ਮੇਰੇ, ਕਿਉਂਕਿ ਰੂਹਦਾਰੀ ਵਾਲਾ ਮਿਊਜ਼ਿਕ ਗਾਉਂਦਾ ਹੈ। ਅਤੇ ਬਹੁਤ ਸਾਰੀ ਫਰਮਾਇਸ਼ਾਂ ਆਈਆਂ ਨੇ ਗਾਇਸ, ਲੇਕਿਨ ਸਮਾਂ ਹੈ, ਹਾਲਾਂਕਿ ਘੰਟੇ ਤੋਂ ਉੱਪਰ ਨਿਕਲ ਗਿਆ, ਲੇਕਿਨ ਅਸੀਂ ਹੁਣ ਇਹਨਾਂ ਨੂੰ ਸੁਣਦੇ ਰਵਾਂਗੇ। ਨੈਕਸਟ ਕੋਈ ਐਸਾ ਸੈਗਮੈਂਟ ਰੱਖਾਂਗੇ ਕਿ ਕੋਈ ਗਜ਼ਲ ਰੱਖਾਂਗੇ, ਕੋਈ ਐਸਾ ਕੋਈ ਬਣਾ ਲਾਂਗੇ ਪ੍ਰੋਗਰਾਮ, ਅਗਰ ਤੁਸੀਂ ਚਾਹੋਗੇ ਤਾਂ, ਜੇ ਤੁਸੀਂ ਸੁਣੋਗੇ ਸਾਰੇ ਤਾਂ। ਦਿਲਜਾਨ ਨੇ ਵੀ ਹੱਥ ਜੋੜ ਕੇ ਸ਼ੁਕਰ ਕੀਤਾ ਕਿ ਬੰਦ ਹੋਣ,
ਨਹੀਂ ਉਹਦੇ ਕੋਲ ਇੰਨਾ ਕੁ ਖਜ਼ਾਨਾ ਹੈ ਦਿਲਜਾਨ ਕੋਲੇ ਕਿ ਉਹਦੇ ਕੋਲ ਇੰਨਾ ਕੁ ਅੰਦਰ ਉਹਦੇ ਛੁਪਿਆ ਖਜ਼ਾਨਾ। ਸਾਨੂੰ ਤੇ ਐਪੀਸੋਡ ਬਣਾਉਣੇ ਪੈਣੇ ਨੇ, ਦਿਲਜਾਨ 1, ਦਿਲਜਾਨ 2, ਦਿਲਜਾਨ 3, ਬਹੁਤ ਫੈਨ ਮਿਲਣੇ। ਕੋਈ ਕੁੜੀ ਹੈਗੀ ਹਰਮਨ ਖੋਰਾ ਬੈਂਸ, ਤੈਨੂੰ ਤੁਹਾਨੂੰ ਦਿਲ ਭੇਜ ਰਹੀ, ਆਈ ਡੋਨਟ ਨੋ ਹੂ ਸ਼ੀ, ਬਟ ਥੈਂਕ ਯੂ ਹਰਮਨ ਜੀ, ਗੁੱਡ ਚੋਇਸ, ਗੁੱਡ ਚੋਇਸ ਦਿਲਜਾਨ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਅਤੇ ਜ਼ਰੂਰ ਤੁਹਾਡੇ ਸਾਹਮਣੇ ਅਸੀਂ ਦਿਲਜਾਨ ਨੂੰ ਵਾਪਸ ਲੈ ਕੇ ਆਵਾਂਗੇ, ਕਿਉਂਕਿ ਇਹ ਇੱਕ ਘੰਟਾ ਇਹਨਾਂ ਲਈ ਕਾਫੀ ਨਹੀਂ ਹੈ। ਇਹਨਾਂ ਦੇ ਵਿੱਚ ਇੰਨਾ ਘਾਟ ਹੈਗਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਦੁਬਾਰਾ ਇਹਨਾਂ ਨੂੰ ਜ਼ਰੂਰ ਲੈ ਕੇ ਆਵਾਂਗੇ। ਔਰ ਥੈਂਕ ਯੂ ਦਿਲਜਾਨ, ਆਪਣਾ ਤੁਹਾਡਾ ਕੀਮਤੀ ਸਮਾਂ ਸਾਡੇ ਨਾਲ ਸ਼ੇਅਰ ਕਰਨ ਵਾਸਤੇ, ਔਰ ਤੁਹਾਡੇ ਸੁਰਾਂ ਦੀ ਜਿਹੜੇ ਤਾਰ ਨੇ ਸਾਡੇ ਨਾਲ ਸ਼ੇਅਰ ਕਰਨ ਵਾਸਤੇ, ਕਿਉਂਕਿ ਤੁਸੀਂ ਸਾਨੂੰ ਗਦੋ ਗਦ ਕਰ ਦਿੱਤਾ ਔਰ ਦਿਲ ਬਹੁਤ ਖੁਸ਼ ਹੋ ਗਿਆ, ਦਿਲ ਬਾਗ ਬਾਗ ਹੋ ਗਿਆ, ਰਾਈਟ? ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਹਾਡੇ ਦੋਨਾਂ ਦਾ, ਮੈਂ ਬੜਾ ਸ਼ੁਕਰਗੁਜ਼ਾਰ ਹਾਂ। ਔਰ ਵਾਕਈ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ, ਤੁਸੀਂ ਦੱਸਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਬਹੁਤ ਮਜ਼ਾ ਆ ਰਿਹਾ ਸੀ, ਮੈਨੂੰ ਵੀ ਐਵੇਂ ਲੱਗ ਰਿਹਾ ਸੀ ਕਿ ਤੁਸੀਂ ਮੇਰੇ ਘਰ ਹੀ ਬੈਠੇ ਹੋ ਔਰ ਸਾਹਮਣੇ ਮੇਰੇ ਬੈਠੇ ਹੋ ਔਰ ਮੈਨੂੰ ਫਰਮਾਇਸ਼ਾਂ ਕਰ ਰਹੇ ਹੋ ਔਰ ਮੈਂ ਤੁਹਾਡੀ ਨਜ਼ਰ ਕਰ ਰਿਹਾ। ਸੋ ਇਹ ਹੁੰਦਾ ਹੈ, ਜਿਹੜੇ ਚੰਗੀਆਂ ਰੂਹਾਂ ਹੁੰਦੀਆਂ ਨੇ, ਚੰਗੇ ਮਸੀਕੀ ਨੂੰ ਪਿਆਰ ਕਰਦੇ ਨੇ, ਉਦੋਂ ਆਪਣਾ ਬੰਦੇ ਦਾ ਵੀ ਮਨ ਕਰਦਾ ਹੈ ਗਾਉਣ ਨੂੰ, ਰਾਈਟ? ਦੇਖੋ ਆਪਾਂ ਤਾਂ ਘੰਟਾ ਬੋਲ ਰਹੇ ਆ ਨਾ, ਘੰਟਾ ਸਾਨੂੰ ਲੋਕ ਸੁਣ ਵੀ ਰਹੇ ਨੇ। ਇਹ ਮਜ਼ੇਦਾਰ ਗੱਲ ਇਹ ਹੈ ਕਿ ਜਿਹੜੇ ਸੁਣ ਰਹੇ ਨੇ ਸਾਨੂੰ, ਯਾਨੀ ਕਿ ਇੰਨਾ ਇੰਟਰਸਟਿੰਗ ਉਹਨਾਂ ਨੂੰ ਲੱਗ ਰਿਹਾ ਹੈ। ਥੈਂਕ ਯੂ ਗਾਇਸ, ਹੈਟਸ ਆਫ ਟੂ ਯੂ, ਦ ਗੁੱਡ ਲਿਸਨਰ ਪੀਪਲ ਵੀ ਹੈਵ। ਜਿਵੇਂ ਅਸੀਂ ਕਿਹਾ ਕਿ ਅਸੀਂ ਦਿਲਜਾਨ ਸਾਹਿਬ ਨੂੰ ਫਿਰ ਦੁਬਾਰਾ ਲੈ ਕੇ ਆਵਾਂਗੇ, ਕੁਛ ਕਿਹਾ ਸਾਡੇ ਤੋਂ ਜਾਂ ਕਿਸੇ ਤੋਂ ਭੁੱਲਾਂ ਚੁੱਕਾਂ ਦੀ ਖਿਮਾ, ਸਾਨੂੰ ਮਾਫ਼ ਕਰਨਾ, ਅਸੀਂ ਵੀ ਗਰੋ ਕਰ ਰਹੇ ਹਾਂ। ਲੇਕਿਨ ਜਾਣ ਤੋਂ ਪਹਿਲਾਂ, ਕਿਉਂਕਿ ਅਸੀਂ ਪ੍ਰਮੋਟ ਤਾਂ ਕਰ ਪਾਵਾਂਗੇ, ਤੁਸੀਂ ਜੇ ਸਾਨੂੰ ਸਪੋਰਟ ਕਰੋਗੇ, ਸੋ ਮੇਕ ਸ਼ੋਰ ਟੂ ਲਾਈਕ ਫੇਸਬੁੱਕ ਪੇਜ ਐਂਡ ਯੂਟਿਊਬ ਪੇਜ ਜੀ। ਇਹ ਪ੍ਰੋਗਰਾਮ ਸਾਡੇ ਫੇਸਬੁੱਕ 'ਤੇ, ਯੂਟਿਊਬ 'ਤੇ ਔਰ ਸਾਡੀ ਐਪ 'ਤੇ ਆਏਗਾ ਔਰ ਸਾਡੀ ਵੈਬਸਾਈਟ 'ਤੇ ਵੀ ਆਏਗਾ। ਔਰ ਲੀਗਲੀ ਅੱਜ ਦਿਲਜਾਨ ਨੇ ਸਾਨੂੰ ਆਪਣਾ ਪ੍ਰਮੋਟਰ ਬਣਾ ਲਿਆ ਅਮਰੀਕਾ ਦਾ, ਜੇ ਕਿਸੇ ਨੇ ਸ਼ੋਅ ਵਗੈਰਾ ਬੁੱਕ ਕਰਨੇ ਸਾਨੂੰ ਕੰਟੈਕਟ ਕਰ ਸਕਦੇ ਹੋ, ਅਸੀਂ ਦਿਲਜਾਨ ਤੱਕ ਪਹੁੰਚਾ ਦਿਆ ਕਰਾਂਗੇ। ਬਿਲਕੁਲ, ਥੈਂਕ ਯੂ ਜੀ, ਥੈਂਕ ਯੂ। ਫਿਰ ਅਲਵਿਦਾ ਲਈਏ ਦਿਲਜਾਨ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਰੱਬ ਰੱਖਾ, ਲਵ ਯੂ ਆਲ। ਸੋ ਇੰਜੋਏ ਕਰਦੇ ਹਾਂ ਇੱਕ ਛੋਟੀ ਜੀ ਐਡਵਰਟਾਈਜ਼ਮੈਂਟ, ਕਿਉਂਕਿ ਪੈਸਾ ਵੀ ਚਾਹੀਏ ਭਾਈ, ਸੋ ਐਡਵਰਟਾਈਜ਼ ਇੰਜੋਏ ਕਰਦੇ ਹਾਂ ਔਰ ਫਿਰ ਮਿਲਦੇ ਹਾਂ ਨੈਕਸਟ ਟਾਈਮ ਕਿਸੇ ਮਜ਼ੇਦਾਰ ਪ੍ਰੋਗਰਾਮ ਦੇ ਨਾਲ ਔਰ ਮਜ਼ੇਦਾਰ ਆਰਟਿਸਟ ਦੇ ਨਾਲ। ਥੈਂਕ ਯੂ ਦਿਲਜਾਨ, ਬਾਏ ਬਾਏ, ਲਵ ਯੂ ਆਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਹਾਈ, ਮਾਈ ਨੇਮ ਇਜ਼ ਕੁਲਦੀਪ ਗਿੱਲ, ਆਮ ਬ੍ਰੋਕਰ ਆਫ ਸਕਾਈ ਰਿਅਲਟੀ। The reason we are so successful, because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you. Ramji Astrologer, everything begins with faith. We walk by faith, not by sight. Ramji is in the USA. Virginia offers reliable and practical astrology solutions to all of life's problems. Confidentiality promise. Phone number is 571-551-8142. Email is ramjiastrologer@yahoo.com.